ਸ਼ੂਟ ਅੱਜ ਰਾਣਾ ਗੁਰਜੀਤ ਉਹਨਾਂ ਦੇ ਨਾਲ। ਰਾਣਾ ਸਾਹਿਬ ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਸਰ। ਠੀਕ ਹੋ ਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਹੋ? ਬਹੁਤ ਵਧੀਆ। ਸੋ ਯੂ ਆਰ ਸੇਵਿੰਗ ਵਾਟਰ, ਗੁੱਡ। ਮੇਰੀ ਕੀ ਪਛਾਣ ਸੀ ਯਾਰ, ਨਵਾਂ ਨਵਾਂ ਐਮ ਪੀ ਪਹਿਲੀ ਵਾਰ ਵਾਲਾ। ਲਾਲੂ ਕਹਿੰਦਾ ਤੁਮ ਬਹੁਤ ਦਮਦਾਰ ਹੋ ਰਾਣਾ। ਅੱਛਾ, ਅੱਜ ਮਜ਼ਾ ਆ ਗਿਆ। ਸਾਡੇ ਕਿਸੇ ਬੰਦੇ ਨੇ ਤੁਹਾਨੂੰ ਫੋਨ ਕਰਿਆ ਥੋੜ੍ਹੇ ਦਿਨ ਪਹਿਲਾਂ ਚੈਨਲ ਤੋਂ, ਕਹਿੰਦਾ ਜੀ ਮੈਂ ਅੱਖਰ ਤੋਂ ਬੋਲਦਾ। ਤੁਸੀਂ ਯਾਰ ਕਿਹੜਾ ਅੱਖਰ? ਇੰਟਰਵਿਊ ਤੋਂ ਬਾਅਦ ਤੁਹਾਨੂੰ ਅੱਖਰ ਨਹੀਂ ਬੋਲਦਾ, ਇਹ ਮੇਰੀ ਗਰੰਟੀ ਆ। ਨਹੀਂ ਮੈਂ ਤਾਂ ਜੱਟ ਹੈ ਅਤੇ ਉਹ ਕਦੇ ਮੈਂ ਬਹੁਤ ਸ਼ਾਂਤ ਕਰਦਾ ਕਿ ਜੱਟ ਨੂੰ ਸੁਲਾ ਕੇ ਰੱਖਾਂ, ਸ਼ਾਂਤ ਕਰਾਂ, ਕਦੇ ਕਦੇ ਜਾਗ ਜਾਂਦਾ। ਕਦੋਂ ਕਦੋਂ ਜਾਗ ਜਾਂਦਾ? ਨਹੀਂ ਜਾਗ ਜਾਂਦਾ, ਮੈਂ ਬਹੁਤ ਨੱਪ ਕੇ ਰੱਖਦਾ। ਸੁਖਬੀਰ ਆਇਆ, ਸੁਖਬੀਰ ਨੇ ਮੈਨੂੰ ਹੱਥ ਮਿਲਾਇਆ, ਜੱਫੀ ਪਾਈ, ਕਹਿੰਦਾ ਰਾਣੇ ਯਾਰ ਛੱਡ ਕਾਂਗਰਸ, ਤੂੰ ਸਾਡੇ 'ਚ ਆ ਜਾ। ਅੱਛਾ, ਉਹ ਮੈਂ ਕਿਹਾ ਮੇਰੇ ਧੋਣ 'ਤੇ ਵੇਖ ਰੱਟਣ ਪਏ, ਉਹ ਇਹ ਖੱਦਰ ਪਾਪਾ ਰੱਟਣ ਪਏ ਤੇਰੇ ਕਰਕੇ। ਯੋਗੀ ਨਾਲ ਕਿਵੇਂ ਆ ਤੁਹਾਡੀ ਸਾਂਝ? ਬਾਤ ਪੂਰੀ ਫੋਟੋ ਦਿਖਾਵਾਂ ਉਹਦੇ ਨਾਲ? ਦਿਖਾਓ। ਯੋਗੀ ਸਾਹਿਬ ਮੇਰੇ ਨਾਲ ਪਹਿਲਾਂ ਵੀ ਮੁਹੱਬਤ ਕਰਦੇ ਸੀ, ਉਹਨਾਂ ਨੂੰ ਪਤਾ ਸੀ ਕਿ ਵੀ ਇਹ ਯੂਪੀ ਦਾ ਜੰਮ ਪੜਿਆ। ਅੱਛਾ, ਮੈਨੂੰ ਕਹਿੰਦੇ ਤੂੰ ਤਾਂ ਸਟਰੋਂਗ ਆਦਮੀ ਹੋ ਯਾਰ, ਤੁਸੀਂ ਮੇਰੇ ਨਾਲ ਜਾ ਕੇ ਵੇਖੋ ਜਿੰਨੀਆਂ ਜੱਫੀਆਂ ਮੈਨੂੰ ਪਾਉਂਦੇ ਨਾਲ। ਆਏ ਹਾਏ, ਡਰੋਨ ਨਾਲ ਕੀਤਾ ਸ਼ੋਟ? ਆਈਆਂ ਦੇਖੀਆਂ ਜੱਫੀਆਂ? ਬਹੁਤ ਸਾਰੀਆਂ ਗੱਲਾਂ, ਪਰ ਬਹੁਤ ਬਹੁਤ ਥੈਂਕ ਯੂ। ਅਸੀਂ ਇੱਕ ਪ੍ਰੋਜੈਕਟ ਹੋ ਰਿਹਾ ਮੇਰਾ, ਦੱਸੋ ਆਪਾਂ ਬਾਅਦ 'ਚ ਐਂਡ ਕਰ ਦਾਂਗੇ, ਕੋਈ ਚੱਕਰ। ਅੱਛਾ, ਇੱਕ ਹੋ ਰਿਹਾ ਯਾਰ ਮੇਰਾ ਪ੍ਰੋਜੈਕਟ, ਆਉਣ ਦਿਓ। ਇੱਕ ਪ੍ਰੋਜੈਕਟ ਹੋ ਰਿਹਾ ਮੇਰਾ, ਦੱਸੋ ਰਾਣਾ ਸਾਹਿਬ। ਉਦੋਂ ਹੋਇਆ ਨਹੀਂ, ਸ਼ੋ ਐਂਡ ਕਰ ਲੈਣ ਦਿਓ ਮੈਨੂੰ। ਚਲੋ ਫਿਰ, ਬਹੁਤ ਹੋ ਗਿਆ, ਬਹੁਤ ਬਹੁਤ ਥੈਂਕ ਯੂ। ਇੱਕ ਮਿੰਟ, ਸਾਡਾ ਮਾਈਕਾ 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 ਨਹੀਂ। ਅੱਛਾ ਚਲੋ ਕਰੋ ਰੋਲ। ਤਾਂ ਸ਼ੂਟ ਅੱਜ ਰਾਣਾ ਗੁਰਜੀਤ ਉਹਨਾਂ ਦੇ ਨਾਲ, ਅਤੇ ਆਪਾਂ ਬਹੁਤ ਟਾਈਮ 'ਤੇ ਪਹੁੰਚੇ, ਬਹੁਤ ਹੀ ਜ਼ਿਆਦਾ ਟਾਈਮ 'ਤੇ। 2 ਵਜੇ ਦਾ ਸ਼ੂਟ ਸੀਗਾ, 6:03 'ਤੇ। ਤਾਂ ਚਲੋ ਕੋਈ ਨਹੀਂ, ਕਦੇ ਕਦੇ ਹੋ ਜਾਂਦਾ ਯਾਰ। ਵੈਸੇ ਤਾਂ ਅਸੀਂ ਹਰ ਥਾਂ 'ਤੇ ਟਾਈਮ ਨਾਲ ਹੀ ਪਹੁੰਚਦੇ ਹਾਂ, ਕਈ ਵਾਰੀ ਲੇਟ ਹੋ ਜਾਂਦਾ ਬੰਦਾ। ਚਲੋ ਦੇਖਦੇ ਕੀ ਬੰਦਾ। ਰਾਣਾ ਸਾਹਿਬ ਕੀ ਹਾਲ ਹੈ ਜੀ? ਬਸ ਆਉਣੇ, ਉੱਪਰ ਉੱਪਰ ਚੱਲਦੇ ਹਾਂ, ਕਰਦੇ ਹਾਂ ਗੱਲਬਾਤ। ਅੱਛਾ, ਬੁੱਧ ਦੀ ਮੈਂ ਨਾ ਕਈ ਲੀਡਰਾਂ ਦੇ ਘਰੇ ਮਹਾਤਮਾ ਬੁੱਧ ਦੀ ਮੂਰਤੀ ਦੇਖੀ ਆ, ਮੈਨੂੰ ਨਹੀਂ ਪਤਾ, ਮੈਂ ਇਹਨਾਂ ਤੋਂ ਪੁੱਛੂੰਗਾ ਕੀ ਭੇਜਦਾ। ਕੀ ਹਾਲ ਆ ਬਾਈ? ਤਾਂ ਚਲੋ ਮੈਂ ਥੋੜ੍ਹਾ ਦੇਖ ਵੀ ਲਵਾਂ, ਮੈਂ ਕਿਵੇਂ ਲੱਗਦਾ। ਵਾਲ ਵੁਲ ਖਰਾਬ ਆ, ਵਜ੍ਹਾ ਇੱਕ ਹੀ ਆ ਵੀ ਯਾਰ ਖਿੱਚ 'ਚ ਹੀ ਇੰਨਾ ਕੰਮ ਆ, ਆਹੀ ਇਲੈਕਸ਼ਨ ਹੀ ਤਾਂ ਹੁੰਦੇ ਆ। ਅੱਛਾ, ਆ ਜਾਓ ਜੀ। ਤਾਂ ਸਤਿ ਸ਼੍ਰੀ ਅਕਾਲ ਸਰ, ਠੀਕ ਹੋ ਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਹੋ? ਬਹੁਤ ਵਧੀਆ, ਆ ਜਾਓ ਬੈਠੀ ਗਈ ਕਰਕੇ ਗੱਲਾਂ ਤੁਹਾਡੇ ਨਾਲ। ਮਾਈਕ ਲਾ ਦਾ ਮੈਂ ਪਹਿਲਾਂ, ਆ ਜਾਓ ਜੀ ਬੈਠੋ। ਚੱਲ ਰਿਹਾ ਜੀ ਵਧੀਆ ਪ੍ਰਚਾਰ? ਨਹੀਂ ਉਹ ਤਾਂ ਠੀਕ ਆ, ਜਿਵੇਂ ਤੁਹਾਨੂੰ ਠੀਕ ਲੱਗੇ ਖੋਲ ਦਿਓ। ਦਿਸਣਾ ਚਾਹੀਦਾ ਉਹ, ਆਹ ਕੀ ਪਾਇਆ ਮਫਲਰ? ਹਾਂ, ਮੈਨੂੰ ਘੱਟ ਪਤਾ ਇਹ ਨਾ। ਹਾਂ, ਕਦੇ ਮੈਚਿੰਗ ਕਦੇ ਉਹਦਾ। ਅੱਛਾ,
चलो मैं इनू बदल दा थोड़ा जा, थोड़ा अकॉर्डिंग कर दिना मैं। हाँ इनू आप थोड़ा कवर कर लें। चलो जी बन गया, इन हाथ थले कर लो जी। तो ठीक है जी, ऑल गुड, ओके। होर दसो ठीक हो? बहुत चढ़ती गल। ਸਾਡੇ ਕਿਸੇ ਬੰਦੇ ਨੇ ਤੁਹਾਨੂੰ ਫੋਨ ਕਰਿਆ ਥੋੜ੍ਹੇ ਦਿਨ ਪਹਿਲਾਂ ਚੈਨਲ ਤੋਂ, ਕਹਿੰਦਾ ਜੀ ਮੈਂ ਅੱਖਰ ਤੋਂ ਬੋਲਦਾ। ਤੁਸੀਂ ਯਾਰ ਕਿਹੜਾ ਅੱਖਰ, ਇੰਟਰਵਿਊ ਤੋਂ ਬਾਅਦ ਤੁਹਾਨੂੰ ਅੱਖਰ ਨਹੀਂ ਬੋਲਦਾ ਮੇਰੀ ਗਰੰਟੀ ਆ। ਤਾਂ ਬਸ ਪਹਿਲੀ ਗੱਲ ਲਈ ਥੋੜ੍ਹਾ ਲੇਟ ਹੋਣ ਲਈ ਸੋਰੀ। ਤਾਂ ਥੋੜ੍ਹਾ ਨਹੀਂ ਮਤਲਬ ਚਾਰ ਘੰਟੇ ਹੋ ਜਾਂਦਾ। ਤਾਂ ਇੱਕ ਸ਼ੁਰੂ ਕਰਦੇ ਗੱਲਬਾਤ ਆਪਾਂ, ਹੈ ਨਾ। ਇਹ ਮੈਂ ਪਹਿਲਾਂ ਹੀ ਦੱਸਦਾ, ਬਹੁਤ ਆਰਾਮ ਨਾਲ ਤੁਹਾਨੂੰ ਕੁਛ ਵੀ ਲੱਗੇ ਕੋਈ ਗੱਲ ਤਾਂ, ਹੈ ਨਾ, ਗੱਲ ਕਰ ਸਕਦੇ ਹੋ, ਕੋਈ ਗੱਲ ਮੈਨੂੰ ਟੋਕ ਵੀ ਸਕਦੇ ਹੋ। ਨਹੀਂ ਕੋਈ ਗੱਲ, ਐਡੀ ਮਤਲਬ ਵੱਡੀ ਕੋਈ ਈਗੋ ਵਾਲੀ ਮੇਰੇ 'ਚ ਨਹੀਂ ਹੈਗੀ ਗੱਲ, ਤੁਸੀਂ ਕਹਿ ਸਕਦੇ ਹੋ। ਰਾਣਾ ਗੁਰਜੀਤ ਮੈਂ ਜਿਵੇਂ ਸੋਚਦਾ ਮਤਲਬ ਮਲਵਈ ਸਟਾਈਲ 'ਚ, ਦੁਆਬੇ ਦੀ ਨਾ ਪੋਲੀਟਿਕਸ ਮੈਨੂੰ ਐਂ ਲੱਗਦਾ ਬਹੁਤ ਸ਼ਾਂਤ ਆ, ਐਂ ਪਾਣੀ ਐਂ ਟਿਕਿਆ ਵਾ ਹੁੰਦਾ। ਮਲਵਈ ਸਟਾਈਲ 'ਚ ਮਾਝੇ ਵਾਲੀ ਹਲਚਲ ਪੈਦਾ ਕਰਦਾ ਦੁਆਬੇ ਦੇ ਵਿੱਚ। ਦਰਅਸਲ ਦੇ ਵਿੱਚ ਜੇ ਮੈਨੂੰ ਵੇਖਿਆ ਜਾਵੇ ਨਾ ਜੀ, ਤੇ ਮੈਂ ਪੰਜਾਬ ਦਾ ਜੰਮਪਲ ਹੀ ਨਹੀਂ, ਮੈਂ ਯੂਪੀ ਦਾ ਜੰਮਪਲ ਹਾਂ, ਤੇ ਦੁਆਬੀਆਂ ਦੇ ਸਾਡੇ ਘਰ ਬੜੇ ਥੋੜ੍ਹੇ ਆ। ਅੱਛਾ। ਅਤੇ ਬਾਜਪੁਰ 'ਚ ਮੈਂ ਪਲਿਆ ਜੰਮਿਆ ਪੜ੍ਹਿਆ, ਜਿੱਥੇ ਉੱਥੇ ਜ਼ਿਆਦਾ ਮਜਾਇਲ ਹੀ ਸੀਗੇ। ਅੱਛਾ। ਸੋ ਇੱਕ ਫਿਰ ਮਜੈਲਾਂ 'ਚ ਪੜ੍ਹੇ ਹਾਂ, ਉਹਦੇ ਬਾਅਦ ਯੂਪੀ ਤੋਂ ਜਦੋਂ ਮੈਂ ਪੰਜਾਬ ਆਇਆ ਚੰਡੀਗੜ੍ਹ ਸੈਟਲ ਹੋਇਆ। ਅੱਛਾ। ਉਹਦੇ ਬਾਅਦ ਮਾਝੇ 'ਚ ਫੈਕਟਰੀ ਅੱਤ ਵੱਧ ਸਿਰੇ ਦਾ ਸੀ, ਅਤੇ ਮਾਝੇ ਦੇ ਵਿੱਚ ਫੈਕਟਰੀ ਚੌਂਕ ਮਹਿਤੇ ਦੇ ਨਾਲ ਜਾ ਕੇ ਲਾਉਣਾ ਆਪਣੇ ਆਪ 'ਚ ਬੜੀ ਵੱਡੀ ਗੱਲ ਸੀ। ਅੱਜ ਤਾਂ ਲੋਕ ਭੁੱਲ ਗਏ ਅੱਤ ਵੱਧ ਕੀ ਆ। ਉਸ ਵੇਲੇ ਦਰਿਆ ਟੱਪਦੇ ਹੋਏ ਲੋਕ ਡਰਦੇ ਸੀ, ਠੀਕ ਆ, ਤੇ ਮੈਂ ਚੌਂਕ ਮੈਂ ਤੇ ਉੱਥੇ ਫੈਕਟਰੀ ਲਾਈ, ਅੱਤਵਾਦ ਸਿਰੇ ਦਾ ਸੀ। ਤੇ ਸਾਡਾ ਸੁਭਾਅ, ਮੇਰਾ ਸੁਭਾਅ ਮਜ਼ੇਦਾਰ ਗਾ, ਫਿਰ ਮੌਕਾ ਉੱਥੋਂ ਇਲੈਕਸ਼ਨ ਲੜਨ ਦਾ ਵੀ ਮਿਲਿਆ। ਸੋ ਕੋਈ ਨਹੀਂ, ਇਲੈਕਸ਼ਨ ਬੋਲ ਬਾ ਦਿੰਦਾ ਨੇਤਾਵਾਂ ਦਾ। ਨਹੀਂ ਮੇਰਾ ਗਲਾ ਨਾ ਹਮੇਸ਼ਾ ਹੀ ਥੋੜ੍ਹਾ ਖਰਾਬ ਰਹਿੰਦਾ, ਇਹ ਮੇਰੇ 'ਚ ਪ੍ਰੋਬਲਮ ਹੈ ਮੇਰੇ ਗਲੇ 'ਚ। ਨਹੀਂ ਇਹ ਤਾਂ ਚੰਗੀ ਗੱਲ ਆ, ਅਮਿਤਾਬ ਬੱਚਨ ਦੇ ਗਲੇ 'ਚ ਵੀ ਪ੍ਰੋਬਲਮ ਆ, ਉਹਨੂੰ ਫਾਇਦਾ ਹੁੰਦਾ ਡੂੰਘਾ ਬੋਲਦਾ ਬੰਦਾ। ਫਾਇਦੇ ਤਾਂ ਜ਼ਿੰਦਗੀ 'ਚ ਮੈਨੂੰ ਬੜੇ ਹੋਏ, ਜਦੋਂ ਜਦੋਂ ਦਰੇਰੀ ਕੀਤੀ ਉਦੋਂ ਤੋਂ ਫਾਇਦਾ ਹੋਇਆ। ਜਦੋਂ ਜਦੋਂ ਸ਼ਰਾਫਤ ਦਿਖਾਉਣ ਦੀ ਕੋਸ਼ਿਸ਼ ਕਰੋ ਤਾਂ ਨੁਕਸਾਨ ਹੁੰਦਾ। ਸਿੱਧੂ ਮੂਸੇਵਾਲ ਦਾ ਇੱਕ ਗੀਤ ਹੈ, ਵੈਸੇ ਅੱਜ ਕੱਲ੍ਹ ਤੁਹਾਡੀ ਪਾਰਟੀ 'ਚ ਹੀ ਆ, ਹੁਣ ਤਾਂ ਤੁਹਾਨੂੰ ਕੋਈ ਜਮ੍ਹਾਂ ਵੀ ਨਹੀਂ ਉਹਦਾ ਇਤਰਾਜ਼ ਹੋਣਾ। ਨਹੀਂ ਇਤਰਾਜ਼ ਉਹਦਾ ਵੀ, ਸੰਗੀਤਕਾਰਾਂ ਨਾਲ ਤਾਂ ਮੈਨੂੰ ਚੰਗੇ ਲੱਗਦੇ ਆ, ਤਾਂ ਵੈਸੇ ਵੀ ਇਤਰਾਜ਼ ਕੋਈ। ਸੁਣਦੇ ਹੋ ਤੁਸੀਂ? ਮੈਂ ਗਾਣੇ ਸੁਣਦਾ। ਕਿਹੜੇ? ਦੇਖੋ ਇੱਕ ਤਾਂ ਮੈਨੂੰ ਸੁਖਵਿੰਦਰ ਦੇ ਗਾਣੇ ਬੜੇ ਚੰਗੇ ਲੱਗਦੇ ਆ, ਇੱਕ ਹਾਦਿਕਾ ਕਿਆਨੀ ਪਾਕਿਸਤਾਨ ਦੀ, ਉਹ ਇੱਕ ਜੱਗਾ ਜੱਟ ਮੈਨੂੰ ਬੜਾ ਵਧੀਆ ਲੱਗਦਾ, ਪਾਕਿਸਤਾਨ ਵਾਲੇ ਦਾ ਗਾਇਆ ਸਾਡੇ ਜ਼ਮਾਨੇ ਤੋਂ ਥੋੜਾ ਪਹਿਲਾਂ ਦਾ। ਆਪਾਂ ਮੈਂ ਪਹਿਲੇ ਦਾ ਨਾ ਆ ਮੂਸੇਵਾਲਾ ਵਾਲਾ ਨਹੀਂ। ਅੱਛਾ। ਮੈਂ ਇਹ ਨਹੀਂ ਸੁਣਦਾ ਜਿਹੜੇ ਮੁੰਡਿਆਂ ਦੇ ਗਾਣੇ। ਉਹਨੇ ਗੀਤ ਗਾਇਆ ਮਾਲਵੇ ਦਾ ਜੱਟ ਜੱਟ ਵੈੜ ਬੱਲੀਏ, ਤੁਹਾਡੀ ਸਿਆਸਤ 'ਚ ਵੀ ਉਹ ਚੀਜ਼ ਆ ਜੱਟ ਵੈੜ ਪਾਉਣਾ। ਨਹੀਂ ਮੈਂ ਤਾਂ ਜੱਟ ਹੈ ਅਤੇ ਉਹ ਕਦੇ ਮੈਂ ਬਹੁਤ ਸ਼ਾਂਤ ਕਰਦਾ ਕਿ ਜੱਟ ਨੂੰ ਸੁਲਾ ਕੇ ਰੱਖਾਂ, ਸ਼ਾਂਤ ਕਰਾਂ, ਕਦੇ ਕਦੇ ਜਾਗ ਜਾਂਦਾ। ਕਦੋਂ ਕਦੋਂ ਜਾਗ ਜਾਂਦਾ? ਨਹੀਂ ਜਾਗ ਜਾਂਦਾ, ਮੈਂ ਬਹੁਤ ਨੱਪ ਕੇ ਰੱਖਦਾ, ਲੇਕਿਨ ਗੱਲ ਉਦੋਂ ਹੀ ਬਣਦੀ ਹੈ ਜਦੋਂ ਜਾਗਦਾ, ਅਦਰਵਾਈਜ਼ ਲੋਕ ਸੀਰੀਅਸਲੀ ਨਹੀਂ ਲੈਂਦੇ। ਅੱਛਾ। ਕਿਉਂ ਮਤਲਬ ਇੱਕ ਕਾਰਨ ਕੀ ਹੈ ਵੀ ਸ਼ਾਂਤ ਪੋਲੀਟਿਕਸ 'ਚ ਕਿਉਂ ਨਹੀਂ ਹੈ ਸਪੇਸ ਤੁਹਾਨੂੰ ਲੱਗਦਾ? ਗੱਲ ਹੈ ਕਿ ਜੇ ਤੁਸੀਂ ਸ਼ਾਂਤ ਪੋਲੀਟਿਕਸ ਕਰਦੇ ਹੋ, ਇੱਕ ਤਾਂ ਪੱਤਰਕਾਰਾਂ ਨੂੰ ਚੰਗੀ ਨਹੀਂ ਲੱਗਦੀ। ਅੱਛਾ। ਇੱਕ ਫਿਰ ਜਿਹੜੇ ਆਲੇ ਦੁਆਲੇ ਦੇ ਕਈ ਜਵਾਕ ਜਿਹੇ ਹੁੰਦੇ ਆ ਜਿੱਦਾਂ ਤੇਜ਼ੀ ਹੈ, ਇਹ ਹੀ ਮੈਨੂੰ ਕੁਛ ਨਹੀਂ ਸਮਝਣ ਲੱਗਾ। ਮੈਂ ਕਿਹਾ ਕੋਈ ਨਹੀਂ, ਫਿਰ ਤੈਨੂੰ ਤੇਰਾ ਕਰਦਾ ਮੈਂ ਆਪਰੇਸ਼ਨ। ਅੱਛਾ। ਅਤੇ ਹੁਣ ਕਰ ਦਿੱਤਾ। ਇਸ ਤਰ੍ਹਾਂ ਮਤਲਬ ਜ਼ਿੰਦਗੀ 'ਚ ਜਦੋਂ ਤੁਸੀਂ ਬਹੁਤ ਕਾਮ ਕੁਆਇਟ ਹੋ ਜਾਓ, ਪੀਪਲ ਡੋਂਟ ਟੇਕ ਯੂ ਸੀਰੀਅਸਲੀ। ਅੱਛਾ। ਤੁਹਾਨੂੰ ਆਪਣਾ ਥੋੜ੍ਹਾ ਬਹੁਤ ਲੋਹਾ ਦਿਖਾਉਣਾ ਹੀ ਪੈਂਦਾ।
ਦਿਖਾਉਣਾ ਚਾਹੀਦਾ। ਹਾਂ ਜੱਟ ਖਤਮ ਨਹੀਂ ਹੋਇਆ, ਮੈਂ ਦੱਬਣ ਦੀ ਕੋਸ਼ਿਸ਼ ਕਰਦਾ ਉਹਨੂੰ। ਪਿਛਲੀ ਵਾਰ ਵਾਲਾ ਜਿਵੇਂ ਆਰਨ ਯਾਰ ਗੀਤਾਂ 'ਤੇ ਦੂਜੀ ਵਾਰ ਜਾ ਬੜੀ ਗੱਲ, ਕਿਉਂਕਿ ਉਹ ਹੁਣ ਆ ਗਿਆ ਨਾ, ਉਹ ਕਿਵੇਂ ਸੀ ਉਹ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ? ਅੱਛਾ ਮੈਨੂੰ ਇਹ ਗਾਣੇ ਇੱਦਾਂ ਦੇ ਗਾਣੇ ਨਹੀਂ, ਬਟ ਭਗਵੰਤ ਮਾਨ ਇਹ ਗੀਤੇ ਫੋਰਚੂਨਰ 'ਤੇ ਖੜ ਕੇ ਨੱਚਦਾ ਹੁੰਦਾ ਸੀ, ਅਤੇ ਉਹ ਤਾਂ ਹੁਣ ਵੀ ਨੱਚ ਪੈਂਦਾ ਜਦ ਮੂਡ ਹੋਵੇ। ਨੱਚਣਾ ਹੱਸਣਾ ਹਾਂ ਠੀਕ ਹੈ, ਸਾਡਾ ਸਾਡਾ ਵਿਰਸਾ, ਇਹ ਕੋਈ ਮਾੜੀ ਗੱਲ ਨਹੀਂ। ਅੱਛਾ ਅਤੇ ਇੱਕ ਇਹ ਮਤਲਬ ਯੂਪੀ ਤੋਂ ਪੰਜਾਬ ਦਾ ਸਫ਼ਰ ਕਿਵੇਂ ਹੋਇਆ? ਕੀ ਉੱਥੇ ਕੋਈ ਦਿੱਕਤ ਸੀ ਜਾਂ ਕੋਈ ਮਤਲਬ ਤੁਸੀਂ ਮੈਂ ਸੁਣਿਆ ਹੈ ਨਾ ਜਿਵੇਂ ਤੁਹਾਡੇ ਬਾਰੇ, ਤੁਸੀਂ ਉੱਥੇ ਖੇਤੀ ਕਰਦੇ ਸੀ, ਖੇਤੀ ਕਰੀ ਪਹਿਲਾਂ ਉੱਥੇ? ਖੇਤੀ ਮੈਂ 14 ਸਾਲ ਖੇਤੀ ਕੀਤੀ, ਕਿਉਂਕਿ ਮੇਰੇ ਦਾਦਾ ਜੀ ਨਾ ਨਿਊਜ਼ੀਲੈਂਡ ਗਏ। ਅੱਛਾ ਅਤੇ ਨਿਊਜ਼ੀਲੈਂਡ ਤੋਂ ਜਦੋਂ ਮੁਲਕ ਆਜ਼ਾਦ ਹੋਣ ਲੱਗਾ, ਉਹਨਾਂ ਦੀ ਡੈਥ 1937 'ਚ ਹੋ ਜਾਂਦੀ ਆ। ਮੇਰੇ ਪਿਤਾ ਜੀ 3 ਭਰਾ ਸੀ, 2 ਬਾਹਰ ਰਹਿੰਦੇ ਸੀ, 1 ਪਿੰਡ ਰਹਿੰਦਾ ਹੁੰਦਾ ਸੀ ਵਾਰੀ ਵਾਰੀ। ਅਤੇ 1943-44 'ਚ ਇਹ ਵਾਪਸ ਹਿੰਦੁਸਤਾਨ ਆ ਗਏ। ਹਿੰਦੁਸਤਾਨ ਆ ਕੇ ਜਿੱਥੇ ਜ਼ਮੀਨ ਸੀ ਸਾਡੀ, ਉੱਥੇ ਇਹਨਾਂ ਨੇ ਠੇਕੇਦਾਰੀ ਕੀਤੀ। ਠੀਕ ਹੈ। ਅਤੇ ਠੇਕੇਦਾਰੀ 'ਚ ਘਾਟੇ ਘੂਟੇ ਪੈ ਗਏ। ਯੂਪੀ ਦਾ ਜਿਹੜਾ ਪੈਸਾ ਸੀ ਉਹ ਨਿਊਜ਼ੀਲੈਂਡ ਦਾ ਪੈਸਾ ਖਾਸਾ ਗੁਆਚ ਗਿਆ, 1.25 ਲੱਖ ਰੁਪਈਆ ਲੈ ਕੇ ਆਏ ਸੀ ਉਸ ਸਮੇਂ ਤੋਂ ਬਹੁਤ ਪੈਸਾ ਹੁੰਦਾ, ਅਤੇ ਉਹ ਗੁਆਚ ਗਿਆ। ਫਿਰ ਕਦੇ ਪਾਕਿਸਤਾਨ, ਸਿੰਧ, ਲਾਇਲਪੁਰ ਜ਼ਮੀਨਾਂ ਲੈਣ ਨੂੰ ਫਿਰ ਮੁਲਕ ਦੇ 2 ਟੋਟੇ ਹੋ ਗਏ। ਠੀਕ ਹੈ, ਵੰਡ ਹੋ ਗਈ। ਅਤੇ ਪਾਕਿਸਤਾਨ ਦਾ ਸੁਪਨਾ ਸੋਚ ਦਿੱਤਾ ਅਤੇ ਯੂਪੀ ਚਲੇ ਗਿਆ 1948 'ਚ। ਅੱਛਾ। ਯੂਪੀ ਜਾ ਕੇ ਫਿਰ ਮਿਹਨਤ ਕੀਤੀ, ਜ਼ਮੀਨ ਥੋੜ੍ਹਾ ਪੈਸੇ ਬਹੁਤ ਥੋੜ੍ਹੇ ਰਹਿ ਗਏ ਸੀ। ਅੱਛਾ। ਅਤੇ ਜ਼ਮੀਨ ਲਈ, ਫਿਰ ਸੈਂਕੜੋ ਏਕੜ ਲਈ, ਫਿਰ 1000 ਏਕੜ ਦੀ ਖੇਤੀ ਮੈਂ ਕੀਤੀ। ਆਪ ਵੀ ਚਲਾਇਆ ਤੁਸੀਂ ਟਰੈਕਟਰ ਵਗੈਰਾ? ਨਹੀਂ, ਮੈਂ ਜਿੱਦਣ ਦਾ ਜੰਮਿਆ ਨਾ ਮੇਰੇ ਪਿਤਾ ਜੀ ਨੇ ਟਰੈਕਟਰ ਚਲਾਇਆ, ਨਾ ਮੈਂ ਚਲਾਇਆ। ਵੱਡੀ ਖੇਤੀ ਸੀ, ਵੱਡੇ ਕੰਮ ਸੀਗੇ, ਸੀਡ ਪ੍ਰੋਡਕਸ਼ਨ 'ਚ ਆਈ ਵਾਜ਼ ਨੋਨ ਫੋਰ ਮਟਰਾਂ ਦਾ ਬੀਜ। ਅੱਛਾ। ਮਟਰਾਂ ਦਾ ਬੀਜ ਦਾ ਹਿੰਦੁਸਤਾਨ ਦਾ ਸਾਰਿਆਂ ਨਾਲੋਂ ਵੱਡਾ ਪ੍ਰੋਡਿਊਸਰ ਸੀ ਮੈਂ। ਅੱਛਾ। ਫਿਰ ਮੈਂ ਜਦ ਪੜ੍ਹਦਾ ਸੀ ਨਾ ਅਤੇ ਮੇਰੇ ਪਿਤਾ ਜੀ ਕਦੇ ਅੰਬੈਸਡਰ ਗੱਡੀ 'ਤੇ ਆਉਂਦੇ ਹੁੰਦੇ ਸੀ, ਖੁਦ ਚਲਾਉਂਦੇ ਹੁੰਦੇ ਸੀ, ਨਾਲ ਇੱਕ ਉਹਨਾਂ ਦਾ ਕੋਈ ਸੱਜਣ ਮਿੱਤਰ ਹੁੰਦਾ ਸੀ ਅਤੇ ਸਾਨੂੰ ਲੈਣ ਛੱਡਣ ਅੰਬੈਸਡਰ ਕਾਰ 'ਚ ਜਾਂ ਜੀਪ 'ਚ ਆਉਂਦੇ ਹੁੰਦੇ ਸੀ। ਅਤੇ ਆ ਸਾਡੇ ਨਾਲ ਜਿਹੜੇ ਲੁਧਿਆਣੇ ਦੇ ਗੁਰਾਇਆਂ ਦੇ ਇੰਡਸਟਰੀਲਿਸਟਾਂ ਦੇ ਮੁੰਡੇ ਹੁੰਦੇ ਸੀ, ਇਹ ਫੀਐਟ ਗੱਡੀ 'ਤੇ ਆਉਣਾ ਇਹਨਾਂ ਨੇ। ਯਾਰ ਉਸ ਵੇਲੇ ਮੈਨੂੰ ਫੀਐਟ ਪਤਾ ਨਹੀਂ ਕਿਉਂ ਦਿਮਾਗ 'ਚ ਅੰਬੈਸਡਰੋਂ ਚੰਗੀ ਲੱਗਦੀ ਸੀ, ਵੱਡਾ ਏਰੀਅਲ ਹੁੰਦਾ ਸੀ, ਏਰੀਅਲ ਉਹ ਰੇਡੀਓ ਹੁੰਦੇ ਸੀ ਉਦੋਂ, ਅਤੇ ਏਰੀਅਲ ਹੁੰਦਾ ਸੀ, ਰੇਡੀਓ ਵਗੈਰਾ ਹਰੇਕ ਜਗ੍ਹਾ ਚੱਲਦਾ ਵੀ ਨਹੀਂ ਹੁੰਦਾ ਸੀ, ਮੈਂ ਲਾਇਆ ਹੁੰਦਾ ਸੀ ਲੋਕਾਂ ਨੇ, ਅਤੇ ਏਰੀਅਲ ਬੜਾ ਚੰਗਾ ਲੱਗਣਾ। ਇੱਕ ਮੇਰੇ ਪਿਤਾ ਜੀ ਆਪ ਗੱਡੀ ਚਲਾ ਕੇ ਲਿਆਉਂਦੇ ਸੀ, ਇਹ ਇੰਡਸਟਰੀਲਿਸਟਾਂ ਦਾ ਡਰਾਈਵਰ ਹੁੰਦਾ ਸੀ। ਇੱਕ ਜਦੋਂ ਕਦੇ ਇਹਨਾਂ ਦੇ ਜਾਣਾ ਅਤੇ ਬਾਹਰ ਖੁਖਰੀ ਪਾ ਕੇ ਬਹਾਦਰ ਟੋਪੀ ਪਾ ਕੇ ਖੜਾ ਹੋਣਾ, ਮੈਂ ਕਿਹਾ ਯਾਰ ਦੇਖ ਕਿਆ ਬਾਤ ਹੈ, ਠਾਠ ਹੈ। ਮੈਂ ਕਿਹਾ ਵੀ ਮੈਂ ਕਾਰਖਾਨਾ ਲਾਉਣਾ, ਮੈਂ ਫੈਕਟਰੀ ਲਾਉਣੀ ਹੈ, ਮੇਰੇ ਮਨ 'ਚ ਬੜੀ ਦੇਰ ਦੀ ਤਮੰਨਾ। ਔਰ 1980 ਦੇ ਵਿੱਚ ਨਰਿੰਦਰ ਤਿਵਾਰੀ ਇੰਡਸਟਰੀ ਮਿਨਿਸਟਰ ਬਣ ਗਏ। ਅੱਛਾ। ਮੈਂ ਉਹਨਾਂ ਕੋਲ ਚਲ ਜਾਣਾ ਕਿ ਮੈਂ ਫੈਕਟਰੀ ਲਾਉਣੀ ਹੈ। ਉਦੋਂ ਮੇਰੀ ਉਮਰ 24 ਸਾਲ ਦੀ ਸੀ ਅਤੇ ਉਹ ਕਿਆ ਕਰੇ, 10 ਕਾਹਦੀ ਲਾਉਣੀ ਆ, ਮੈਂ ਉਹਨੂੰ ਕਿਆ ਕਰਾਂ, ਮੈਂ ਘਿਓ ਦੀ, ਮੈਨੂੰ ਕਿਸੇ ਨੇ ਕਿਹਾ ਘਿਓ ਦੀ ਫੈਕਟਰੀ ਲਾ, ਇਹ 'ਚ ਸੁਧੇ ਪੈਸੇ ਆ। ਅੱਛਾ। ਅਤੇ ਘਿਓ ਦੀ ਫੈਕਟਰੀ, ਉਹ ਕਹਿੰਦਾ ਵੀ ਉਹ ਲਾਈਸੈਂਸ ਹੀ ਰਾਜ ਸੀ ਅਤੇ ਵੇਰੀਅਸ ਰੀਜ਼ਨਸ ਉਹ ਮੈਨੂੰ ਨਾ। ਦੂਜਾ ਮੈਂ ਕਿਹਾ ਕਿਸੇ ਨੂੰ ਦੱਸ ਦਿੱਤਾ ਕਿ ਸ਼ਰਾਬ ਦਾ ਕਾਰਖਾਨਾ ਮੰਗ ਇਹਨਾਂ ਤੋਂ। ਮੈਂ ਸੋਚਿਆ ਕਰਾਂਗੇ ਵੀ ਇਹ ਯੂਨੀਅਨ ਮਿਨਿਸਟਰ ਹੈ, ਮੈਂ ਉਹਨਾਂ ਨੇ ਆਪਣੇ ਬੰਦਿਆਂ ਨੇ ਮੀਟਿੰਗ ਕਰਨੀ, ਮੈਂ ਬਗੈਰ ਪੁੱਛੇ ਅੰਦਰ ਜਾ ਕੇ ਬੈਠਣਾ, ਮੈਨੂੰ ਅਲਾਊਡ ਸੀ। ਤੁਹਾਨੂੰ ਥੱਲੇ ਫੋਟੋ ਦਿਖਾਊਂਗਾ ਨਰਿੰਦਰ ਤਿਵਾੜੀ ਦੀ, ਉਹਨੂੰ ਮੁੱਖ ਮੰਤਰੀ ਬਣਾਉਣ ਵਾਲੇ ਮੇਰੇ ਪਿਤਾ ਜੀ ਆ। ਅੱਛਾ। 5 ਵਾਰ ਮੁੱਖ ਮੰਤਰੀ ਰਿਹਾ, ਯੂਨੀਅਨ ਮਿਨਿਸਟਰ ਰਿਹਾ। ਚਲੋ
ਮੈਂ ਹੁਣ ਮੈਨੂੰ ਸਮਝ ਨਹੀਂ ਸੀ ਕਿ ਮੈਂ ਕਰਾਂ ਕੀ ਅਤੇ ਦੱਸਣ ਵਾਲੇ ਦੱਸਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਸਮਾਂ ਬੀਤਦਾ ਗਿਆ ਫਿਰ 1988 'ਚ ਮੈਂ ਪੰਜਾਬ ਆ ਗਿਆ ਪੰਜਾਬ ਆ ਕੇ ਮੈਂ ਇੱਕ ਪਹਿਲੀ ਪੇਪਰ ਮਿਲ ਲਾਈ ਇੱਕ ਤੇ ਮੇਰਾ ਮਨ ਸੀ ਕਿ ਮੈਂ ਚੰਡੀਗੜ੍ਹ ਰਹਿਣਾ ਚੰਡੀਗੜ੍ਹ ਵਧੀਆ ਲੱਗਦਾ ਮੈਨੂੰ ਲੱਗਦਾ ਸੀ ਮੈਂ ਚੰਡੀਗੜ੍ਹ ਪੜ੍ਹਿਆ ਥੋੜਾ ਜਿਹਾ ਅੱਛਾ ਤੇ ਮੈਂ ਕਿਹਾ ਵੀ ਚੰਡੀਗੜ੍ਹ ਸੈਟਲ ਹੋਣਾ ਤੇ ਚੰਡੀਗੜ੍ਹ ਕੋਠੀ ਲੈ ਲਈ ਚੰਡੀਗੜ੍ਹ ਦੇ ਲਾਗੇ ਪੇਪਰ ਮਿਲ ਲਾ ਲਈ ਉਹ ਅੱਜ ਕੱਲ੍ਹ ਮੇਰੇ ਭਤੀਜਿਆਂ ਕੋਲ ਹੈ ਫਿਰ ਥੋੜ੍ਹੀ ਦੇਰ ਬਾਅਦ ਕਿ ਇੱਕ ਅੱਤਵਾਦ ਬਹੁਤ ਸੀ ਇੱਕ ਲਾਇਸੈਂਸੀ ਰਾਜ ਸੀ ਅਤੇ ਜਿਹੜੀ ਸ਼ੂਗਰ ਮਿਲ ਦਾ ਲਾਇਸੈਂਸ ਮਿਲਦਾ ਹੁੰਦਾ ਸੀ ਅਤੇ ਪੰਜਾਬ ਐਗਰੋ ਕੋਲ ਲਾਇਸੈਂਸ ਪਿਆ ਸੀ ਉਹਨਾਂ ਨੇ ਬੜੀ ਵਾਰ ਐਡਵਰਟਾਈਜ਼ ਕੀਤਾ ਲੇਕਿਨ ਲੋਕ ਡਰਦੇ ਪੰਜਾਬ 'ਚ ਇਨਵੈਸਟ ਨਹੀਂ ਕਰਦੇ ਸੀ ਉਹ ਸੀਗਾ ਜ਼ਿਲ੍ਹੇ ਅੰਮ੍ਰਿਤਸਰ ਦਾ ਠੀਕ ਹੈ ਅਤੇ ਮੈਂ ਕਿਹਾ ਯਾਰ ਲਾਓ ਮੈਂ ਗੰਨਾ ਕਿਉਂ ਮੈਂ ਗੰਨਾ ਬੀਜਦੇ ਸੀ ਯੂਪੀ 'ਚ ਅਤੇ ਮਿੱਲਾਂ 'ਚ ਗੰਨਾ ਜਾਂਦਾ ਸੀ ਮੈਂ ਇੱਕ ਗੱਲ ਮੇਰੇ ਦਿਮਾਗ 'ਚ ਘਰ ਕਰ ਗਈ ਕਿ ਤੈਨੂੰ ਮੌਕਾ ਮਿਲਿਆ ਸਾਵੇਂ ਤੂੰ ਪਰਚੀਆਂ ਮੰਗਦਾ ਫਿਰਦਾ ਕਿ 5 ਆ ਗਈਆਂ 7 ਆ ਗਈਆਂ ਗੰਨਾ ਤੇਰਾ ਮਿਲ 'ਚ ਜਾਂਦਾ ਹੁਣ ਮਿਲ ਲਾਉਣ ਦਾ ਮੌਕਾ ਮਿਲ ਰਿਹਾ ਰੱਬ ਕਿਰਪਾ ਕਰ ਰਿਹਾ ਲੋਕ ਤੇਰੇ ਤੋਂ ਪਰਚੀਆਂ ਲੈ ਕੇ ਜਾਇਆ ਕਰਨਗੇ ਅਤੇ ਲਾਤੀ ਅੱਤਵਾਦ ਸੀ ਮੈਨੂੰ ਥਰੈਡਸ ਵੀ ਆਈਆਂ ਲੇਕਿਨ ਮੈਂ ਹੋਰ ਕਿਸਮ ਦਾ ਬੰਦਾ ਮੈਂ ਡਰਿਆ ਨਹੀਂ ਮੈਨੂੰ ਬੜੀ ਦੁਨੀਆ ਨੇ ਕਿਹਾ ਮੇਰੀ ਮਾਤਾ ਨੇ ਕਿਹਾ ਕਹਿੰਦੇ ਨਾ ਲਾ ਪੁੱਤ ਆਪਾਂ ਪੈਸੇ ਤਾਂ ਆਪਣੇ ਕੋਲ ਬਹੁਤ ਆ ਅਤੇ ਆਪਾਂ ਅੱਤਵਾਦ ਦੇ ਧੁਨੀ 'ਚ ਜਾ ਕੇ ਤੂੰ ਮਿਲ ਕਿਉਂ ਲਾਉਣਾ ਚਾਹੁੰਦਾ ਮੈਂ ਕਿਹਾ ਲਾਇਸੈਂਸ ਰੋਜ਼ ਰੋਜ਼ ਨਹੀਂ ਮਿਲਦੇ ਅਤੇ ਜੇ ਇਹ ਲਾਇਸੈਂਸ ਇਹ ਕਿਸੇ ਪੀਸ ਵਾਲੀ ਜਗ੍ਹਾ ਹੋਵੇ ਤਾਂ ਕੋਈ ਉਸ ਵੱਲ ਗੁਪਤਾ ਅਤੇ ਗਰਗ ਲਾਊਗਾ ਅਤੇ ਰਾਣੇ ਨੂੰ ਕਿਹਨੇ ਲਾਉਣ ਦੇਣਾ ਅਤੇ ਉਹਦਾ ਲੋਨ ਵੀ ਹੋਇਆ ਉਹ ਫਿਰ ਫੈਕਟਰੀ ਵੀ ਲਾਈ ਅੱਜ ਉਹਦੀ ਕਿਰਪਾ ਨਾਲ ਬਾਬੇ ਤੇਗ ਬਹਾਦਰ ਦੀ ਨਾਲ ਬੜੀ ਕਿਰਪਾ ਫਿਰ ਮਲਟੀਪਲਾਈ ਕੀਤਾ ਕਰਦੇ ਗਏ ਹੁਣ 5-7 ਸ਼ੂਗਰ ਮਿੱਲਾਂ ਡਿਸਟਲਰੀਆਂ ਨੇ ਐਥਨੋਲ ਆ ਪਾਵਰ ਆ ਸਪਿਨਿੰਗ ਮਿੱਲ ਆ ਫਿਰ ਮੈਂ ਹੌਲੀ ਹੌਲੀ ਰਾਜਨੀਤੀ 'ਚ ਆ ਗਿਆ ਹੁਣ ਇਹੀ ਹੈ ਵੀ ਜਦੋਂ ਇੰਨਾ ਇੰਨੀ ਤੁਹਾਨੂੰ ਲੱਗਦਾ ਵੀ ਸਾਰਾ ਕੰਮ ਸੈੱਟ ਹੋ ਗਿਆ ਉਦੋਂ ਤਾਂ ਸਾਰੇ ਬੰਦੇ ਲਈ ਹੋ ਜਾਂਦਾ ਵੀ ਇਹ ਰਾਜਨੀਤੀ ਤਾਂ ਹੁਣ ਆਪਣੇ ਲਈ ਆ ਆਪਾਂ ਰਾਜਨੀਤੀ 'ਚ ਜਾ ਕੇ ਕੀ ਲੈਣਾ ਉਹਦਾ ਕਾਰਨ ਸੀ ਹਾਂ ਇੱਕ ਮੇਰਾ ਮਿੱਤਰ ਸੀ ਜਿਹਨੂੰ ਮੈਂ ਬਚਪਨ ਤੋਂ ਜਾਣਦਾ ਸੀ ਪੌਂਟੀ ਚੱਡਾ ਹਾਂ ਜਿਹੜੇ ਵੇਵ ਵਾਲੇ ਉਹ ਮੇਰੇ ਨਾਲ ਛੋਟਾ ਸੀ ਹਾਂ ਮੈਨੂੰ ਬਹੁਤ ਮੰਨਦਾ ਹੁੰਦਾ ਸੀ ਪਰ ਜੋ ਮੈਂ ਕਰਦਾ ਹੁੰਦਾ ਸੀ ਉਹ ਕਰਦਾ ਹੁੰਦਾ ਸੀ ਅੱਛਾ ਹਾਂ ਉਹਦਾ ਸ਼ਰਾਬ ਦਾ ਕੰਮ ਸੀ ਅਸੀਂ ਗੰਨਾ ਸਪਲਾਈ ਕਰਦੇ ਹਾਂ ਉਹਦਾ ਕ੍ਰੈਸ਼ਰ ਵੀ ਹੁੰਦਾ ਸੀ ਠੀਕ ਆ ਅਤੇ ਮੈਂ ਪੰਜਾਬ ਆਇਆ ਅਤੇ ਮੈਨੂੰ ਕਹਿੰਦਾ ਭਾਊ ਮੈਨੂੰ ਪੰਜਾਬ ਲੈ ਚੱਲ ਅੱਛਾ ਮੈਂ ਸਰਦਾਰ ਬੇਅੰਤ ਸਿੰਘ ਦੇ ਰਾਜ 'ਚ ਉਹਨੂੰ ਸ਼ਰਾਬ ਦਾ ਕੰਮ ਲੈ ਕੇ ਦਿੱਤਾ ਬਠਿੰਡੇ ਵੱਲ ਮਿਲਿਆ ਉਹਨੂੰ ਕੰਮ ਦੁੱਲੋ ਸਾਹਿਬ ਨੇ ਦਿੱਤਾ ਐਕਸਾਈਜ਼ ਮਿਨਿਸਟਰ ਹੁੰਦੇ ਸੀ ਫਿਰ ਕਰਦੇ ਕਰਦੇ ਅਕਾਲੀਆਂ ਦਾ ਰਾਜ ਆ ਗਿਆ ਕੈਰੋਂ ਸਾਹਿਬ ਦੀ ਅਤੇ ਸੁਖਬੀਰ ਬਾਦਲ ਦੀ ਖਟਕਦੀ ਸੀ ਆਪਸ 'ਚ ਉਹ ਕੈਰੋਂ ਦਾ ਬੰਦਾ ਬਣ ਗਿਆ ਉਹਨੂੰ ਵਿਚਾਰੇ ਨੂੰ ਕੀ ਪਤਾ ਕੈਰੋਂ ਸਾਹਿਬ ਆਦੇਸ਼ ਪ੍ਰਤਾਪ ਕੈਰੋਂ ਆਦੇਸ਼ ਪ੍ਰਤਾਪ ਅਤੇ ਸੁਖਬੀਰ ਚੰਗਾ ਨਹੀਂ ਸਮਝਦਾ ਸੀ ਉਹਨੂੰ ਸੁਖਬੀਰ ਨੇ ਕਿਹਾ ਇਹਨੂੰ ਠੇਕੇ ਨਹੀਂ ਦੇਣੇ ਅੱਛਾ ਅਤੇ ਮੈਨੂੰ ਇਹ ਜਾਪਦਾ ਹੁੰਦਾ ਸੀ ਬਾਦਲ ਸਾਹਿਬ ਮੇਰੇ ਆ ਇਹਨਾਂ ਦਾ ਫਾਰਮ ਸੀ ਬਾਜਪੁਰ ਬਾਜਪੁਰ ਮੇਰੇ ਨਾਲ ਬਹੁਤ ਮੁਹੱਬਤ ਕਰਦੇ ਸੀ ਅੱਛਾ ਸੁਖਬੀਰ ਵੀ ਕਰਦਾ ਸੀ ਜਾਂਦੇ ਹੁੰਦੇ ਸੀ ਉੱਥੇ ਫਾਰਮ ਤੇ ਹਾਂ ਫਾਰਮ ਤੇ ਜਾਣਾ ਪਹਿਲਾਂ ਟੈਲੀਫੋਨ ਰਾਣੇ ਨੂੰ ਕਰਨਾ ਅੱਛਾ ਮੈਂ ਕਾਂਗਰਸੀ ਅਸੀਂ ਅਕਾਲੀ ਸੀ ਮੇਰੇ ਪਿਤਾ ਜੀ ਕਾਂਗਰਸੀ ਹੈ ਲੇਕਿਨ ਸਾਡਾ ਮੁੱਖ ਮੰਤਰੀ ਸੀ ਸਾਡੇ ਸੂਬੇ ਦਾ ਸਾਨੂੰ ਚੰਗਾ ਲੱਗਦਾ ਸੀ ਅਤੇ ਬਾਦਲ ਸਾਹਿਬ ਨੇ ਮੈਨੂੰ ਸੱਦ ਲੈਣਾ ਮੈਂ ਰਹਿਣਾ ਘੁੰਮਣਾ ਮੇਰੀ ਉਮਰ 23 ਸਾਲ ਦੀ ਸੀ ਠੀਕ ਹੈ ਇਹ ਬਹੁਤ ਪੁਰਾਣੀ ਗੱਲ ਆ 82 ਦੀ ਗੱਲ ਆ 83 ਦੀ ਅਤੇ ਬਾਦਲ ਸਾਹਿਬ ਨਾਲ ਪਿਆਰ ਸੀ ਅਤੇ ਮੈਂ ਮਾਣ ਹਾਲਾਂਕਿ ਪੰਜਾਬ 'ਚ ਮੈਂ ਰਾਜਨੀਤੀ 'ਚ ਤਾਂ ਨਹੀਂ ਸੀਗਾ ਬਿਲਕੁਲ ਲੇਕਿਨ ਸੀਗਾ ਕਾਂਗਰਸੀ ਆ ਬਾਈ ਬਰਥ ਅੱਛਾ ਅਤੇ ਇਹਨਾਂ ਦੀ ਤਾਂ ਇਹਨਾਂ ਨੇ ਪੌਂਟੀ ਨੂੰ
ਢੀਂਡਸਾ ਸਾਹਿਬ ਨੂੰ ਮੈਂ ਕਿਹਾ ਯਾਰ ਸਾਡੇ ਮਿੱਤਰ ਨੂੰ ਸੁਖਵੀਰ ਬਾਦਲ ਇੰਡਸਟਰੀ ਮਿਨਿਸਟਰ ਸੀ ਕਿ ਤੰਗ ਬੜਾ ਕਰ ਰਿਹਾ ਕਹਿੰਦੇ ਚੱਲ ਆਪਾਂ ਚੱਲਦੇ ਹਾਂ ਢੀਂਡਸਾ ਸਾਹਿਬ ਜੀ ਆਉਂਦੇ ਆ ਪੁੱਛ ਲਿਓ ਅਤੇ ਸੁਖਵੀਰ ਬਾਦਲ ਨੂੰ ਖੁੰਦਕ ਸੀ ਉਹਦੇ ਨਾਲ ਬਾਉਂਟੀ ਨਾਲ ਮੇਰੇ ਨਾਲ ਪਤਾ ਨਹੀਂ ਸ਼ਾਇਦ ਉਹਦੇ ਕਰਕੇ ਖੁੰਦਕ ਹੋ ਗਈ ਮੈਨੂੰ ਘੂਰਿਆ ਇੱਦਾਂ ਉਹਨੇ ਇੱਦਾਂ ਮੈਂ 15 ਮਿੰਟ ਬੈਠਾ ਇੱਦਾਂ ਹੀ ਕਰੀ ਗਿਆ ਮੈਂ ਯਾਰ ਮੈਂ ਇਹਦਾ ਸੀਰੀ ਹਾਂ ਮੈਂ ਬਾਹਰ ਆਇਆ ਢੀਂਡਸਾ ਸਾਹਿਬ ਮੈਂ ਕਿਹਾ ਇਹਨੇ ਮੈਨੂੰ ਸਲੂਕ ਠੀਕ ਨਹੀਂ ਕੀਤਾ ਕਹਿੰਦੇ ਆਪਾਂ ਵੱਡੇ ਬਾਦਲ ਸਾਹਿਬ ਕੋਲ ਚੱਲਦੇ ਹਾਂ ਅਤੇ ਅਸੀਂ ਦਿੱਲੀਓਂ ਚੰਡੀਗੜ੍ਹ ਆ ਗਏ ਢੀਂਡਸਾ ਸਾਹਿਬ ਨਾਲ ਮੇਰਾ ਬੜਾ ਪਿਆਰ ਬਹੁਤ ਇੱਜ਼ਤ ਕਰਦਾ ਮੈਂ ਉਹਨਾਂ ਦੀ ਮੈਂ ਬਾਦਲ ਸਾਹਿਬ ਦੀ ਬੜੀ ਇੱਜ਼ਤ ਕਰਦਾ ਅਤੇ ਬਾਦਲ ਸਾਹਿਬ ਨੇ ਵੀ ਕੋਈ ਨਿਆਂ ਨਹੀਂ ਦਿੱਤਾ ਫਿਰ ਜੋ ਬਾਦਲ ਸਾਹਿਬ ਨੂੰ ਮੈਂ ਕਹਿ ਸਕਦਾ ਸੀ ਮੈਂ ਕਹਿ ਕੀ ਕਹਿ ਸਭ ਕੁਛ ਹੀ ਕਹਿ ਮੇਰਾ ਜਿੱਦਾਂ ਦਾ ਸੁਭਾਅ ਉਹ ਕੁਛ ਕਹਿ ਅਤੇ ਜਦੋਂ ਮੈਂ ਉਹ ਮੁੱਖ ਮੰਤਰੀ ਸੀਗੇ ਮੈਂ ਗੇਟ ਤੋਂ ਬੰਦਾ ਤਾਂ ਹੁਣ ਬਹੁਤ ਕੁਛ ਕਹਿ ਸਕਦਾ ਸਭ ਕੁਛ ਕਹਿ ਦੇਣਾ ਮੈਂ ਜਦ ਮੇਰਾ ਮਨ ਹੋਵੇ ਨਾ ਫਿਰ ਕੁਛ ਨਹੀਂ ਚਲੋ ਮੇਰਾ ਬਜ਼ੁਰਗ ਹੈ ਮੈਂ ਇੱਜ਼ਤ ਵੀ ਬੜੀ ਕਰਦਾ ਮੈਂ ਤੁਹਾਨੂੰ ਦੱਸਿਆ ਮੇਰਾ ਪਿਆਰ ਬੜਾ ਸੀ ਨਹੀਂ ਅਸੀਂ ਵੀ ਨਹੀਂ ਕਹਿੰਦੇ ਇੱਜ਼ਤ ਤੋੜੋ ਮੈਂ ਤਾਂ ਊਂ ਪੁੱਛਦਾ ਵੀ ਬੰਦਾ ਤਾਂ ਬੜਾ ਕੁਛ ਕਹਿ ਸਕਦਾ ਹੁੰਦਾ ਸਭ ਕੁਛ ਹੀ ਕਹਿ ਲਿਆ ਮੈਂ ਉਹਨੂੰ ਕਿਹਾ ਟੈਲੀਫੋਨ ਹੈ ਚੱਕੋ ਪੌਂਟੀ ਚੱਡੇ ਦੇ ਹੱਕ 'ਚ ਕਰੋ ਅੱਛਾ ਉਹਨੇ ਟੈਲੀਫੋਨ ਨਹੀਂ ਚੱਕਿਆ ਮੈਂ ਅੱਜ ਦੇ ਬਾਅਦ ਤੁਹਾਡੇ ਦਰਸ਼ਨ ਨਹੀਂ ਕਰਨੇ ਹੋਰ ਇਹ ਤੋਂ ਪਹਿਲਾਂ ਵੀ ਬਹੁਤ ਕੁਛ ਕਿਹਾ ਸੀ ਅਤੇ ਸਰਵੇਸ਼ ਕੌਸ਼ਲ ਮੈਨੂੰ ਕਹਿੰਦਾ ਮੁੱਖ ਮੰਤਰੀ ਆ ਤੈਨੂੰ ਡਰ ਨਹੀਂ ਲੱਗਦਾ ਮੈਂ ਕਿਹਾ ਮੈਂ ਨਾ ਮੁੱਖ ਮੰਤਰੀ ਦੀ ਗੋਦੀ 'ਚ ਬਹਿ ਕੇ ਖੇਲਿਆ ਨਰਿੰਦਰ ਤਿਵਾੜੀ ਸਾਡੇ ਘਰ ਮੁੱਖ ਬਤੌਰ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਠੀਕ ਹੈ ਅਤੇ ਚਲੋ ਉਹਨੇ ਮੇਰੀ ਮੈਨੂੰ ਉਹਦੀ ਕਹਿੰਦਾ ਤੈਨੂੰ ਪਤਾ ਲੱਗੂਗਾ ਸਰਵੇਸ਼ ਕੌਸ਼ਲ ਵੀ ਜਿਉਂਦਾ ਪੁੱਛ ਲਿਓ ਮੈਂ ਬਾਹਰ ਨਿਕਲਿਆ ਬਾਹਰ ਨਿਕਲਦੇ ਮੇਰੇ ਦਿਮਾਗ ਨੇ ਖਟਕਾ ਕੀਤਾ ਕਿ ਯਾਰ ਇਹ ਗੱਲ ਸਹੀ ਕਹਿੰਦਾ ਮੈਂ ਕਿਹਾ ਸੱਜਣਾ ਹੁਣ ਤੇਰੇ ਕੋਲ ਰਾਹ ਜਾਂ ਤਾਂ ਇੱਕ ਆ ਕਿ ਤੂੰ ਇੰਨੀਆਂ ਗੱਲਾਂ ਗਲਤ ਕਰਕੇ ਆਇਆ ਮੁੱਖ ਮੰਤਰੀ ਨਾਲ ਜਾ ਕੇ ਜਾਂ ਤਾਂ ਉਹਦੇ ਪੈਰੀਂ ਪੈ ਜਾ ਨਹੀਂ ਤੂੰ ਪੰਜਾਬ 'ਚ ਨਹੀਂ ਰਹਿ ਸਕਦਾ ਸਹੀ ਆ ਮੈਂ ਕਹਿੰਦੇ ਪੈਰੀਂ ਤਾਂ ਰਹਿਣਾ ਕਦੇ ਪੈ ਨਹੀਂ ਸਕਦਾ ਕਿ ਚਲੋ ਨੀ ਸੁਖਵੀਰ ਬੱਚਾ ਸੀ ਰੂਪ ਤਾਂ ਬਾਅਦ ਚ ਆਇਆ ਉਸ ਵੇਲੇ ਇੰਨਾ ਨਹੀਂ ਸੀ ਸਰਵੇਸ਼ ਕੌਸ਼ਲ ਦੀ ਗੱਲ ਖਟਕ ਗਈ ਮੈਂ ਕਿਹਾ ਪੈਰੀਂ ਪੈ ਜਾ ਮੈਂ ਪੈਣਾ ਨਹੀਂ ਦੂਜੀ ਆਪਸ਼ਨ ਹੈ ਬਾਜਪੁਰ ਚੱਲ ਜਾ ਮੈਂ ਕਿਹਾ ਮੈਂ ਜਾਣਾ ਨਹੀਂ ਤੀਜੀ ਆਪਸ਼ਨ ਮੇਰੇ ਕੋਲ ਸੀਗੀ ਮੈਂ ਗ੍ਰੀਨ ਕਾਰਡ ਹੋਲਡਰ ਸੀ ਮੈਂ ਕਿਹਾ ਅਮਰੀਕਾ ਵਗ ਜਾ ਮੈਂ ਕਿਹਾ ਨਹੀਂ ਯਾਰ ਇਹ ਚੌਥੀ ਰੱਖਣੀ ਹੈ ਥਰਡ ਆਪਸ਼ਨ ਮੈਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਨਵਾਂ ਨਵਾਂ ਮਿਲਿਆ ਸੀ ਅਤੇ ਆਦਮਪੁਰ ਇਲੈਕਸ਼ਨ ਸੁਖਵੀਰ ਬਾਦਲਿਆ ਅਕਾਲੀ ਦਲ ਹਰ ਗਿਆ ਅਤੇ ਮੇਰੇ ਘਰ ਜਲੰਧਰ ਮਜਮਾ ਲੱਗਾ ਹੁੰਦਾ ਸੀ ਹਾਲਾਂਕਿ ਮੈਂ ਨਾ ਅਕਾਲੀਆਂ ਦੀ ਮਦਦ ਕੀਤੀ ਸੀ ਨਾ ਅਕਾਲੀਆਂ ਕਾਂਗਰਸੀਆਂ ਦੀ ਜੱਸੀ ਬਹਿ ਜਾਂਦਾ ਸਾਰੇ ਲੀਡਰ ਆ ਜਾਣੇ ਖਾਣਾ ਖੁਣਾ ਖਾਣਾ ਰਾਤ ਨੂੰ ਉੱਥੇ ਖੁੱਲ੍ਹਾ ਦਰਬਾਰ ਸੀ ਅਤੇ ਕਿਸੇ ਨੇ ਚੁਗਲੀ ਮਾਰ ਦਿੱਤੀ ਇਹਨਾਂ ਨੂੰ ਖੁੰਦਕ ਉਹ ਵੀ ਸੀ ਅਤੇ ਫਿਰ ਮੈਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਦੋਂ ਮੈਂ ਆਦਮਪੁਰ ਇਲੈਕਸ਼ਨ 'ਚ ਪਹਿਲੀ ਵਾਰ ਮਿਲਿਆ ਠੀਕ ਹੈ ਅਤੇ ਮੈਂ ਫਾਈਨੈਂਸ਼ੀਅਲ ਮਦਦ ਕੀਤੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਕੀਤੀ ਉਹ ਇਲੈਕਸ਼ਨ ਲੜਨ ਲਈ ਕੀਤੀ ਓਕੇ ਬਾਦਲ ਸਾਹਿਬ ਦੀ ਵੀ ਕੀਤੀ ਉਹ ਵੀ ਕੋਈ ਓਹਲਾ ਨਹੀਂ ਮੈਨੂੰ ਕਹਿਣ 'ਚ ਇਹ ਯਾਰ ਰਵਾਇਤ ਇੰਡਸਟਰੀਸਟ ਨੂੰ ਜਾਣਾ ਪੈਂਦਾ ਹਾਂ ਤਾਂ ਕੀ ਹੋ ਗਿਆ ਅਤੇ ਮਹਾਰਾਜਾ ਨਾਲ ਪਹਿਲੀ ਮੁਲਾਕਾਤ ਹੋਈ ਉਹ ਖੁਸ਼ ਹੋਏ ਮੇਰੇ ਨਾਲ ਐਂਡ ਇੱਕ ਈਵਨਿੰਗ ਅਸੀਂ ਇਕੱਠਿਆਂ ਨੇ ਬਿਤਾਈ ਫਿਰ ਮੈਂ ਟੈਲੀਫੋਨ ਮਾਰਿਆ ਮਹਾਰਾਜ ਸਾਹਿਬ ਨੂੰ ਮੈਂ ਕਿਹਾ ਜੀ ਮੇਰਾ ਮਨ ਹੁਣ ਰਾਜਨੀਤੀ ਕਰਨ ਦਾ ਅਤੇ ਕਹਿੰਦੇ ਯੈਸ ਆਈ ਨੀਡ ਪੀਪਲ ਲਾਈਕ ਯੂ ਮੈਂ ਕਿਹਾ ਵੈਰੀ ਗੁੱਡ ਫਿਰ ਮੈਂ ਮਹਾਰਾਜ ਨੇ ਮੇਰੇ ਕੋਲ ਮਰਸਰੀ ਕਾਰ ਹੁੰਦੀ ਸੀ ਉਦੋਂ ਕਿਸੇ ਕਿਸੇ ਕੋਲ ਹੁੰਦੀ ਸੀ ਅਤੇ ਮੈਂ 6 ਮਹੀਨੇ ਮਹਾਰਾਜ ਨੇ ਜਿੱਥੇ ਹੋਣਾ ਉਹਨੂੰ ਸਵੇਰੇ ਮਹਾਰਾਜ ਸਾਹਿਬ ਨੂੰ ਚੱਕਣਾ ਉਹਨਾਂ ਦੇ ਨਾਲ ਜਾਣਾ ਔਰ ਮੇਰੇ ਨਾਲ ਬਹੁਤ ਮੁਹੱਬਤ ਕਰਦੇ ਸੀ ਮੁਹੱਬਤ ਸ਼ਾਇਦ ਹੁਣ ਵੀ ਕਰਦੇ ਹੋ ਸ਼ਾਇਦ ਕਰਦੇ ਹੋਣ ਅੱਜ ਸ਼ਾਇਦ ਕਿਉਂ ਹੋ ਗਿਆ ਯਾਰ
ਯਾਦਾਸ਼ਤ ਜਿਹੜਾ ਥੋੜ੍ਹੀ ਕਮਜ਼ੋਰ ਹੈ ਹੋ ਜਾਂਦਾ ਕੋਈ ਗੱਲ ਨਹੀਂ। ਅਤੇ ਮੈਂ ਕਿਹਾ ਜੀ ਮੈਂ ਇਲੈਕਸ਼ਨ ਲੜਨੀ ਹੈ, ਕਹਿੰਦੇ ਬਿਲਕੁਲ ਲੜਾਵਾਂਗੇ। 1999 ਦੀ ਗੱਲ ਹੈ, ਮੈਂ ਮਾਰਚ 'ਚ ਆਪਣਾ ਮਨ ਬਣਾਇਆ 99 'ਚ, ਅਤੇ ਜੂਨ 'ਚ ਜੁਲਾਈ 'ਚ ਅਗਸਤ ਇਲੈਕਸ਼ਨ ਸੀ। ਮੈਂ ਕਿਹਾ ਜੀ ਮੈਨੂੰ MP ਦੀ ਟਿਕਟ ਦੇ ਦਿਓ। ਉਹ ਵੀ ਹੈਰਾਨ ਹੋ ਗਏ ਕਿ ਇਹਨੂੰ ਪੋਲੀਟਿਕਸ ਦਾ ਨਾ ਇਲ ਦਾ ਕੁੱਕੜ ਨਹੀਂ ਪਤਾ, ਅਤੇ ਮੰਗਦਾ ਮੇਰੇ ਤੋਂ ਹੁਣ MP ਦੀ ਟਿਕਟ। ਚਲੋ MP ਦੀ ਟਿਕਟ ਤਾਂ ਮੈਨੂੰ ਨਹੀਂ ਮਿਲੀ। ਫਿਰ 2002 'ਚ ਮਹਾਰਾਜ ਸਾਹਿਬ ਨੇ ਮੈਨੂੰ MLA ਦੀ ਟਿਕਟ ਦਿੱਤੀ। ਇੱਥੋਂ ਹੀ ਉਹਨੇ ਕਿਹਾ ਬੋਲ ਕਿੱਥੋਂ ਲੜਨਾ। ਵੈਸੇ ਟੈਕਨੀਕਲੀ ਬਿਆਸ ਬਣਦੀ ਸੀ ਮੇਰੀ, ਕਿਉਂਕਿ ਮੇਰੀ ਮਿਲ ਸੀ ਉੱਥੇ। ਠੀਕ ਹੈ। ਅਤੇ ਆਪਣੀ ਉਹ ਜ਼ਮਾਨੇ 'ਚ ਅੱਤਵਾਦ ਨਵਾਂ ਨਵਾਂ ਗਿਆ ਸੀਗਾ, 10 ਕੁ ਸਾਲ ਹੋਏ ਸੀ, ਮਿਲ ਦਾ ਵੀ ਨਾਂ ਸੀ, ਲੋਕ ਚੰਗਾ ਸਮਝਦੇ ਸੀ ਮਿਲ ਵਾਲਿਆਂ ਨੂੰ। ਅਤੇ ਡਿੰਪੇ ਨੂੰ ਹੋਇਆ ਕਿ ਰਾਣਾ ਹੁਣ ਮੇਰੇ ਉੱਪਰ ਡਿੱਗੂ। ਉਹਨੇ ਇੱਕ ਦਿਨ ਮੈਨੂੰ ਘਰੇ ਸੱਦਿਆ, ਸੇਵਾ ਸੂਵਾ ਸ਼ਾਮ ਨੂੰ ਕੀਤੀ, ਅਤੇ ਫਿਰ ਮੁੜ ਕੇ ਮੈਥੋਂ ਕਸਮ ਖਵਾ ਲਈ। ਮੈਂ ਤਾਂ ਵੈਸੇ ਵੀ ਨਹੀਂ ਲੜਨੀ ਸੀ। ਕਹਿੰਦਾ ਉੱਧਰ ਬਾਬਾ ਬਕਾਲਾ ਸਾਹਿਬ ਆ, ਉੱਧਰ ਨੂੰ ਮੂੰਹ ਕਰਕੇ ਸਹੁੰ ਖਾ ਕੇ ਕਹਿ ਤੂੰ ਨਹੀਂ ਲੜੇਗਾ। ਮੈਂ ਕਿਹਾ ਮੈਂ ਨਹੀਂ ਲੜਨੀ ਯਾਰ। ਜਸਬੀਰ ਡਿੰਪਾ ਜਿਹੜੇ ਡਿੰਪਾ MP ਸਾਹਿਬ, ਚਲੋ ਉਹਨੂੰ ਵਹਿਮ ਸੀ ਮੈਂ ਉੱਥੋਂ ਲੜਨਾ। ਮੈਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ ਕਪੂਰਥਲੇ ਚਲ ਜਾ, ਇਹ ਸੀਟ ਬੜੀ ਵਧੀਆ, ਇੱਥੇ ਸਰਦਾਰ ਗੁਲਜ਼ਾਰ ਸਿੰਘ ਹੁੰਦੇ ਸੀ। ਠੀਕ ਹੈ। ਹਰਿਓ MLA ਉਦੋਂ ਪਹਿਲਾਂ ਵਜ਼ੀਰ ਰਹੇ ਬੇਅੰਤ ਸਿੰਘ ਦੀ ਸਰਕਾਰ 'ਚ, ਅਤੇ ਆਪਾਂ ਇੱਥੇ ਆ ਕੇ ਚੰਡੀਗੜ੍ਹ ਦੇ ਉੱਤੇ। ਮੈਨੂੰ ਕੋਈ ਜਾਣਦਾ ਨਹੀਂ ਸੀ, ਅਤੇ ਕਰਦੇ ਕਰਾਉਂਦੇ ਟਿਕਟ ਵੀ ਦੇ ਦਿੱਤੀ ਮਹਾਰਾਜ ਨੇ। ਫਿਰ ਮੈਂ 10,000 ਕੁਛ ਵੋਟਾਂ 'ਤੇ ਜਿੱਤਿਆ ਪਹਿਲੀ ਵਾਰ। ਪਰ ਸਭ ਤੋਂ ਇੱਕ ਇਹ ਵੀ ਹੈ ਵੀ ਜਦੋਂ ਕਾਂਗਰਸ ਦੀਆਂ ਪੂਰੇ ਪੰਜਾਬ 'ਚ 2 ਸੀਟਾਂ ਆਈਆਂ ਸੀ MP ਦੀਆਂ, ਉਦੋਂ ਵੀ ਤੁਸੀਂ ਕੱਢ ਗਏ ਸੀ ਆਪਦੀ MP ਦੀ ਸੀਟ। ਉਹ ਨਾ ਜੀ, ਉਹ ਤਾਂ ਬੜੀ ਇੰਟਰਸਟਿੰਗ, ਮੈਨੂੰ ਵੀ ਨਹੀਂ ਪਤਾ ਮੈਂ ਕਿੱਦਾਂ ਜਿੱਤਿਆ, ਮਿਹਨਤ ਬੜੀ ਕੀਤੀ। ਦੂਜੇ ਬੰਨੇ ਨਰੇਸ਼ ਗੁਜਰਾਲ, ਮੈਂ ਤਾਂ ਹੀ ਆਈ ਕਿਹਾ ਗੁਜਰਾਲ ਸਾਹਿਬ ਦਾ ਬੇਟਾ ਸੀ। ਮੈਂ ਤਾਂ ਹੀ ਕਿਹਾ ਮੇਰਾ ਕੱਦ ਦੇਖੋ ਕੀ ਸਿਆਸੀ ਕੱਦ ਸੀ ਭਾਈ ਮੇਰਾ। ਮੈਂ ਕਿ 1 ਟਾਈਮ MLA। ਹਾਂ ਅੱਛਾ, 1 ਟਾਈਮ MLA ਜਦੋਂ ਮੈਂ ਬਣਿਆ, ਤਾਂ ਮੈਂ ਸੋਚਦਾ ਸੀ ਕਿ ਮੇਰੇ ਨੂੰ ਅਕਲਮੰਦ ਕੋਈ ਨਹੀਂ, ਮੈਨੂੰ ਜਾਂਦਾ ਹੀ ਮਹਾਰਾਜਾ ਵਜ਼ੀਰ ਬਣਾ ਦੂਗਾ। ਉਹ ਕਾਹਨੂੰ ਬਣਾਉਂਦਾ ਕੋਈ ਯਾਰ ਪੈਰਿਡ ਫਸਟ ਅਰਮਰ ਨੂੰ ਵਜ਼ੀਰ। ਅਤੇ ਮੈਂ ਕਿਹਾ ਲੈਣ ਕੀ ਆਇਆ ਯਾਰ ਤੂੰ ਇੱਥੇ ਅਸੈਂਬਲੀ 'ਚ। ਮੈਂ ਬੈਠੇ ਨੂੰ ਸੋਚਿਆ ਦਵਾ ਕਰ ਛੱਡ ਪਰੇ, ਇੰਨੀ ਦੂਰ ਨੂੰ MP ਦੀਆਂ ਇਲੈਕਸ਼ਨਾਂ ਆ ਗਈਆਂ। ਅਤੇ ਮੇਰੀ ਚੌਧਰੀ ਜਗਜੀਤ ਸਿੰਘ ਨੇ ਬਹੁਤ ਮਦਦ ਕੀਤੀ। ਉਹਨੇ ਕਿਹਾ ਤੂੰ MLA ਨਹੀਂ ਤੂੰ ਵਜ਼ੀਰ ਬਣ, ਉਹਦੇ MP ਬਣ। ਅਤੇ MP ਬਣ ਕੇ ਮੈਂ ਲੜੇ, ਮੇਰੀ ਸਾਰਿਆਂ ਨੇ ਮਦਦ ਕੀਤੀ। ਮੈਂ ਕਿਸੇ ਦਾ ਵੀ ਕਹਾਂ ਕਿ ਫਲਾਣੇ ਨੇ ਮੇਰੀ ਮਦਦ ਕੀਤੀ, ਸਭ ਨੇ ਮਦਦ ਕੀਤੀ। ਠੀਕ ਹੈ। ਅਤੇ ਇਲੈਕਸ਼ਨ ਮੈਂ ਲੜਿਆ ਬਹੁਤ ਤਕੜੇ ਹੋ ਕੇ। ਉਦੋਂ ਇਹਨਾਂ ਨੂੰ ਇਲੈਕਸ਼ਨ ਲੜਨੇ ਨਹੀਂ ਆਉਂਦੇ ਹੁੰਦੇ, ਜਿੰਨੇ ਰਾਜਨੀਤਿਕ ਲੋਕ ਹੈ ਨਾ। ਕੀ ਖਾਸ ਕਰਿਆ ਸੀ ਤੁਸੀਂ ਉਦੋਂ ਜਿਹੜਾ ਹੁਣ ਤੱਕ ਨਹੀਂ ਕਰਦੇ ਸੀ ਲੋਕ? ਜੋ ਅੱਜ ਕਰ ਰਹੇ ਨਾ ਮੈਂ ਉਦੋਂ ਕਰਦਾ ਸੀ। ਜਿਵੇਂ ਕਿ ਮਤਲਬ ਮੈਂ ਤਾਂ ਜਿਵੇਂ ਤੁਹਾਨੂੰ ਦੱਸਾਂ, ਅਗਲੀ ਪੀੜ੍ਹੀ ਤੁਸੀਂ ਮੇਰਾ ਦਫ਼ਤਰ ਦੇਖਿਆ? ਹਾਂ। ਥੱਲੇ ਕੰਪਿਊਟਰਾਈਜ਼ ਦੇਖਿਆ? ਹਾਈਟੈਕ ਆ, ਹਾਈਟੈਕ ਹੈ ਨਾ। ਹਾਂ, ਇਹ ਉਦੋਂ ਵੀ ਉਦੋਂ ਮਾਡਲ ਹੋ ਸਕਦਾ ਕੰਪਿਊਟਰਾਂ ਦੇ ਰਗੜ ਜਿਹਾ ਹੁਣ, ਪੁਰਾਣੇ ਮਾਡਲ ਜਿਹੜੇ ਹੁੰਦੇ ਸੀ। ਹਾਂ, ਉਹ ਲੰਬੇ ਜਿਹੇ ਸੀ। ਉਦੋਂ ਵੀ ਮੇਰੇ ਦਫ਼ਤਰ 'ਚ ਕੰਪਿਊਟਰ ਰਾਹੀਂ ਕੰਮ ਹੁੰਦਾ ਸੀ। ਅੱਛਾ। ਹਰ ਬੰਦੇ ਦਾ ਫੀਡ ਕਰਦਾ ਸੀ ਮੈਂ, ਫਿਰ ਮੈਂ ਜ਼ੋਨ ਬਣਾਉਂਦਾ ਸੀ। ਪੰਜਾਬ 'ਚ ਜ਼ੋਨ ਨਹੀਂ ਉਦੋਂ ਬਣਾਉਂਦਾ ਸੀ। ਹਾਂ, ਕਿਸ ਪਿੰਡ 'ਚ ਕਿੰਨੀ ਵੋਟ ਆ, ਜ਼ੋਨ ਉੱਥੇ ਇੰਚਾਰਜ ਕੌਣ ਆ, ਉਹਦਾ ਨਾਮ, ਉਹਦਾ ਟੈਲੀਫੋਨ ਨੰਬਰ, ਹੈਂਜੀ, ਫਿਰ ਡਿਊਟੀਆਂ। ਫਿਰ ਮੈਂ ਹਰ ਚਾਹੇ ਮੈਂ MLA ਲੜਿਆ, ਚਾਹੇ ਮੈਂ MP ਲੜਿਆ, ਅਤੇ ਮੈਂ ਬਾਹਰੋਂ ਬੰਦੇ ਲਿਆਉਣਾ। ਬਾਹਰੋਂ ਲੋਕ ਮੈਨੇਜਮੈਂਟ ਕਰਦੇ ਨਾ, ਅੱਜ ਮੈਨੇਜਮੈਂਟ ਵੀ ਬਾਹਰ ਲਈ ਆ। ਪ੍ਰਸ਼ਾਂਤ ਕਿਸ਼ੋਰ ਟਾਈਪ, ਇਹ ਪ੍ਰਸ਼ਾਂਤ ਕਿਸ਼ੋਰ ਬਣੇ ਫਿਰਦੇ ਆ। ਮੈਂ ਪ੍ਰਸ਼ਾਂਤ ਕਿਸ਼ੋਰ ਨੂੰ ਕਿਹਾ ਮੈਂ ਨਹੀਂ ਤੈਨੂੰ ਡਾਟਾ ਦਿੰਦਾ, ਮੈਂ ਨਹੀਂ ਡਾਟਾ ਦਿੱਤਾ, ਮੈਂ ਤੈਨੂੰ ਮੈਂ ਡਾਟਾ ਦੇ ਦਿੰਦਾ, ਤੂੰ ਜਾ ਕੇ ਵੇਚ ਦੇ। ਅੱਜ ਤੂੰ ਸਾਡਾ ਕੰਸਲਟੈਂਟ ਹੈ, ਕੱਲ੍ਹ ਨੂੰ ਤੂੰ ਕਿਸੇ ਹੋਰ ਦਾ ਹੋਏ। ਹੋਰ ਗੱਲ ਸੱਚੀ ਆ, ਸੱਚੀ ਆ, ਮੇਰੇ ਨਾਲ ਗੁੱਸੇ ਵੀ ਹੋਏ, ਮੈਂ ਉਹਨੂੰ ਬਣਨ ਨਹੀਂ ਦਿੱਤਾ ਸੀ ਇੱਥੇ। ਅੱਛਾ। ਨਾ, ਮੈਂ ਕਿਹਾ ਤੇਰਾ ਕੀ ਕੰਮ, ਆਈ ਡੋਂਟ ਨੀਡ ਐਨੀ ਕੰਸਲਟੈਂਟ। ਮਹਾਰਾਜ ਮੇਰੇ ਨਾਲ ਗੁੱਸੇ ਵੀ ਹੋਏ, ਕਹਿੰਦੇ ਵਾਈ ਡੋਂਟ ਯੂ ਗਿਵ ਹਿਮ ਦੀ ਇਨਫੋਰਮੇਸ਼ਨ। ਮੈਂ ਕਿਹਾ ਸਰ ਵਾਈ ਸ਼ੁੱਡ ਆਈ ਗਿਵ ਮਾਈ 15 ਈਅਰ 17 ਈਅਰਸ ਵਟ ਐਵਰ ਆਈ ਹੈਵ ਅਰਨਡ, ਆਈ ਗਿਵ ਇਟ ਟੂ ਹਿਮ, ਹੀ ਬਲੱਡੀ ਸੈਲਸ ਇਟ ਟੂ ਸਮਵਨ ਐਲਸ।
ਤੇ ਚਲੋ ਛੱਡੋ ਇਹ ਸਾਰੇ ਕੰਮ ਮੈਂ ਉਦੋਂ ਕਰਦਾ ਹੁੰਦਾ ਸੀਗਾ ਪਰ ਮੈਂ ਹੁਣ ਤੇ ਬਾਈ ਇਲੈਕਸ਼ਨ ਆ ਗਈ ਮੈਂ ਛੱਡਦਾ ਨਹੀਂ ਮੈਂ ਇੱਕ ਗੱਲ ਤਾਂ ਐਡ ਕਰਨੀ ਆ ਮਤਲਬ ਐਂ ਵੀ ਨਹੀਂ ਮੈਂ ਇਹਨੂੰ ਰੋਕਦਾ ਵੀ ਅਸੀਂ ਇਹੀ ਸੋਚਦੇ ਸੀ ਵੀ ਇਹ ਚੀਜ਼ਾਂ ਤਾਂ ਅਮਿਤ ਸ਼ਾਹ ਲੈ ਕੇ ਆਏ ਆ ਰਾਜਨੀਤੀ ਦੇ ਵਿੱਚ ਆ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜ਼ੋਨ ਬਣਾ ਕੇ ਇੰਚਾਰਜ ਕਰਨੇ ਕਾਂਗਰਸ ਨੇ ਨਹੀਂ ਸਾਨੂੰ ਪਛਾਣਿਆ ਹਾਂ ਉਹ ਗੱਲ ਵੱਖਰੀ ਆ ਲੇਕਿਨ ਸ਼ੁਰੂਆਤ ਆਪਾਂ ਕੀਤੀ ਹੈ ਕਿਸੇ ਨੂੰ ਪੁੱਛ ਲਿਓ ਠੀਕ ਹੈ ਫਿਰ ਬਾਈ ਇਲੈਕਸ਼ਨ ਆ ਗਈ ਹਾਂ ਜਿੰਨੇ ਹੁਣ ਜਰਦਾਰ ਕਹਿੰਦੇ ਸੁਖਬੀਰ ਇਜ਼ ਅ ਵੈਰੀ ਗੁੱਡ ਮੈਨੇਜਰ ਹਾਂ ਉਹ ਇੱਥੋਂ ਸਿੱਖ ਕੇ ਗਏ ਮੇਰਾ ਪ੍ਰੋਗਰਾਮ ਬਣਦਾ ਡੇਲੀ ਜਿੱਦਾਂ ਚਾਰਟ ਬਣਦਾ ਉਦੋਂ ਵੀ ਐਂ ਬਣਦਾ ਹੁੰਦਾ ਸੀ ਠੀਕ ਹੈ ਜ਼ੋਨ ਬਣਾਏ ਮੈਂ ਹਾਂ ਜ਼ੋਨਾਂ ਦੇ ਵਿੱਚ ਮੈਂ ਮੈਨੂੰ ਇੱਥੇ ਇਲੈਕਸ਼ਨ ਲੜਾਉਣ ਆਉਂਦੇ ਆ ਨਾ ਹਾਂ 2000 ਬੰਦਾ ਆ ਜਾਂਦਾ ਜਦੋਂ ਤੁਹਾਡੀ ਸਰਕਾਰ ਹੁੰਦੀ ਆ ਠੀਕ ਹੈ ਇੱਥੇ ਜਿਹੜੇ ਵੱਡੇ ਵੱਡੇ ਲੀਡਰ ਗੇੜੀ ਮਾਰਦੇ ਆ ਮੈਂ ਗੇੜੀ ਗੁੜੀ ਕੋਈ ਨਹੀਂ ਹਾਂ ਜ਼ੋਨ ਫੜੋ ਇਸ ਜ਼ੋਨ 'ਚ ਕੰਮ ਕਰੋ ਇਹਦੀ ਰਿਪੋਰਟਿੰਗ ਦਊਂਗਾ ਸਹੀ ਮੈਨੂੰ ਗੁੱਸੇ ਵੀ ਹੋ ਗਏ ਹਾਂ ਇੱਕ ਦਿਨ ਇੱਥੇ ਥੱਲੇ ਉਦੋਂ ਮੈਂ ਉੱਥੇ ਰਹਿੰਦਾ ਸੀ ਮੇਰੇ ਰਿਸ਼ਤੇਦਾਰ ਦਾ ਘਰ ਸੀ ਇੱਦਾਂ ਦਾ ਇਸੇ ਰੋਡ 'ਤੇ ਠੀਕ ਹੈ ਅਤੇ ਅੰਦਰ ਏ ਸੀ 'ਤੇ ਬੈਠੇ ਹੁਣ ਨੌ ਨਹੀਂ ਲੈਣੇ ਮੈਂ ਨਾ ਨਾ ਬਾਹਰ 2000 ਬੰਦਾ 1500 ਬੰਦਾ ਖੜ੍ਹਾ ਮੈਂ ਇੱਥੇ ਕੀ ਕਰਦੇ ਚਲੋ ਬਾਹਰ ਮੈਂ ਬਹੁਤ ਜੂਨੀਅਰ ਸੀ ਮੈਂ ਤੂੰ ਫੇਵਰਟ ਹੈ ਬਾਹਰ ਜਿੱਥੇ ਏ ਸੀ ਨਹੀਂ ਸੀ ਮੈਂ ਇੱਥੇ ਬੈਠ ਕੇ ਡੀਲ ਕਰੋ ਜੇ ਆਏ ਹੋ ਤਾਂ ਅਤੇ ਜ਼ੋਨਿੰਗ ਹੋਈ ਦੁੱਲੋ ਸਾਹਿਬ ਦੀ ਮੈਂ ਦਾਤ ਦਊਂਗਾ ਬਹੁਤ ਵੱਡਾ ਲੀਡਰ ਸੀ ਉਸ ਵੇਲੇ ਮੈਂ ਦੁੱਲੋ ਸਾਹਿਬ ਸਾਰਾ ਹਲਕਾ ਨਹੀਂ ਦੇਖ ਜਿਹੜਾ ਆਉਂਦਾ ਸੀ ਕਹਿੰਦਾ ਮੈਂ ਸਾਰੀ ਜਗ੍ਹਾ ਘੁੰਮੂੰਗਾ ਮੈਂ ਕਿਹਾ ਮੈਨੂੰ ਲੋੜ ਨਹੀਂ ਮੈਨੂੰ ਲਿਸਟ ਮਿਲੀ ਮੈਂ ਉਹਨਾਂ 'ਚ ਬੰਦੇ ਚੁਣੇ ਕਿ ਆਹ ਵਜ਼ੀਰ ਅਤੇ ਆਹ MLA ਮੈਨੂੰ ਚਾਹੀਦੇ ਆ ਸਾਰਿਆਂ ਨੇ ਦੱਸਿਆ ਕਿ ਭਾਈ ਜ਼ੋਨ ਮਿਲਣਾ ਉਸ ਜ਼ੋਨ 'ਚ 5 ਪਿੰਡ ਹੋਣ 4 ਪਿੰਡ ਹੋਣ 7 ਪਿੰਡ ਹੋਣ ਉਹ ਜ਼ਿੰਮੇਵਾਰੀ ਤੁਹਾਡੀ ਜ਼ਿੰਮੇਵਾਰੀ ਬਣ ਗਈ ਨਾ ਜ਼ਿੰਮੇਵਾਰੀ ਜ਼ਿੰਮੇਵਾਰੀ ਵਾਲਾ ਸਿਸਟਮ ਮੈਂ ਚਾਲੂ ਕੀਤਾ ਜਿਹੜਾ ਮੈਂ ਅੱਜ ਵੀ ਫੋਲੋ ਕਰਦਾ ਜਿਹੜਾ ਲੋਕ ਵੀ ਕੁਛ ਲੋਕ ਉਹ ਫੋਲੋ ਕਰਨ ਲੱਗ ਪਏ ਅਤੇ ਦੁੱਲੋ ਸਾਹਿਬ ਨੇ ਇੱਥੇ ਔਜਲਾ ਜ਼ੋਨ ਮੇਰਾ ਲਿਆ ਸੀ ਪਰ ਮੈਨੂੰ ਕਹਿੰਦੇ ਯਾਰ ਨਾਣੇ ਮੈਂ ਮੰਨ ਗਿਆ ਮੈਂ ਤੈਨੂੰ ਆਹ ਸਿਸਟਮ ਮੈਂ ਨਹੀਂ ਦੇਖਿਆ ਸੀ ਪਹਿਲਾਂ ਕਦੇ ਕਿਸੇ ਦੇ ਜ਼ੋਨ 'ਚੋਂ ਘਟ ਗਿਆ ਵੀ ਨਾ ਉਹ ਫਿਰ ਮੈਂ ਪਹਿਲਾਂ 10,000 ਤੇ ਜਿੱਤਿਆ ਸੀ ਫਿਰ ਮੈਂ 14,000 ਕੁਛ ਤੇ ਸੁੱਖੀ ਰਾਣਾ ਜਿੱਤੀ ਮੇਰੀ ਭਰਜਾਈ ਅੱਛਾ ਦੋ ਜਣੇ ਸੀ ਜਿੱਤ ਕੇ ਨਾ ਇੱਕ ਸਲੋਗਨ ਚੱਲਿਆ ਸੀ ਰਾਜੇ ਦਾ ਰਾਜੇ ਦੀ ਰਾਣੀ ਅਤੇ ਰਾਣਾ ਇਹ ਦੋ ਜਣੇ ਜਿੱਤੇ ਇਹ ਸਲੋਗਨ ਚੱਲਿਆ ਸੀ ਅਖਬਾਰਾਂ ਨੇ ਛਾਪਿਆ ਸੀ ਅਤੇ ਮਹਾਰਾਜ ਸਾਹਿਬ ਨੇ ਮੈਨੂੰ ਟਿਕਟ ਦਿੱਤੀ ਸੀ ਮੈਂ ਉਹਦਾ ਰਿਣੀ ਆ ਇਹ ਨਹੀਂ ਗੱਲ ਅਤੇ ਜਿੱਤ ਗਏ ਫਿਰ ਫਿਰ ਤਾਂ ਭਾਈ ਫਿਰ ਤਾਂ ਫਿਰ ਮੈਂ ਹੋਇਆ ਕੀ ਕਿ MP ਇਲੈਕਸ਼ਨ 'ਚ ਮੈਂ ਸੋਚਿਆ ਕਿ ਮੈਂ ਮੈਨੂੰ ਲੋਕ ਉੱਦਾਂ ਹੀ ਵੋਟਾਂ ਪਾ ਦੇਣਗੇ ਕਪੂਰਥਲੇ 'ਤੇ ਪਰ ਜਦੋਂ ਮੈਂ ਟਿਕਟ ਲੈ ਕੇ ਆਇਆ ਨਾ ਜਲੰਧਰ ਦੀ ਹਿਸਟਰੀ 'ਚ ਆ ਕਿ ਇੰਨਾ ਇਕੱਠ ਕਦੇ ਨਹੀਂ ਹੋਇਆ ਔਰ ਮੈਨੂੰ ਲੈਣ ਇਹਨਾਂ ਨੇ ਰਿਸੀਵ ਕੀਤਾ ਰੇਲਵੇ ਸਟੇਸ਼ਨ 'ਤੇ ਮੇਰੀ ਪਲੈਨਿੰਗ ਸੀ ਕਿ ਵੀ ਰੇਲਵੇ ਸਟੇਸ਼ਨ 'ਤੇ ਆਉਂ ਉੱਥੇ ਮੈਨੂੰ ਰਿਸੀਵ ਕਰਨ ਰੇਲਵੇ ਸਟੇਸ਼ਨ ਦੇ ਉੱਤੇ ਇੰਨੀ ਭੀੜ ਹੋ ਗਈ ਕਿ ਸਟੈਂਪੇਡ ਹੋ ਗਈ ਸਾਡੇ ਕਰਨਲ ਸਾਹਿਬ ਜੀ ਉਹਨਾਂ ਦੀਆਂ ਪਸਲੀਆਂ ਟੁੱਟ ਗਈਆਂ ਅਤੇ ਉਹ ਠੀਕ ਨਹੀਂ ਹੋਈਆਂ ਫਿਰ ਵਿਚਾਰੇ ਪਸਲੀਆਂ 'ਚ ਹੀ ਚਲੋ ਵਟਐਵਰ ਇੰਨਾ ਉੱਥੇ ਰਸ਼ ਪਿਆ ਗੱਡੀ 'ਤੇ ਗੱਡੀ ਬਸ ਦੈਟ ਵਾਜ ਦੀ ਫਸਟ ਇੰਪ੍ਰੈਸ਼ਨ ਵਾਜ ਦੀ ਲਾਸਟ ਇੰਪ੍ਰੈਸ਼ਨ ਅਤੇ ਲੋਕ ਮੈਨੂੰ ਮੈਨੂੰ ਚੱਕੀ ਗਏ ਅਤੇ ਮੈਨੂੰ ਜਿਤਾ ਦਿੱਤਾ ਯਾਰ ਮੈਂ MP ਬਣ ਗਿਆ ਹੁਣ ਤੁਸੀਂ ਕਿੰਨੇ ਵਾਰੀ MLA ਹੋ ਗਏ ਇੱਥੋਂ ਮੈਂ 3 ਵਾਰ MLA ਇੱਕ ਵਾਰ MP ਇੱਕ ਵਾਰ ਮੈਂ MP ਹਰ ਗਿਆ ਇੱਕ ਵਾਰ ਮੇਰੀ ਵਾਈਫ MLA ਰਹੀ ਇੱਕ ਵਾਰ ਮੇਰੀ ਸਿਸਟਰ ਇਨ ਲਾਅ MLA ਰਹੀ ਇਹ ਮੇਰੀ 8ਵੀਂ ਇਲੈਕਸ਼ਨ ਆ ਹਾਰਨ ਹਾਰੇ ਕਿੱਥੋਂ ਤੁਸੀਂ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ 31,000 ਤੇ ਹਰ ਗਿਆ ਮੈਂ ਉਹਦਾ ਕੀ ਰੀਜ਼ਨ ਰਹਿ ਗਿਆ ਕਿ ਬਸ ਕਿ ਉਹੀ ਗੱਲ ਹੋ ਗਈ ਵੀ ਕਾਂਗਰਸ ਨੂੰ ਹਰਾ ਦਿੰਦੀ ਆ ਨਹੀਂ ਹਾਂ ਹੋਇਆ ਇਹ ਕਿ ਸਰਦੂਲ ਸਿੰਘ ਜੀ ਨੂੰ ਡੈਨੀ ਦੀ ਟਿਕਟ ਮਿਲ ਗਈ ਫਰੀਦਕੋਟ ਠੀਕ ਹੈ ਉਹ ਹਲਕਾ ਛੱਡ ਕੇ ਉੱਥੇ ਚਲੇ ਗਏ ਹਾਂ ਜਿਹੜੇ ਸਾਡੇ ਅਗਨੀਹੋਤਰੀ ਸਾਹਿਬ ਸੀ ਹਾਂ ਇਹ ਤਰਨ ਤਰਨ ਲੜਨਾ ਚਾਹੁੰਦੇ ਸੀ ਇਹਨਾਂ ਨੇ ਆਪਣਾ ਹਲਕਾ ਜਿਹੜਾ ਸੀ ਨਸ਼ਹਿਰਾ ਪਨੂਆ ਛੱਡ ਦਿੱਤਾ ਹਾਂ ਫਿਰ ਲੇਕਿਨ ਕੰਮ ਕੀਤਾ ਅਗਨੀਹੋਤਰੀ ਨੇ ਹਰਮਿੰਦਰ ਗਿੱਲ ਪੱਟੀ 'ਚ ਕੰਮ ਕੀਤਾ ਹਾਂ ਉਲਟੋਏ ਭੁੱਲਰਾਂ ਨੇ ਕੰਮ ਕੀਤਾ ਡਿੰਪਾ ਸਾਹਿਬ ਚਲੇ ਗਿਆ ਕਿ ਮੈਂ ਅੰਮ੍ਰਿਤਸਰ ਲੜਨੀ ਆ ਇਹਨੇ ਲਾਪਰਵਾਹੀ ਕੀਤੀ ਅਤੇ ਕੁੱਲ ਮਿਲਾ ਕੇ ਜ਼ੀਰਾ ਸਾਹਿਬ ਨਵੇਂ ਨਵੇਂ ਆ ਗਏ
ਜ਼ੀਰੇ ਨੇ ਵੀ ਆਪਣਾ ਕੰਮ ਕੀਤਾ ਕਿ ਕਟਾਰੀਏ ਦਾ ਨੰਬਰ ਨੰਬਰ ਨਾਲ ਬਣ ਜਾਣ ਵਾਧੂ ਅਤੇ ਕਟਾਰੀਆ ਉੱਥੇ ਐੱਮ ਐੱਲ ਏ ਸੀ ਉਹਨੇ ਵੀ ਕੰਮ ਨਹੀਂ ਕੀਤਾ ਕਿ ਇਹਦੇ ਨੰਬਰ ਬਣਨਗੇ ਅਤੇ ਮੈਂ ਉੱਥੋਂ ਵੀ ਹਾਰ ਗਿਆ ਸੋ ਮੈਂ ਸਿੰਗਲ ਹੈਂਡਡਲੀ ਇਲੈਕਸ਼ਨ ਲੜਿਆ ਅਤੇ ਸੁਲਤਾਨਪੁਰ ਪਹਿਲੀ ਵਾਰ ਵੀ ਮੈਂ ਜਿੱਤਿਆ ਸੀ ਫੋਰ ਦੀ ਫਸਟ ਟਾਈਮ ਇਨ ਦੀ ਹਿਸਟਰੀ ਆਫ ਸੁਲਤਾਨਪੁਰ ਅਤੇ 2009 'ਚ ਵੀ 18,000 ਵੋਟ 'ਤੇ ਜਿੱਤਿਆ 1800 ਵੋਟ 'ਤੇ ਉੱਥੋਂ ਫਿਰ ਪੈਰ ਵੱਜੇ ਕਾਂਗਰਸ ਦੇ ਰਾਣਾ ਸਾਹਿਬ ਚੀਜ਼ਾਂ ਇੰਨੀਆਂ ਪਰਸਨਲ ਕਿਉਂ ਆ ਤੁਹਾਡੇ ਲਈ ਮਤਲਬ ਜੇ ਕਿਸੇ ਹੋਰ ਕਈ ਵਾਰੀ ਲੀਡਰਾਂ ਦੀ ਸਿਆਸਤ ਦੇਖੀ ਦੀ ਆ ਉਹਨਾਂ ਲਈ ਬੰਦੇ ਸਿਆਸੀ ਵਿਰੋਧੀ ਹੁੰਦੇ ਆ ਸਿਰਫ ਉਹ ਕਹਿੰਦੇ ਵੀ ਬਸ ਵਿਰੋਧੀ ਆ ਦੁਸ਼ਮਣੀ ਵਾਲਾ ਸਾਹਿਬ ਤੁਹਾਡਾ ਮੇਰੀ ਵੀ ਕੋਈ ਦੁਸ਼ਮਣੀ ਨਹੀਂ ਆਪਣੇ ਤਾਂ ਬੱਚੇ ਆ ਹੁਣ ਦੋ ਬੱਚੇ ਲੜ ਰਹੇ ਆ ਹਾਂ ਇੱਕ ਇੰਦਰ ਹੈ ਇੱਕ ਤੇਜੀ ਹੈ ਜਿਹੜਾ ਬੱਚਾ ਜੱਜੂ ਉਹਦੇ ਗੱਲ 'ਚ ਹਾਰ ਪਾ ਦੂੰ ਜੇ ਤੇਜੀ ਜਿੱਤ ਕੇ ਪੱਖਾ ਪਾਊਂਗਾ ਅੱਛਾ ਬਿਲਕੁਲ ਪਾਊਂਗਾ ਬਈ ਕਾਂਗਰਸ ਦੀ ਸੀਟ ਜਿੱਤ ਕੇ ਆਉਣਾ ਉਹਨੇ ਤੁਹਾਡਾ ਕੰਸੈਪਟ ਵੱਖਰਾ ਥੋੜ੍ਹਾ ਜਿਹਾ ਮਤਲਬ ਹਜੇ ਤੱਕ ਮਤਲਬ ਤੁਹਾਡੇ ਜਿਹੜਾ ਇਲੈਕਸ਼ਨ ਲੜਿਆ ਜਾ ਰਿਹਾ ਉੱਥੇ ਮਤਲਬ ਐਂ ਲੱਗਦਾ ਵੀ ਕਾਂਗਰਸ ਨੇ ਦੋ ਬੰਦੇ ਉੱਥੇ ਖੜੇ ਕੀਤੇ ਹੋਏ ਕਿਉਂਕਿ ਤੁਹਾਡੇ ਵੀ ਬੰਦਿਆਂ ਦਾ ਪ੍ਰਚਾਰ ਉਹੀ ਹੈ ਹਾਲਾਂਕਿ ਤੁਸੀਂ ਮੈਨੂੰ ਐੱਮ ਸੀ ਵਗੈਰਾ ਸਾਰੇ ਹੀ ਲਿਆਏ ਸਾਰੇ ਦੇਖੋ ਜੀ ਮੈਂ ਤੁਹਾਨੂੰ ਰੱਬ ਤੋਂ ਡਰ ਕੇ ਕਹਿ ਰਿਹਾ ਹਾਂ ਕਿ ਸੁਲਤਾਨਪੁਰ ਹਲਕੇ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਅਤੇ ਹੋਰ ਪੰਜ ਚਾਰ ਦਿਨ ਰੁਕ ਲਓ ਦੇਰ ਵੀ ਨੋ ਸਰਪੰਚ ਨੋ ਬਲਾਕ ਸੰਮਤੀ ਨੋ 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 ਪ੍ਰਧਾਨ ਸਾਰੇ ਇੰਦਰ ਨਾਲ ਹੋਣਗੇ ਯਾਰ ਇੰਦਰ ਵੀ ਤਾਂ ਕਾਂਗਰਸੀ ਆ ਇੰਟਰਸਟਿੰਗ ਮੈਚ ਆ ਹਾਂ ਮਤਲਬ ਇਹ ਕੀ ਆ ਕਿਤੇ ਐਂ ਤਾਂ ਨਹੀਂ ਵੀ ਮਿਲ ਕੇ ਕਿਸੇ ਹੋਰ ਪਾਰਟੀ ਦੀ ਸੁਰਖੀ ਨਾ ਬਣ ਜਾਏ ਕੋਈ ਕੋਈ ਹੋਰ ਨਾ ਜੇ ਮੁਕਾਬਲੇ 'ਚ ਆਪਸ 'ਚ ਹੀ ਲੜ ਲਓ ਆਪਸ 'ਚ ਹੀ ਲੜ ਲਓ ਠੀਕ ਹੈ ਤੁਹਾਡੀ ਗੱਲ ਠੀਕ ਹੈ ਇਹ ਨਹੀਂ ਮੇਰੇ ਦਿਮਾਗ 'ਚ ਆਇਆ ਹੁਣ ਮੈਂ ਪ੍ਰਚਾਰ ਕਰੂੰਗਾ ਕਿ ਅਸੀਂ ਤਾਂ ਇਸ ਕਰਕੇ ਲੜ ਰਹੇ ਹਾਂ ਕਿਤੇ ਕਿਸੇ ਹੋਰ ਦਾ ਚਾਂਸ ਨਾ ਲੱਗ ਜਾਏ ਵੈਸੇ ਕਹਿਣਾ ਨਹੀਂ ਚਾਹੀਦਾ ਅਗਰ ਇੰਦਰ ਸੁਲਤਾਨਪੁਰ 'ਚ ਕੈਂਡੀਡੇਟ ਨਾ ਹੋਏ ਤਾਂ ਅਕਾਲੀ ਦਲ ਸ਼ੋਰ ਸ਼ਾਰਟ ਜਿੱਤੇਗਾ ਅੱਜ ਵੀ ਜੇ ਮੈਨੂੰ ਵਿਦਡਰਾਅ ਕਰਾ ਦੇਣਗੇ ਨਾ ਤਾਂ ਅਕਾਲੀ ਦਲ ਜਿੱਤੇਗਾ 20,000 'ਤੇ ਪਰ ਤੁਸੀਂ ਵਿਦਡਰਾਅ ਕਰਨ ਵਾਲੇ ਹੈਗੇ ਹੋ ਮੈਨੂੰ ਤਾਂ ਲੱਗਦਾ ਨਹੀਂ ਤੁਸੀਂ ਮੰਨੋਗੇ ਮੈਂ ਨਹੀਂ ਮੰਨਾਂਗਾ ਹਾਂ ਤਾਂ ਫਿਰ ਕਹਿਣੇ ਕਿਉਂ ਮੰਨਣ ਵਾਲੇ ਹੁਣ 20,000 'ਤੇ ਅੰਦਰ ਜਿੱਤੂਗਾ 20,000 ਜੇ ਕਾਂਗਰਸ ਦੀ ਸੀਟ ਅੱਜ ਵੀ ਚੇਂਜ ਹੋ ਜਾਏ ਤਾਂ 35,000 'ਤੇ ਜਿੱਤੂਗਾ ਅੰਦਰ ਪਰ ਉਹਨਾਂ ਦਾ ਇਹ ਕਹਿਣਾ ਨਾ ਮੈਂ ਵੀ ਇਹ ਗੱਲ ਕਈ ਵਾਰੀ ਹੈ ਨਾ ਕਿ ਲੀਡਰਾਂ ਨਾਲ ਆਫ ਦੀ ਰਿਕਾਰਡ ਵੀ ਸੁਣੀ ਉਹ ਕਹਿੰਦੇ ਵੀ ਜੇ ਇਹ ਸੀਟ ਬਦਲ ਵੀ ਦਿੱਤੀ ਤਾਂ ਫਿਰ ਰਾਹ ਬਹੁਤ ਜਣਿਆਂ ਨੂੰ ਖੁੱਲ੍ਹ ਜਾਣਾ ਨਾ ਵੀ ਜੇ ਹਰੇਕੀ ਇੱਥੇ ਤਾਂ ਆਪਦੇ ਮੁੰਡੇ ਲਈ ਟਿਕਟ ਚਾਹੁੰਦਾ ਇਹ ਬਿਲਕੁਲ ਠੀਕ ਹੈ ਹਾਂ ਫਿਰ ਬਈ ਬਾਕੀਆਂ 'ਚ ਵੀ ਦਮ ਹੋਣਾ ਚਾਹੀਦਾ ਮੁੰਡੇ ਆਪਣੇ ਲੜਾਉਣ 'ਤੇ ਜਿਤਾ ਕੇ ਲੈ ਕੇ ਆਉਣ ਮੈਂ ਤਾਂ ਕਹਿੰਦਾ ਕਿ ਜੇ ਮੈਂ ਦੇਖੋ ਕਿੱਡਾ ਵੱਡਾ ਰਿਸਕ ਲੈ ਰਿਹਾ ਤੁਸੀਂ ਨਹੀਂ ਸਮਝ ਰਹੇ ਕਿਉਂਕਿ ਮੈਂ ਤਾਂ ਇੰਡੀਪੈਂਡੈਂਟ ਲੜਾ ਰਿਹਾ ਮੁੰਡਾ ਹਾਂ ਤਾਂ ਮੈਂ ਲੜਾਉਣ ਜਾ ਕੇ ਲੜਾਉਣਾ ਨਹੀਂ ਸੀ ਮੈਂ ਇੰਦਰ ਨੂੰ ਆਪਣੇ ਆਪ ਦਮ 'ਤੇ ਕਹਿਣਾ ਸੀ ਤੂੰ ਲੜ ਕੇ ਆ ਇਹਨੇ ਯਾਰਾ ਮੇਰੀ ਨਾ ਮੁਖਾਲਫਤ ਪਹਿਲਾਂ ਤਾਂ ਮੈਨੂੰ ਟੈਂਟਡ ਟੈਂਟਡ ਕਰਦਾ ਰਿਹਾ 6 ਜਣੇ ਰਲ ਗਏ ਚਿੱਠੀ ਵਾਲੀ ਗੱਲ ਚਿੱਠੀ ਅਤੇ ਫਿਰ ਮੈਨੂੰ ਡੱਕ ਵੀ ਨਹੀਂ ਪਾਏ ਮੈਂ ਵਜ਼ੀਰ ਵੀ ਬਣ ਗਿਆ ਚਲੋ ਫਿਰ ਵੀ ਬੰਦਾ ਸਮਝ ਲੈਂਦਾ ਕਿ ਯਾਰ ਸਾਡੇ ਹੱਥ ਸਾਡੇ ਪਕੜ ਤੋਂ ਬਾਹਰ ਆ ਛੱਡੋ ਪਰੇ ਆਪਾਂ ਕੀ ਲੜਨਾ ਤੁਹਾਡੀ ਖਾਤਰ ਤਾਂ ਸਿੱਧੂ ਸਾਹਿਬ ਦੀ ਪ੍ਰਧਾਨਗੀ ਲੱਕੀ ਰਹਿ ਗਈ ਉਹਨਾਂ ਦੀ ਪ੍ਰਧਾਨਗੀ 'ਚ ਤੁਸੀਂ ਦੁਬਾਰਾ ਮੰਤਰੀ ਬਣ ਗਏ ਕੈਪਟਨ ਸਾਹਿਬ ਸੀਗੇ ਜਦੋਂ ਉਦੋਂ ਤੁਸੀਂ ਤੁਹਾਨੂੰ ਹਟਾ ਤਾ ਕੋਈ ਗੱਲ ਜ਼ਿੰਦਗੀ 'ਚ ਬਹੁਤ ਕੁਛ ਉਤਰਾਅ ਚੜਾਅ ਜ਼ਿੰਦਗੀ ਦਾ ਨਾਂ ਇਹ ਕੋਈ ਮਨ ਨੂੰ ਲਾਉਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਅਸੀਂ ਵਜ਼ੀਰ ਰਹੀਏ ਨਾ ਰਹੀਏ ਸਾਡਾ ਹਲਕਾ ਤਾਂ ਮਜ਼ਬੂਤ ਹੈ ਨਾ ਅੱਛਾ ਦੂਜੀ ਚਿੱਠੀ ਜਿਹੜੀ ਲਿਖ ਦਿੱਤੀ ਕਿ ਇਹਨੂੰ ਕਾਂਗਰਸ 'ਚੋਂ ਕੱਢ ਦਿਓ ਉਹ ਮੇਰੇ ਨਾਲ ਬਹੁਤ ਵੱਡੀ ਜਾਸਤੀ ਕੀਤੀ ਇਹਨਾਂ ਨੇ ਯਾਰ ਉਹ ਤੇਜੀ ਮੇਰੇ ਕੋਲ ਆ ਜਾਂਦਾ ਕਹਿੰਦਾ ਬਾਅਦ 'ਚ ਵੀ ਤਾਂ ਅੰਕਲ ਅੰਕਲ ਕਰਦਾ ਸੀ ਇੱਕ ਦਿਨ ਅਸੀਂ ਬਹਿਸ ਪਏ ਪਹਿਲਾਂ ਹਮਕੁਤਮ ਕੋ ਕਰਦਾ ਸੀ ਫਿਰ ਅੰਕਲ 'ਤੇ ਆ ਗਿਆ ਮੈਂ ਕਿਹਾ ਮੇਰਾ ਤੂੰ ਪੁੱਤਰ ਹੈ ਅਤੇ ਅੰਕਲ ਅੰਕਲ ਜੇ ਆ ਕੇ ਕਰ ਲੈਂਦਾ ਆਪਾਂ ਨਾ ਹੀ ਲੜਾਉਂਦੇ ਪੁੱਤ ਹੀ ਲੜਾਉਣਾ ਸੀ ਇਹਨੂੰ ਬਣਾ ਲੈਂਦੇ ਪੁੱਤ ਇਹ ਪੁੱਤ ਬਣ ਕੇ ਰਾਜੀ ਨਹੀਂ ਯਾਰ ਤੁਹਾਡਾ ਤਾਂ ਨਾਲੇ ਹਿਸਾਬ ਆ ਤੁਸੀਂ ਤਾਂ ਐਂ ਕਹਿਣਾ ਵੀ ਅੱਜ ਤੋਂ ਤੇਰੇ ਨਾਮ ਪਿੱਛੇ ਰਾਣਾ ਲੱਗਣ ਲਾ ਦੇਣਾ ਉਹ ਲਾਉਣਾ ਪਊਗਾ ਠੀਕ ਹੈ ਗੱਲ ਇਹ ਆ ਕਿ ਬਈ ਉਹਨੇ ਆਪ ਕੰਮ ਕੀਤਾ ਛੇੜਿਆ ਯਾਰ ਲੋਕ ਫੈਸਲਾ ਕਰਨਗੇ ਕੁਛ ਕੁ ਅਫਵਾਹਾਂ ਤੁਹਾਡੇ ਬਾਰੇ ਮਤਲਬ ਉਹ ਸਹੀ ਆ ਜਾਂ ਗਲਤ ਆ ਉਹ ਤੁਸੀਂ ਦੱਸੋਗੇ 2017 ਦੇ ਇਲੈਕਸ਼ਨ ਤੁਸੀਂ ਸਪੋਂਸਰ ਕੀਤੇ ਸੀ ਕਾਂਗਰਸ ਦੇ
देखो जो इलेक्शन लड़िए किसी पार्टी च होइए तो फिर सारे ही योगदान पा देंगे जिन्ना जिन्ना पा दे पर तुड्डा कहिंदे वड्डा सी चलो जे असीं वड्डे सी ते वड्डा होगा मतलब ना तो तुसी हुण एक गल मन भी गए तो तुसी ऐ भी कहते भी चलो मैं वड्डा सी ता वड्डा होऊगा हाँ ठीक वड्डा वड्डा सी ता वड्डा योगदान हो यार होऊगा कि हैगा सी ऐ नहीं ये नहीं ये गल्लां करन वालियां थोड़ी ना होंदियां तन मन धन दे नाल जोर लाउणा कहिंदे नहीं ते आपां तन मन ते धन दे नाल जोर सारे ने लाया अपनी कपैसिटी दे हिसाब नाल लाया हू राणा कवे कला ही आ कला कोई नहीं ये करैक्टिव आ जी मैनेजर है इलैक्शन मैनेजर जिमें हम अजक भी गल चीज़ हूँ उन्होंने ए आ रही है जिमें एक कंपनी हायर करते हैं इन्हों का फायदा होंगे इलैक्शन यार ये मैनेजर मनूजर का तो मैं पता नहीं हाँ तुम मेरे मुंडिया तो पुछ लो मैं कोई मैनेजर रखे अच्छा थोड़ा है नहीं कोई वी आर मैनेजर आर सेल्फ यार अभी एडे एडे कारोबार सामते हाँ वो मैनेजमेंट नहीं इन ज्यादा आँदी है ये मेरे हल्के ज्यादा समझे देखो लोग अजकल तुम मनते हो मैं फेसबुक नहीं चला यार अपनी जाके देख लो तो चंगी चीज़ है जो नहीं चला बहुत सोहनी चीज़ है नहीं चला मैं नहीं मैं की दसा लोगों मैं करदा अच्छा तुम मेरे ना मेरे हल्के जाए हो मैं कदे नहीं इन्होंने दसदा कि साड़ी कांग्रेस पार्टी की स्कीम है जी थोड़े 300 यूनिट माफ कर दते जी थोड़ी 3 रुपये बिजली कर दिती जी मैं नहीं कहता क्यों सरकार ने किया तो लोगों को पता नहीं यार सानू नौकर दे नौकर 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 रखते 5 साल लई ते नौकर कहे मैं करके आया साडा फर्ज किया मैं कदे नहीं कहता मैं तुहाडा सड़क बनाती मैं तुहाडा पानी देता तुहानू यारो ये कोई गल्लां करन वालियां मैं तो हाथ जोती कि कंपेन तो चलो मेरे नाल कपूरथले च मैं ना पहली बार थोनू मिलिया ज्यादा तुसी मतलब हौली हौली चलो मैनू पता लग जूगा पर एक तो कमाल दियां गल्लां कर रहे हो इत्थे तां इन्ना इन्ना प्रचार ते पैसा मतलब है ना चैनलों नूं एवें चक के एडा दे जाणियां इह जां कुछ करी जांदे लोग तां अच्छा ऐड देनी मैं चालू कीती सी चैनलों दे पंजाब नूं नहीं पता सी पंजाब दे जिहड़े जिन्ने अखबारां वाले इन्हां नूं की पता सी राणे ने कीता सी कम चालू आ तां माड़ी गल आ माड़ी सी चंगी सी यार मैं नवा नवा आया सी मैं कम चालू कर दिता पंजाब केसरी वाले पुछ लो पंजाब केसरी ने चालू किया फिर वो बाद पैकेज चलना पैना दे दो साल बाद मैं गया मेरे ते भी पैकेज मैं क्या तुम कम तो मैं सिखाया हूँ पैकेज भी मेरे ते वो कहते भी ये तो सारे नहीं बराबर है जी एक बलजिंदर सिंह है जिन्हें नहीं पैकेज लिया अच्छा साड़ी खबर भी ना छापया करे सरदार बलजिंदर सिंह उन्होंने कहा देख भी राणे गल तेन मैं स्पष्ट दस दया कि मैं आई के गुजराल के नाल मेरा बड़ा लिहाज है अच्छा तो तेरी माड़ी मोटी तो लाया उन्होंने खबर खबर नहीं मैं छापनी फिर उसी की किया खबर ही ना छापया कर जिदन अखीरला दिन से पोलिंग वाला उदो एक दिन पहला अभी भी फिर पन्ना छापया तो वो हॉकर के थ्रू अजीत दे विच ही देता बहुत राणा राणा ही सी अच्छा एडा वधिया बंदा सरदार बरजिंदर सिंह मैनू तू नहीं उन्होंने कहा तू ये क्यों किया चलो नोटिस तो बहुत वड्डी गल हुंदी आ किसे दे परचा करवाउणा बहुत वड्डी गल हुंदी आ उन्होंने मैनू तू भी नहीं कहा जे चाहिए तो तुसीं लिया सकदे हो चलदे शो दे विच साडी खातर यार मैनू तां सच्ची ठंड बहुत लगी जांदी आ भरावो अंगीठी लियाईए ना ना जी आए ठीक आ ਉਹ ਮੈਨੂੰ ਨਾ ਮੈਸੇਜ ਭੇਜੇ ਲੋਕਾਂ ਨੇ ਵੀ 2000 ਜਿਹੜਾ 22 ਹੈ ਜੀ ਇਹ 'ਚ ਹਾਂਜੀ ਬਿਸਕੁਟ ਵੀ ਚੱਕ ਲੈਂਦੇ ਹਾਂ ਬਾਈ ਕੋਈ ਗੱਲ ਨਹੀਂ ਰੱਖ ਲੈਂਦੇ ਠੀਕ ਹੈ ਕੋਈ ਦਿੱਕਤ ਨਹੀਂ ਥੈਂਕ ਯੂ ਇੱਧਰ ਵੀ ਲਿਆ ਬਈ ਦੋਵਾਂ ਲਈ ਅੱਛਾ ਮੈਨੂੰ ਮੈਸੇਜ ਭੇਜੇ ਲੋਕਾਂ ਨੇ ਵੀ ਤੂੰ 2022 'ਚ ਰੌਕ ਕਰੇਗਾ ਐਂ ਕਰੇਗਾ ਜਿੰਨੀ ਠੰਡ ਪਈ ਜਾਂਦੀ ਹੈ ਮੈਂ 2022 ਪੂਰਾ ਨਹੀਂ ਕਰਦਾ ਦਿੰਦਾ ਮੈਨੂੰ ਨਹੀਂ ਨਹੀਂ ਨੌਜਵਾਨ ਹੈ ਯਾਰ ਫਿਰ ਸਾਡੇ ਵਰਗੀ ਉਮਰ ਵਾਲੇ ਨੋ ਪ੍ਰੋਬਲਮ ਤੁਸੀਂ ਆਏ ਖੁੱਲ੍ਹਾ ਖਾਣ ਪੀਣ ਵਾਲੇ ਹੋ ਤਾਂ ਪੁਰਾਣੀਆਂ ਖੁਰਾਕਾਂ ਖਾਧੀਆਂ ਸਾਡੀ ਪੀੜ੍ਹੀ ਅਸੀਂ ਤਾਂ 50 ਨਹੀਂ ਟੱਪਦੇ ਅਸੀਂ ਉਹ ਪੀੜ੍ਹੀ ਆ ਅਰੇ ਨਹੀਂ ਜਿਹੜੇ 50 ਤੋਂ ਪਹਿਲੇ ਨਹੀਂ ਹੁਣ ਜਿਹੜਾ ਨਾ ਖੁਰਾਕਾਂ ਨਿਊਟ੍ਰੀਸ਼ੀਅਸ ਬੈਲੈਂਸ ਡਾਇਟ ਉਹਦਾ ਫਾਇਦਾ ਇਹਦਾ ਫਾਇਦਾ ਤਾਂ ਹੈ ਲੋਕਾਂ ਦੀ ਉਮਰ ਲੰਬੀ ਹੋ ਰਹੀ ਆ ਪਰ ਜਿਹੜੇ ਧਿਆਨ ਰੱਖਦੇ ਉਹਨਾਂ ਨੂੰ ਬਿਮਾਰੀਆਂ ਵੀ ਘੱਟ ਆ ਨਹੀਂ ਮੈਂ ਇਸੇ ਦੇ ਸਿਰ ਤੇ ਤਾਂ ਕੋਵਿਡ ਆ ਜਾਏ ਤਾਂ ਗੱਲ ਵੱਖਰੀ ਆ ਨਹੀਂ ਤਾਂ ਹੀ ਤਾਂ ਇੱਕ ਡੰਗ ਰੋਟੀ ਖਾ ਕੇ ਕੱਟੀ ਜਾਂਦਾ ਮੈਂ
जे आह डाइट प्रॉपर ना हो नहीं तो पहलों वाले समय तो संभव ही नहीं सीगा। ये तो बैलेंस तो हो ही है डाइट, ये तो कोई शक नहीं। अच्छा दोबारे मैं फिर आना उड़िया गल पंजाब नशा मुक्त होना चाहिए किदा होगा पंजाब नशा किदा होगा मैनू की पता सरकार तो तुसी हो सरकार च मैं हाँ। मेरी ही पार्टी ने यार एक नशे दे विच चलान किया ईडी किया ना उन्होंने टिकट देती। मैं तो बेनती चिट्ठी लिखी है सोनिया जी नूं कि सुखपाल सिंह खैरा जद तई तां सीगा मनी लॉन्डरिंग च ओ मेरे नाल जो कीती आ मैं उन्हां बंदिआं चों नहीं कि एवें बंदे दे उल्ट भौंकी जावा मैं नहीं कदे इदां दा कम करदा। इहने कसर कोई नहीं छड्डी तुहानूं पता ते जे ये आया पार्टी च मैं विरोध नहीं किया ते जे मैं विरोध नहीं किया इहदा तो मैं समझदा चलो आ गया पार्टी नूं लोड़ सी। हुण उहदे बाद मनी लॉन्डरिंग दा केस आ गया मैं एक बयान नहीं दिता कि ठीक होया जी चंगा होया जी हालांकि यह मेरे उल्ट ईडी दे बाहर धरना लाया। अच्छा। हालांकि इहनूं पता कि ईडी धरने धुरने नूं कुछ नहीं मनदी कि इहदी जांच करो ये करप्शन हो गई मनी लॉन्डरिंग हो गई है जी मेरे बेटे नूं समन किया ईडी ने 2017 च। अच्छा। उन्होंने पूरा उन्होंने तो जो जो ये एलीगेशन सी या जो अखबारों से इन्हें छप छुपाया या अखबारों वाले ने छापया वो सारे का सारा उन्होंने तो क्या भी तेन तू इन्होंने ना गलों के क्वेश्चनर बनाया कि सानू तू जवाब लिया के दे उन्होंने डेट दी ही वेंट विदाउट ए लॉयर विदाउट ए सी ए इंद्र प्रताप इन्हें जाके कली कली गल समझाई आ तुसी पुछदे हो आ कागज आ पुछदे हो इहदा आ आंसर ते उहदे बाद उन्होंने सानू सदे ही नहीं। दैट मीनस देवर सैटिस्फाइड चार साल हो गए तो जीने उड़ा दिंदी सी ईडी। मैं ईडी दी देखो लोग मैनू माड़ा कहणगे ईडी दी तारीफ करदा कि मनी लॉन्डरिंग एक अलग सब्जेक्ट है पैसे 2014 ਤੋਂ ਬਾਅਦ ਤੁਸੀਂ ਇਕੱਲੇ ਲੀਡਰ ਹੀ ਹੋ ਜਿਹੜੇ ਸੈਂਟਰਲ ਏਜੰਸੀਆਂ ਦੀ ਤਾਰੀਫ ਕਰ ਰਹੇ ਹੋ। ਮੈਂ ਨਹੀਂ ਨੇ ਸਾਰੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਇਹ ਤਾਂ ਟੂਲ ਹੈ ਕਹਿੰਦੇ। ਮੈਂ ਤਾਂ ਸੁਖਪਾਲ ਵਾਲੇ ਕੇਸ ਦੇ ਵਿੱਚ ਈਡੀ ਦੀ ਵੈਸੇ ਜਨਰਲ ਨਹੀਂ ਮੈਂ ਤਾਰੀਫ ਕਰ ਰਿਹਾ ਸੁਖਪਾਲ ਵਾਲੇ ਕੇਸ ਦੇ ਵਿੱਚ ਕਹਿ ਰਿਹਾ ਕਿ ਮਨੀ ਲੌਂਡਰਿੰਗ ਤਾਂ ਹੀ ਮੈਂ ਨਹੀਂ ਬੋਲਿਆ ਈਡੀ ਨੇ ਜਦੋਂ ਕਿਹਾ ਕਿ ਵੀ ਇਹ ਡਰੱਗ ਦਾ ਮਨੀ ਆ ਫਿਰ ਮੇਰਾ ਬੋਲਣਾ ਬਣਦਾ ਕਿਉਂ ਮੇਰੀ ਪਾਰਟੀ ਗੁਟਕੇ ਦੀ ਹੱਥ 'ਤੇ ਰੱਖ ਕੇ ਸਹੁੰ ਖਾਧੀ ਹੋਵੇ ਕਿ ਮੈਂ ਨਸ਼ਾ ਮੁਕਤ ਕਰੂੰ ਪੰਜਾਬ ਮੇਰਾ ਮੁੱਖ ਮੰਤਰੀ ਸੀ ਮੇਰਾ ਪ੍ਰਧਾਨ ਸੀ ਉਹਨੇ ਕੀਤੀ ਔਰ ਅਸੀਂ ਗੱਲਾਂ ਕੀਤੀਆਂ ਅਸੀਂ ਇੰਡੋਰਸ ਕੀਤਾ ਮੈਨੀਫੈਸਟੋ ਲਿਖਿਆ ਗੁਆਂਢ 'ਚ ਕਰਕੇ ਆਏ ਸੀ ਤੁਸੀਂ ਉਹ ਸਹੁੰ ਖਾਧੀ ਸੀ ਉੱਥੇ ਹੈਂਜੀ ਮੁਕਤਸਰ ਨਹੀਂ ਗਿੱਲ ਪੱਤੀ ਪਿੰਡ ਆ। ਅੱਛਾ ਬਠਿੰਡੇ ਦੇ ਨਾਲ ਬਠਿੰਡੇ ਦੇ ਨਾਲ ਮੇਰਾ ਪਿੰਡ ਸੀ ਵੀ ਉੱਥੇ ਕੀ ਬਾਤ ਹੈ ਬਾਈ ਜੀ ਫਿਰ ਤੁਹਾਡੇ ਪਿੰਡਾਂ ਲਈ ਅਸੀਂ ਗਏ ਸੀ ਸਹੁੰ ਖਾਣ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਸੀ ਅਤੇ ਫਿਰ ਯਾਰ ਇੱਕ ਮਿੰਟ ਦੇਖੋ ਨਸ਼ਾ ਮੁਕਤ ਪੰਜਾਬ ਦੋ ਤਿੰਨ ਚੀਜ਼ਾਂ ਉਹਦੇ ਬਾਅਦ 'ਚ ਆਉਣਾ ਅਤੇ ਜਦੋਂ ਬੰਦਾ ਇੱਕ ਲੀਡਰ ਨਸ਼ੇ ਦੇ ਵਿੱਚ ਜਾਂ ਨਸ਼ੇ ਦਾ ਪੈਸਾ ਲੈ ਰਿਹਾ ਹੋਵੇ ਤਾਂ ਐਡੋ ਵੱਡੀ ਲਾਹਨਤ ਹੈ ਕਿ ਉਹਦਾ ਸੋਸ਼ਲ ਬਾਈਕਾਟ ਨਹੀਂ ਹੋਣਾ ਚਾਹੀਦਾ ਕਿ ਪਾਰਟੀ ਨੂੰ ਵਿਡਰੋ ਟਿਕਟ ਨਹੀਂ ਕਰਨੀ ਚਾਹੀਦੀ ਉਹਦੇ ਇਹ ਨਹੀਂ ਕਿ ਉਹ ਤੋਂ ਵਿਡਰੋ ਕਰੋ ਤਾਂ ਉਹਦੇ ਮੁੰਡੇ ਨੂੰ ਦੇ ਦਿਓ ਯਾਰ ਉਹ ਮੁੰਡਾ ਤਾਂ ਉਹਦਾ ਇਹੋ ਜਿਹੇ ਪਰਿਵਾਰ ਨੂੰ ਬਿਲਕੁਲ ਸਾਈਡ 'ਤੇ ਕਰੋ ਇਹੋ ਜਿਹੇ ਪਰਿਵਾਰ ਜਿਨ੍ਹਾਂ ਨੇ ਨੁਕਸਾਨ ਅੱਜ ਦਾ ਨਹੀਂ ਆਹ ਸਾਡੇ ਕਚਹਿਰੀਆਂ ਚੱਲ ਜਾਓ ਕਪੂਰਥਲੇ ਸਾਹਮਣੇ ਆ ਇੱਥੇ ਇਹਨਾਂ ਦੇ ਪਿਤਾ ਜੀ ਨੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ ਯਾਰ 20,000 ਨੌਜਵਾਨ 25,000 ਮਰਿਆ ਲੋਕ ਘਰੋਂ ਬੇਘਰ ਹੋਏ ਹਾਂਜੀ ਇਹ ਉਹਨਾਂ ਦੀ ਦੇਣ ਆ ਉਹ ਵੀ ਹਿੱਸਾ ਸੀਗੇ ਔਰ ਇਹ ਜਨਾਬ ਵੀ ਆਮ ਆਦਮੀ ਪਾਰਟੀ 'ਚ ਹੁੰਦੇ ਹੋਏ ਗਰਮ ਧੜੇ ਦੀਆਂ ਗੱਲਾਂ ਕਰਦੇ ਸੀ ਖੁਦ ਮੁਖਤਿਆਰੀ ਅਤੇ ਖਾਲਿਸਤਾਨ ਸ਼ਾਰਟ ਆਫ ਖਾਲਿਸਤਾਨ ਅਤੇ ਅੱਜ ਡਰੱਗ 'ਚ ਜੇ ਫਸੇ ਆ ਤਾਂ ਯਾਰ ਇਹਨਾਂ ਨੂੰ ਆਪਣੇ ਗੁਨਾਹ ਬਖਸ਼ਾਉਣੇ ਚਾਹੀਦੇ ਆ ਜਿੱਥੇ ਹੁਣ ਬੈਠੇ ਆ ਕਿਰਪਾ ਸਰਕਾਰ ਦੀ ਹੋਈ ਆ ਜੇਲ੍ਹ 'ਚ ਹੈਗੇ ਅਤੇ ਉੱਥੇ ਰੱਬ ਦਾ ਨਾਂ ਜਪਣ ਚਾਹੀਦਾ ਹੈ ਮੇਰਾ ਤਾਂ ਮੈਂ ਤਾਂ ਇਹ ਮੰਨਦਾ ਨਹੀਂ ਪਰ ਉਹਨਾਂ ਦੀ ਲੇਟੈਸਟ ਸਟੇਟਮੈਂਟ ਆਈ ਆ ਚਲੋ ਮੈਂ ਤਾਂ ਨਹੀਂ ਕਮੈਂਟ ਕਰਦਾ ਨਾ ਕਿਉਂਕਿ ਹੁਣ ਜੇ ਕੱਲ੍ਹ ਨੂੰ ਕੋਈ ਤੁਹਾਡੇ ਬਾਰੇ ਵੀ ਕਹੇ
ਮਤਲਬ ਉਹਨੂੰ ਅਸੀਂ ਤਸਦੀਕ ਨਹੀਂ ਕਰ ਸਕਦੇ, ਇਹ ਤਾਂ ਓਬਵੀਅਸ ਆ ਕਿ ਚਲੋ ਕਾਨੂੰਨ ਨਹੀਂ ਕਰਦੇ, ਈਡੀ ਨੂੰ ਤਾਂ ਕਰਦੇ ਹੋ ਨਾ, ਈਡੀ ਨੇ ਚਲਾਨ ਪੇਸ਼ ਕੀਤਾ ਕੋਰਟ 'ਚ। ਮੈਂ ਨਾ ਅੱਜ ਮੈਨੂੰ ਕਰਨ ਬਾਈ ਨੇ ਭੇਜੀ ਇੱਕ ਉਹਨਾਂ ਦੀ, ਉਹ ਕਹਿੰਦੇ ਇਹ 'ਚ ਆਪ ਦਾ ਰੋਲ ਹੈ ਆਮ ਆਦਮੀ ਪਾਰਟੀ ਦਾ ਥੋੜ੍ਹਾ। ਆਮ ਆਦਮੀ ਯਾਰ ਸੁਖਪਾਲ ਖਹਿਰੇ ਨੂੰ ਪੁੱਛੋਗੇ ਤਾਂ ਰਾਣੇ ਦਾ ਕਹਿ ਦੂਗਾ, ਕੋਈ ਬੰਦਾ ਕਹਿ ਦੂਗਾ ਯਾਰ ਉਹਦਾ ਕੈਪਟਨ ਅਮਰਿੰਦਰ ਸਿੰਘ ਨੇ ਲਿਸਟ ਦਿੱਤੀ ਇੱਕ। ਅੱਛਾ ਅੱਛਾ, ਨਹੀਂ ਨਹੀਂ ਇਹ ਵੀ ਚੱਲ ਰਹੀ ਹੈ ਗੱਲ। ਨਹੀਂ ਨਹੀਂ ਆਪਦਾ ਨਹੀਂ ਜੀ, ਤੁਹਾਡੇ ਹੀ ਆ, ਮੇਰੇ ਖਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜ਼ਾਮ ਲਗਾਉਣ ਲਈ ਕਾਂਗਰਸ ਦੀ ਭੁਲੱਥ ਵਿੱਚ ਚਿੰਤਾ ਕਰਨ ਤੋਂ ਪਹਿਲਾਂ ਦਾਗੀ ਅਤੇ ਸੋਰੀ ਉਹਨਾਂ ਨੇ ਦਾਗੀ ਲਿਖਿਆ ਨਾ ਅਤੇ ਹੰਕਾਰੀ ਵੀ ਲਿਖਿਆ। ਹੰਕਾਰੀ ਇਹ ਹੰਕਾਰੀ ਨਹੀਂ ਜਿਹੜਾ ਮੈਨੂੰ ਕਹਿੰਦਾ ਤੈਨੂੰ ਮੈਂ ਅੰਦਰ ਕਰਾ ਦੇਣਾ, ਤੂੰ ਵੇਟ ਫੋਰ ਟੂ ਡੇਜ਼ ਯੂ ਵਿਲ ਬੀ ਬਿਹਾਈਂਡ ਬਾਰਸ, ਅਤੇ ਆਪ ਅੰਦਰ ਹੈ, ਇਹ ਆਪ ਡਰੱਗ ਦਾ ਪੈਸਾ ਲਿਆ ਤਾਂ ਕਰਪਟ ਮੈਂ ਹਾਂ, ਟੈਂਟਡ ਮੈਂ ਹਾਂ, ਇਹ ਸਾਫ਼ ਸੁਥਰਾ ਅੰਦਰ ਹੈ, ਮੇਰੇ ਖਿਆਲ ਨਾਲ ਰੋਜ਼ ਨਹਾਉਂਦਾ, ਅਸੀਂ ਨਹਾਉਂਦੇ ਨਹੀਂ ਤਾਂ ਸਾਫ਼ ਹੈ। ਗੱਲ ਤਾਂ ਕਰਮਾਂ ਦੀ ਆ ਯਾਰ, ਕਰਮ ਕਿਹੜੇ ਕੀਤੇ ਆ, ਠੂਠਾ ਲੈ ਕੇ ਹਰ ਇਲੈਕਸ਼ਨ ਤੋਂ ਪਹਿਲਾਂ ਵਿਦੇਸ਼ ਜਾਂਦੇ, ਪੈਸੇ ਲੈਂਦੇ ਲੋਕਾਂ ਦੇ, ਰਾਣੇ ਨੂੰ ਲੈ ਕੇ ਦੇ, ਮੈਂ ਬੇਈਮਾਨ ਇਹ ਇਮਾਨਦਾਰ ਨਹੀਂ, ਪਰ ਮੈਂ ਤਾਂ ਹੀ ਕਹਿਣਾ ਨਾ ਵੀ ਚਲੋ ਠੀਕ, ਚਲੋ ਕਰਨ ਦਿਓ ਯਾਰ, ਇਹੋ ਜਿਹੇ ਬੰਦੇ ਦਾ, ਇਹੋ ਜਿਹੇ ਬੰਦੇ ਦਾ ਤਾਂ ਮੈਂ ਸਮਝਦਾ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ, ਸੋਸ਼ਲ ਬਾਈਕਾਟ ਹੋਣਾ ਚਾਹੀਦਾ, ਇਹਨਾਂ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਲੋਕਾਂ ਨੂੰ। ਮੈਨੂੰ ਤਾਂ ਕਿਸੇ ਗੱਲ 'ਚ ਵੀ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਨੋਰਮਲ ਇੱਕ ਤੁਹਾਡੇ ਨਾਲ ਗੱਲ ਕਰ ਰਿਹਾ, ਕਿਉਂਕਿ ਜਦੋਂ ਈ ਡੀ ਦੀ ਗੱਲ ਹੁੰਦੀ ਹੈ ਨਾ ਹੁਣੀ, ਕਿਉਂਕਿ ਕਾਂਗਰਸ ਦੇ ਬਹੁਤ ਸਾਰੇ ਲੀਡਰ ਬੋਲ ਰਹੇ ਸੀ ਵੀ ਮੁੱਖ ਮੰਤਰੀ ਚੰਨੀ ਨੂੰ ਟਾਰਗੇਟ ਕਰ ਰਹੀ ਹੈ ਈ ਡੀ, ਹੈ ਨਾ, ਪਰ ਤੁਸੀਂ ਕਿਹਾ ਵੀ ਨਹੀਂ ਮੈਂ ਚਲੋ ਸਪੈਸੀਫਿਕ ਇੱਕ ਕੇਸ ਦੀ ਗੱਲ ਕਰ ਰਿਹਾ, ਤਾਂ ਠੀਕ ਹੈ, ਦੈਟਸ ਇਟ, ਕੋਈ ਪ੍ਰੋਬਲਮ ਨਹੀਂ ਹੈ। ਮੈਨੂੰ ਮੈਂ ਉਹ ਕੇਸ ਸਟੱਡੀ ਨਹੀਂ ਕੀਤਾ ਚੰਨੀ ਸਾਹਿਬ ਵਾਲਾ, ਲੇਕਿਨ ਮੈਂ ਇੱਕ ਗੱਲ ਜਾਣਦਾ ਹਾਂ ਕਿ ਜੇ ਤਾਂ ਚੰਨੀ ਸਾਹਿਬ ਦੇ ਘਰੋਂ ਮਿਲੇ ਆ ਪੈਸੇ, ਫਿਰ ਤਾਂ ਚੰਨੀ ਸਾਹਿਬ ਵੀ ਟੈਂਟਡ ਆ। ਹੁਣ ਉਹਨਾਂ ਦਾ ਰਿਸ਼ਤੇਦਾਰ ਕੋਈ ਪੈਸੇ ਆਏ, ਕਿੱਥੋਂ ਆਏ, ਕਿਵੇਂ ਆਏ, ਜੇ ਫੜੇ ਗਏ ਆ ਦੱਸੇ ਵੀ ਈ ਡੀ ਨੂੰ, ਕਿਸੇ ਦਾ ਵੀ ਰਿਸ਼ਤੇਦਾਰ ਕੁਛ ਕਰ ਸਕਦਾ, ਅਤੇ ਮੈਂ ਜ਼ਿੰਮੇਵਾਰ ਹੈ ਮੇਰਾ ਰਿਸ਼ਤੇਦਾਰ ਕੋਈ ਕੁਛ ਕਰ ਲਏ, ਚੰਨੀ ਸਾਹਿਬ ਕਿੱਧਰ ਹੋਊਗਾ। ਇਹ ਆਪਾਂ ਨੂੰ ਵੀ ਥੋੜ੍ਹੀ ਜਿਹੀ ਫਰਾਕ ਦੇ ਨਹੀਂ ਦਿਖਾਉਣੀ ਚਾਹੀਦੀ। ਹਾਂ, ਜੇ ਡਰੱਗ ਦਾ ਪੈਸਾ ਹੋਵੇ ਔਰ ਚੰਨੀ ਸਾਹਿਬ ਸਿੱਧੇ ਇਨਵੋਲਵ ਹੋਣ, ਫਿਰ ਕੀ ਹੋਊ, ਫਿਰ ਬਹੁਤ ਵੱਡਾ ਗੁਨਾਹ ਆ, ਉਹ ਗੁਨਾਹ ਸੁਖਪਾਲ ਦਾ। ਮੈਂ ਜ਼ਿੰਦਗੀ 'ਚ ਮਿਹਨਤ ਕੀਤੀ ਆ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਮੈਂ ਜੇ 14 ਸਾਲ ਖੇਤੀ ਕੀਤੀ ਤਾਂ ਮੇਰੀ ਮਾਤਾ ਨੇ 85 ਸਾਲ ਦੀ ਉਮਰ ਤਾਂ ਹੀ, ਅੱਛਾ, ਇਕੱਲਿਆਂ ਨੇ, ਜਦ ਮੈਂ ਇੱਥੇ ਆ ਗਿਆ ਆਪਣੇ ਚੰਡੀਗੜ੍ਹ 89 'ਚ, ਅਤੇ 97 ਤਾਂ ਉਹਨਾਂ ਨੇ ਖੇਤੀ ਕੀਤੀ। ਓਕੇ, ਉਦੋਂ ਪਹਿਲਾਂ ਵੀ ਕਰਦੇ ਸੀਗੇ, ਮੇਰੀ ਮਾਤਾ ਸਵੇਰੇ 6 ਵਜੇ ਜੀਪ 'ਚ ਬਹਿ ਜਾਣਾ, ਸਾਰੇ ਫਾਰਮ ਦਾ ਇੱਕ ਇੱਕ ਪਲਾਟ ਦਾ ਗੇੜਾ ਡਰਾਈਵਰ ਚਲਾਉਣਾ, ਮੁਨਸ਼ੀ ਨੂੰ ਪਿੱਛੇ ਬਿਠਾ ਲੈਣਾ ਕਿ ਆਹ ਕੰਮ ਠੀਕ ਆ, ਗਲਤ ਆ, ਗੁੱਡਣ ਵਾਲਾ ਆ, ਖਾਦ ਪਾਉਣ ਵਾਲਾ ਆ, ਪਾਣੀ। ਅਸੀਂ ਜਿਹੜੀ ਘਰ ਦੀ ਖੇਤੀ ਹੈ ਨਾ 600 ਕਿੱਲਾ ਸਾਡੀ, ਉੱਥੇ ਮੇਰੀ ਮਾਤਾ ਹੀ ਕੰਟਰੋਲ ਕਰ ਦਿੰਦੇ ਸੀ, ਔਰ ਅਸੀਂ ਫੋਰੈਸਟ ਲੈਂਡ ਲੀਜ਼ 'ਤੇ ਲੈਂਦੇ ਹੁੰਦੇ ਸੀ, ਉੱਥੇ 4,000-5,000 ਕਿੱਲਾ ਸੀਡ ਪ੍ਰੋਡਕਸ਼ਨ ਦਾ ਪ੍ਰੋਗਰਾਮ ਹੁੰਦਾ ਸੀ, ਅਸੀਂ ਬੰਦੇ ਮੁੰਡੇ ਕਰਦੇ ਹੁੰਦੇ ਸੀ। ਹਾਂਜੀ, ਪ੍ਰੋਸੈਸਿੰਗ ਪਲਾਂਟ ਸੀ ਸਾਡਾ, ਕਿ ਜੇ ਸੀਡ ਪੈਦਾ ਕਰ ਲਿਆ, 20,000 ਕੁਇੰਟਲ ਕਣਕ ਕਰਨੀ, 25,000-25,000 ਕੁਇੰਟਲ ਸੋਇਆਬੀਨ ਕਰਨੀ, 8,000-8,000 ਅਸੀਂ ਕੁਇੰਟਲ, ਅੱਜ ਫੈਕਟਰੀਆਂ ਦੇ ਹਿਸਾਬ ਨਾਲ ਕੁਛ ਵੀ ਨਹੀਂ, ਲੇਕਿਨ ਇੱਕ ਜੱਟ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਸੀ। ਤਾਂ ਮੇਰੀ ਮਾਤਾ ਨੇ ਜਿਹੜਾ ਫਾਰਮ ਦੇ ਅੰਦਰ ਆ ਜਾਣਾ ਨਾ, ਪ੍ਰੋਸੈਸਿੰਗ ਉਹਨਾਂ ਨੇ ਕਰਾਉਣੀ, ਉਹਦੀ ਪੈਕੇਜਿੰਗ ਉਹਨਾਂ ਨੇ ਕਰਾਉਣੀ, ਇੱਕ ਇੱਕ ਗੱਲ ਦਾ ਪਤਾ ਹੁੰਦਾ ਸੀ ਯਾਰ। ਅਸੀਂ ਉਸ ਮਾਂ ਦੇ ਤਾਂ ਉਸ ਪਿਓ ਦੇ ਪੋਤੇ ਜਿਹਨਾਂ ਨੇ ਸਾਰੀ ਉਮਰ ਮਿਹਨਤ ਕੀਤੀ ਆ, ਅੱਜ ਵੀ ਮੇਰੇ ਮੁੰਡੇ 14-14, 16-16 ਘੰਟੇ ਕੰਮ ਕਰਦੇ ਆ ਯਾਰ। ਇਹਨਾਂ ਨੂੰ ਤਾਂ ਪੁੱਛੋ, ਇਹਨਾਂ ਦੀ ਆਪਦੀ ਜ਼ਮੀਨ 'ਚ ਖੇਤੀ ਕਰਦੇ ਆ, ਅਸੀਂ ਅੱਜ ਵੀ ਫਾਰਮ ਦੀ ਜ਼ਮੀਨ 'ਤੇ ਖੁਦ ਖੇਤੀ ਕਰਦੇ ਹਾਂ, ਅਸੀਂ ਠੇਕੇ 'ਤੇ ਵੀ ਲੈਂਦੇ ਲੋਕਾਂ ਤੋਂ ਇਹਨਾਂ ਦੀ। ਹਾਂ, ਕਿਉਂ, ਜਦੋਂ ਆਪਦੀ ਜ਼ਮੀਨ, ਆਪਦੀ ਜ਼ਮੀਨ ਆ ਤਾਂ ਹੋਰ ਅਸੀਂ ਵਿਹਲੇ ਬਹਿਣ ਵਾਲੇ ਬੰਦੇ ਹੀ ਨਹੀਂ ਯਾਰ। ਮੇਰੇ 4 ਮੁੰਡੇ ਆ ਜਿਹੜੇ, ਇੱਕ ਮੇਰਾ ਭਰਾ ਆ, ਤੁਸੀਂ ਜਾ ਕੇ ਪਤਾ ਤਾਂ ਕਰੋ, ਅਸੀਂ ਠੇਕੇ 'ਤੇ ਲੈ ਕੇ ਵੀ ਖੇਤੀ ਕਰੀ ਦੀ, ਅੱਜ ਕੀ ਅਰਜ਼ ਕੀ ਆ, ਠੇਕੇ 'ਤੇ ਕੀ ਬਚਦਾ, ਨਾ ਬਚੇ ਨਾ ਬਚੇ, ਹਾਂ ਅਸੀਂ ਮਿਹਨਤ ਕਸ਼ ਲੋਕ ਹੈ। ਤੁਹਾਡਾ ਸਾਹਿਬ ਦਾ ਕਿੰਨਾ ਗਾ, ਮਤਲਬ ਪਿੰਡ 'ਚ ਹੁੰਦਾ ਵੀ ਯਾਰ ਆਪਣੇ, ਫਿਰ ਇੰਨੇ ਟਰੈਕਟਰ ਇੰਨਾ ਮਹਿੰਗਾ ਲੈਣ ਦਾ ਕੀ ਫਾਇਦਾ, ਜਿਵੇਂ ਭਾਵੇਂ ਠੇਕੇ 'ਤੇ ਲੈ ਲਓ, ਵਰਤੋਂ ਅਸੀਂ ਠੇਕੇ 'ਤੇ ਅੱਜ ਵੀ ਜ਼ਮੀਨ ਲੈਂਦੇ, ਪਹਿਲਾਂ ਵੀ ਤਾਂ ਠੇਕੇ 'ਤੇ ਲੈਂਦੇ ਹੁੰਦੇ ਸੀ,
ਸਾਡਾ ਜੱਦੀ ਪੁਸ਼ਤੀ ਕੰਮ ਹੈ ਜੰਗਲਾਤ ਦੀਆਂ ਜ਼ਮੀਨਾਂ ਠੇਕੇ 'ਤੇ ਲੈ ਕੇ ਉਹਨਾਂ ਨੂੰ ਜੰਗਲ ਦੀਆਂ ਝਾੜੀਆਂ ਨੂੰ ਜੜ੍ਹਾਂ ਨੂੰ ਪੱਟ ਕੇ ਕਲਟੀਵੇਬਲ ਬਣਾ ਕੇ ਫਿਰ ਉਹਨੂੰ 3 ਸਾਲ ਵਾਹੀਦਾ ਸੀ ਵਿੱਚ ਰੁੱਖ ਲੱਗ ਜਾਂਦੇ ਸੀ ਰੁੱਖ ਵੱਡੇ ਜਾਂਦੇ ਸੀ ਅਗਲਾ ਪਲਾਟ ਲੈ ਲੈਂਦੇ ਸੀ ਸਾਡਾ ਯਾਰ ਧੰਦਾ ਸੀ ਇਹ ਅੱਜ ਵੀ ਆ ਆਪਣੇ ਜਿਹੜੇ ਪੰਜਾਬੀ ਉੱਧਰ ਗਏ ਆ ਉਹ ਸਾਰੇ ਇੱਦਾਂ ਹੀ ਹਨਾ ਉਹਨਾਂ ਨੇ ਕਾਫੀ ਬੜੇ ਮਿਹਨਤੀ ਆ ਮੈਂ ਚਿੱਠੀ ਕੱਢੀ ਯਾਰ ਮੇਰੀ ਪਿੰਡ 'ਚ ਨਾ ਪੋਸਟ ਕਾਰਡ ਆ ਮੈਂ ਤੁਹਾਨੂੰ ਦਿਖਾਊ ਕਿਤੇ ਠੀਕ ਹੈ ਉਹਦੇ 'ਚ ਲਿਖਿਆ ਮੇਰੀ ਮਾਤਾ ਦਾ ਨਾਂ ਰਤਨ ਕੌਰ ਆ ਅੱਛਾ ਤੇ ਮੇਰੀ ਦਾਦੀ ਨੂੰ ਚਿੱਠੀ ਪਾਈ ਉੱਥੋਂ ਮੇਰੀ ਤਾਈ ਨੇ ਜਾਂ ਚਾਚੀ ਨੇ ਕਿ ਵੀ ਰਤਨ ਕੌਰ ਦੇ ਪੈਰ ਨੂੰ ਬਘਿਆੜ ਪੈ ਗਿਆ ਆਪਾਂ ਬਘਿਆੜ ਕਹੀਦਾ ਸੀ ਲੈਪਰਡ ਜਾਂ ਪੈਂਥਰੇ ਨੂੰ ਬਘਿਆੜ ਕਹਿ ਦਿੰਦੇ ਆ ਮੇਰੀ ਮਾਂ ਦਾ ਅੰਗੂਠਾ ਚੱਬ ਗਿਆ ਸਾਰੇ ਕਹਿੰਦੇ ਬਟ ਹੁਣ ਠੀਕ ਹੈ ਚਿੰਤਾ ਨਾ ਕਰਿਓ ਆ ਮੈਂ ਕੁਝ ਦਿਨ ਪਹਿਲਾਂ ਨਾ ਬੜੇ ਰਿਕਾਰਡ ਮੇਰਾ ਬੜ ਮਜ਼ਾਰਾ ਪਿੰਡ ਆ ਉੱਥੇ ਸੰਦੂਕ ਸੀਗਾ ਕੋਈ ਅਸੀਂ ਤਾਂ ਪਿੰਡ ਛੱਡਿਆ ਨੂੰ 47-48 ਦਾ ਪਿੰਡ ਛੱਡਿਆ ਗਏ ਹੀ ਨਹੀਂ ਉਹ ਮੇਰਾ ਘਰ ਰਾਹ 'ਚ ਆ ਗਿਆ ਮੈਂ ਰੈਪਲਿਕਾ ਬਣਾ ਰਿਹਾ ਜੋ ਮੇਰੇ ਦਾਦੇ ਨੇ ਬਣਾਇਆ ਸੀ 1911 'ਚ ਉਹਦੀ ਡਿਟੋ ਕਾਪੀ ਸਪੈਸੀਫਿਕੇਸ਼ਨ ਸਭ ਸਿਰਫ ਇੱਕ ਚੀਜ਼ ਐਡ ਕਿ ਬਾਥਰੂਮ ਨਹੀਂ ਸੀਗੇ ਅੰਦਰ ਮੈਂ 2 ਬਾਥਰੂਮ ਅੰਦਰ ਹੋਰ ਕਰ ਰਿਹਾ ਨਵਾਂ ਘਰ ਬਣ ਰਿਹਾ ਹੈ ਰੈਪਲਿਕਾ ਅਤੇ ਉੱਥੋਂ ਜਿਹੜੇ ਕਾਗਜ਼ ਮਿਲੇ ਨਿਊਜ਼ੀਲੈਂਡ 'ਚ ਮੈਨੇਜਰ ਨੂੰ ਦੇ ਆਏ ਸਾਰਾ ਸਮਾਨ ਉਹ ਸਾਡਾ ਫਾਰਮ ਮੈਨੇਜ ਕਰਦਾ ਰਿਹਾ ਉਹਨੇ ਹੀ ਸਾਡਾ ਫਾਰਮ ਮੈਨੇਜ ਕੀਤਾ 3 ਸਾਲ ਉਹਨੇ ਹੀ ਸਾਡਾ ਫਾਰਮ ਵੇਚਿਆ ਅਤੇ ਉਹ ਪੈਸੇ ਸਾਡੇ ਹਿੰਦੁਸਤਾਨ ਆਏ ਅਸੀਂ ਮਿਹਨਤ ਕਸ਼ ਲੋਕ ਹਾਂ ਇਹਨਾਂ ਵਿਹਲੇ ਅੰਗਰ ਥੋੜ੍ਹੀ ਨਾ ਕਿ ਕੀ ਕੰਮ ਹੈ ਜੀ ਮੈਂ ਪੋਲੀਟਿਕਸ ਕਰਦਾ ਉਹ ਧੰਦਾ ਤੇਰਾ ਕੀ ਹੈ ਦੱਸੋ ਤਾਂ ਸਹੀ ਇਹਨਾਂ ਪੋਲੀਟੀਸ਼ਨ ਨੂੰ ਪੁੱਛੋ ਇਕੱਲੇ ਇਕੱਲੇ ਨੂੰ ਪੁੱਛੋ ਕਿ ਯਾਰ ਕਿੱਤਾ ਕੀ ਹੈ ਤੁਹਾਡਾ ਕੁਛ ਵੀ ਨਹੀਂ ਲੋਕ ਤਾਂ ਪੋਲੀਟਿਕਸ 'ਚ ਆ ਕੇ ਅਮੀਰ ਹੋ ਜਾਂਦੇ ਆ ਹੋ ਜਾਣ ਅਸੀਂ ਅਮੀਰ ਹੋ ਕੇ ਪੋਲੀਟਿਕਸ 'ਚ ਆਏ ਹਾਂ ਫਰਕ ਹੈ ਸਾਡਾ ਇਹ ਸਵਾਲ ਮੈਨੂੰ ਨਾ CII ਦੀ ਮੀਟਿੰਗ ਸੀ ਅੱਛਾ ਅਤੇ ਕੈਪਟਨ ਕਮਲਜੀਤ ਸਿੰਘ ਨਾਲ ਮੇਰਾ ਪਿਆਰ ਸੀ ਬਹੁਤ ਵਧੀਆ ਬੰਦੇ ਸੀ ਅਤੇ ਡਾਕਟਰ ਖੁਸ਼ ਅਮੈਰੀਕਾ ਤੋਂ ਆਏ ਸੀ ਉਹ ਬੈਠੇ ਸੀ ਅਤੇ ਕਹਿਣ ਲੱਗੇ ਕਿ ਡਾਕਟਰ ਖੁਸ਼ ਰਾਣਾ ਅਮੀਰ ਆਦਮੀ ਆ ਇਹ ਪੋਲੀਟਿਕਸ 'ਚ ਆ ਰਿਹਾ ਪਤਾ ਨਹੀਂ ਕਿਉਂ ਆ ਰਿਹਾ ਮੈਂ ਕਿਹਾ ਜੀ ਤੁਸੀਂ ਆਮ ਬੰਦਾ ਉਹਨਾਂ ਨੂੰ ਨਹੀਂ ਮੈਂ ਕਿਹਾ ਆਮ ਬੰਦਾ ਪੋਲੀਟਿਕਸ 'ਚ ਆ ਕੇ ਅਮੀਰ ਹੋ ਜਾਂਦਾ ਫਰਕ ਇੰਨਾ ਹੀ ਆ ਸੋ ਠੀਕ ਹੈ ਹੁਣ ਫਿਰ ਗਾਂ ਦਾ ਕੀ ਹੈ ਕਿੱਦਾਂ ਮਤਲਬ ਅੱਗੇ ਕੀ ਸੋਚਦੇ ਹੋ ਮੰਤਰੀ ਤਾਂ ਲਾਸਟ ਨਹੀਂ ਹੋ ਸਕਦਾ ਕਿਸੇ ਦਾ ਵੀ ਜੇ ਰਾਜਨੀਤੀ 'ਚ ਕੋਈ ਆਉਂਦਾ ਤਾਂ ਉਹਦੇ ਕੁਛ ਜ਼ਰੂਰੀ ਆ ਬੰਦੇ ਦੇ ਕੁਛ ਅਰਮਾਨ ਹੁੰਦੇ ਆ ਤੁਹਾਡਾ ਕੀ ਖਿਆਲ ਹੈ ਕਿ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਦਿਨ ਅਟੈਕ ਕੀਤਾ ਗਿਆ ਲਾਉਣ ਲਈ ਬੜਾ ਵੱਡਾ ਰਿਸਕ ਸੀ ਲੈਂਦਾ ਸੀ ਨਹੀਂ ਲੈਂਦਾ ਸੀ ਲੈ ਤਾਂ ਆਪਣੀਆਂ ਕਮੀਆਂ ਨਾਲ ਹੀ ਆ ਕਿਸੇ ਨੇ ਨਹੀਂ ਉਹਨੂੰ ਲਾ ਪਾਉਣਾ ਸੀ ਬਹੁਤ ਕਮੀਆਂ ਸੀ ਇਸ ਕਰਕੇ ਲਿਆ ਕੈਪਟਨ ਅਮਰਿੰਦਰ ਸਿੰਘ ਨਹੀਂ ਪਰ ਉਹ ਅੜ ਵੀ ਤਾਂ ਸਕਦੇ ਸੀ ਉਹਨਾਂ ਨੇ ਇੱਕ ਸਲੀਕਾ ਉਹਨਾਂ ਦੇ ਅੜਨ ਨਾਲ ਕੀ ਹੋਣਾ ਸੀ ਲੋਕ ਨਾਲ ਨਹੀਂ ਸੀ ਲੇਕਿਨ ਚਲੋ ਜਿੱਦਣ ਉਹਨਾਂ ਨੂੰ ਲਾਉਣ ਦੀ ਵਿਉਂਤਬੰਦੀ ਬਣਾਈ ਤੁਹਾਡਾ ਕੀ ਖਿਆਲ ਹੈ ਕਿ ਵੀ ਲੋਕਾਂ ਨੇ ਸੋਚਿਆ ਨਹੀਂ ਸੀ ਕਿ ਮੈਂ ਆਹ ਬਣੂੰ ਦੂਜੇ ਨੇ ਸੋਚਿਆ ਹੋਊਗਾ ਮੈਂ ਆਹ ਬਣੂੰ ਕਈਆਂ ਬੰਦਿਆਂ ਨੇ ਕਈ ਚੀਜ਼ਾਂ ਸੋਚੀਆਂ ਸੀਆਂ ਚੰਨੀ ਬਾਰੇ ਕਿਸੇ ਨੇ ਸੋਚਿਆ ਸੀ ਨਾ ਫਿਰ ਉਹਦੀ ਕਿਸਮਤ ਮੈਂ ਤਾਂ ਕਹਿੰਦਾ ਕਿ ਵੀ ਕਿਸਮਤ ਹੈ ਨਾ ਅਗਲੇ ਦੀ ਇਹ ਡੈਸਟੀਨੇ ਤੇ ਤੁਹਾਨੂੰ ਕਿੱਧਰ ਲੈ ਜਾਣਾ ਪਤਾ ਨਹੀਂ ਮੈਂ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਮੈਂ ਪੰਜਾਬ ਆਊਂਗਾ ਮੈਂ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਵੀ ਮੈਂ ਪਹਿਲੀ ਵਾਰ ਲਓ 1992 'ਚ ਬਰਾੜ ਸਾਹਿਬ ਮੇਰੇ ਕੋਲ ਆਏ ਅਵਤਾਰ ਸਿੰਘ ਬਰਾੜ ਉਦੋਂ ਫੈਕਟਰੀ ਮੈਂ ਲਾ ਰਿਹਾ ਸੀਗਾ ਕੰਪਲੀਟ ਹੋਣ ਦੇ ਕਿਨਾਰੇ ਸੀ ਠੀਕ ਹੈ ਅਤੇ ਮੈਨੂੰ ਕਹਿੰਦੇ ਕਿ ਤੈਨੂੰ ਬਿਆਸ ਸੀਟ ਤੋਂ ਲੜਾ ਦੇਣਾ ਉਹ ਨਾ ਸਰਦਾਰ ਬੇਅੰਤ ਸਿੰਘ ਡਿੰਪੇ ਨਾਲ ਨਾਰਾਜ਼ ਸੀਗੇ ਕਿ ਕੋਈ ਗੱਲ ਹੋ ਗਈ ਸੀ ਰਾਤ ਨੂੰ ਕੁੰਡਾ ਖੜਕਾਇਆ ਉਹਨਾਂ ਨੇ ਖੋਲਿਆ ਨਹੀਂ ਅੱਤਵਾਦ ਦਾ ਵੇਲਾ ਸੀ ਉਹਨੇ ਸੋਚਿਆ ਕਿ ਬਾਹਰ ਬਾਹਰ ਹੀ ਕੌਣ ਹੋਊਗਾ ਉਹ ਕਹਿੰਦੇ ਯਾਰ ਉਹਨਾਂ ਨੇ ਭਾਰਗਵ ਨੂੰ ਦੇ ਦਿੱਤੀ ਟਿਕਟ ਅਤੇ ਬਿਆਸ ਦੇਣਾ ਨਹੀਂ ਚਾਹੁੰਦੇ ਸੀਗੇ ਉਹ ਸੋਚਦੇ ਸੀ ਵੀ ਇਹ ਜੱਟ ਸੀਟ ਆ ਉਹਨਾਂ ਨੇ ਕਿਹਾ ਇਹਨੂੰ ਬਰਾੜ ਸਾਹਿਬ ਮੇਰੇ ਕੋਲ ਆਇਆ ਕਿ ਵੀ ਤੂੰ ਲੜ ਲਾ ਮੈਂ ਕਿਹਾ ਯਾਰ ਮੈਂ ਆਪਣਾ ਘਰ ਬਾਰ ਛੱਡ ਕੇ UP ਇੱਥੇ ਰਾਜਨੀਤੀ ਕਰਨੀ ਨਹੀਂ ਆਇਆ ਜੇ ਮੈਂ ਰਾਜਨੀਤੀ ਕਰਨੀ ਹੋਊਗੀ ਮੈਂ UP 'ਚ ਕਰ ਸਕਦਾ ਸਹੀ ਆ
तो मैं इतने कारखाने लाने लिए आया, मैं नहीं पॉलिटिक्स करनी। फिर 1997 दे विच सरदार नहीं सॉरी नरेंद्र तिवारी साहब साढ़े इंचार्ज हो गए ऑब्जर्वर के तौर पर। इलेक्शन 1997 का आए तो चंडीगढ़ों मेरे मैं लिया, जिथे जिथे गए मैं घूमया। तो रात को असी जलंधर घर च रुके, सवेरे उठ के मैनू कहिंदे कि यू विल बी ए MLA, यू विल बी ए मिनिस्टर वन डे। पंडित जी ने मैनू कहा, मैं कहा सर, मैं सर नहीं कहिंदा हुंदा जी, मैं अंकल कहिंदा, मैं अंकल दिस इज़ नॉट माई कप ऑफ टी, मैं कदे भी नहीं बनूंगा। मेरे मोढ़े ते हथ रख के कहिंदा, यू डोंट नो वेयर डेस्टिनी टेक्स अ पर्सन। बिल्कुल वही नहीं गल हुई। फिर यारो मैं आप महाराज तो टिकट मंगता फिर, समय की गल है ना। दो जिते महाराज का, एक राणी ते एक राणा, ठीक है दो। मैं उन्होंने पुत्र सी, उन्होंने दी करवाली सी, ते जित के गया ते मैं देखा 5-7 इदा इदा तुरे होण, तुसी अकाली वाहवा भारे भारे जे हुंदे शरीरों, तुम देखो ना रतन सिंह जनाला, हाँ जी, तो होर सके जोड़े भी नाल, नरेश गुजराल नहीं सी सॉरी उन्होंने हराया सी, तो 11 जने तुरे हो। मैं खड़ा, मैं क्या यार भाई पाले सारे आ गए मेरे वाल, सेंट्रल हॉल की गल है, मारण ही भी नहीं सी, मैं कला ही सी। सुखबीर आया, सुखबीर ने मेरे हाथ मिलाया, जफ्फी पाई, राणे यार छड कांग्रेस, तू साढ़े च आ जा। अच्छा, और मैं क्या मेरे धोन ते वेख रटन पे हो, ये खदर पापा रटन पे तेरे करके, मैं इन्ना क्या। तो ढींसा साहब कहते सेंट्रल हॉल इदा है उच्चा, हाँ। ब्रिक वर्क क्यों देते हैं, अच्छा। टाइल ब्रिक स्क्वायर टाइल का काम है, ठीक है। मैनू अज भी वो गुम्मत है ना जी, हाँ। वो अज भी दिसती है, शायद मैं देखता ही ना उपर न। ढींसा साहब ने कहा, वेख सेंट्रल हॉल आ, ये सुखबीर ने तेरना तेन घूरिया सी ना अखा ना, हाँ। तो तू राजनीति जा गया, हाँ। ये फोटो अपने कर ला, सच ज्यों दे आ, हाँ। पुछ लियो यार, फिर और थोड़ी देर साल तुम घोराना झूठ बोलता। ढींसा साहब के प्यार है, ढींसा साहब ने अपनी टीम मैंबर क्यों पुछे कि राणा राजनीति च क्यों आया। सुखबीर बादल ना भी तू तड़क हो गया कि फिर मेनु रगड़िया भी बड़ा यार, जो 2007 च सरकार आई मेरी फैक्ट्री आउंदे बंद की थी। अच्छा, हाँ, चलो होर दसा, इतना पर्सनल हो जांदा काम, छड्डो परे जी, मैं दसना चाहना तुहानू गल। एक मुंडा सी डिप्टी, अच्छा, सुखबीर सिंह डिप्टी, अच्छा जी, ते वो यूथ कांग्रेस सीगा, हाँ। यूथ कांग्रेस वाले मेरे नाल भी, मैं MPC तो मेरे को दे सके, हुण वो की आ की नहीं मैनू की पता, हाँ। कांग्रेस पार्टी ने टिकट उन्होंने देती, मैं उसकी कंपेनिंग की थी, हाँ। डिप्टी बन गया, हाँ। MC जलंधरों, हाँ। बड़ा बड़ा कालीए जिमी कालीए हराया उन्हें, अच्छा। नरेश कालीए दे, हाँ। तो मैं कंपेनिंग बड़ी की थी, हाँ। अच्छा उन्हें कोई किडनैपिंग कर ली, मेरा की कसूर है यार। उधरों सरकार आ गई अपने दी कालिया दी, हाँ। इन्होंने प्लैन की किया, हाँ। कि इहनू चक तो लेना ही सी, हाँ। चक लिया, हाँ। कि इहनू चंडीगढ़ दे घर राणे दे घरों इहनू बरामद करना पा। अच्छा, मैनू एक पुलिस अफसर ने सीधा नहीं फोन किया, उन्हें एक पलिया दे मुंडे नू फोन किया। पलिया दे मुंडे मैनू कहिंदा, चाचा जी, पलिया साढ़े तो बाजपुर तो 2-250 मैनू ज़्यादातर जिहड़े मुंडे चाचा कहिंदे आ, कहिंदा चाचा, हाँ,
ਅੱਜ ਤੇਰਾ ਕੰਮ ਹੋ ਜਾਣਾ ਰਾਤ ਨੂੰ ਇੱਦਾਂ ਇੱਦਾਂ ਹੋਇਆ ਅਤੇ ਸੰਭਲ ਜਾ। ਹਾਂ ਮੈਂ ਕਿਹਾ ਯਾਰ ਹੁਣ ਸੰਭਲ ਕਿਵੇਂ ਜਾਵਾਂ। ਮੈਂ ਕਦੋਂ ਪੱਤਰਕਾਰ ਵੀਰਾਂ ਨੂੰ ਪਹਿਲਾਂ ਲਿਖ ਕੇ ਦਿੱਤਾ ਕਿ ਵੀ ਅੱਜ ਵੀ ਮੇਰੇ ਸੱਜਣ ਸੀਗੇ ਕਿ ਮੇਰੇ ਘਰ ਇਹਨਾਂ ਨੇ ਬੰਦਾ ਬਰਾਮਦ ਕਰਨਾ ਔਰ ਇਹਦੇ ਕੋਲ ਕਿਡਨੈਪਿੰਗ ਵਾਲਾ ਬੰਦਾ ਤੁਹਾਡੇ ਘਰ ਹੋ ਜਾਏ ਪੋਲੀਟੀਕਲ ਬੰਦੇ ਅਤੇ ਪੱਲੇ ਕੀ ਰਹਿੰਦਾ। ਇਹ ਹੋ ਸਕਦਾ ਸੁਖਬੀਰ ਦੀ ਸਲਾਹ ਹੋਵੇ, ਹੋ ਸਕਦਾ ਉਹਨੂੰ ਪਤਾ ਨਾ ਹੋਵੇ। ਇਹ ਫਿਰ ਪੁਲਿਸ ਅਫਸਰ ਵੀ ਤਾਂ ਜਦੋਂ ਨਵੀਂ ਨਵੀਂ ਸਰਕਾਰ ਆਉਂਦੀ ਆ ਇਹਨਾਂ ਨੇ ਨੰਬਰ ਬਣਾਉਣੇ ਹੁੰਦੇ ਆ। ਫਿਰ ਉਹ ਪੁਲਿਸ ਅਫਸਰ ਨੇ ਦੂਜੇ ਨੂੰ ਦੱਸਿਆ, ਉਹਨੇ ਮੈਨੂੰ ਦੱਸਿਆ। ਰਾਤ ਨੂੰ ਫਿਰ ਮੈਂ ਕੈਮਰੇ ਵਾਲੇ ਸੱਦੇ, ਲਾਈਟਾਂ ਸੱਦੀਆਂ ਸਾਰੇ ਘਰ 'ਚ। ਦੋ ਦਿਨ ਮੈਂ ਰੋਜ਼ ਇਹੀ ਕੰਮ ਕਰਦਾ ਰਿਹਾ ਕਿ ਜੇ ਬੰਦੇ ਆਉਣਗੇ ਨਾ ਤਾਂ ਉਹਨਾਂ ਦੀ ਵੀਡੀਓਗ੍ਰਾਫੀ ਕਰ ਲਵਾਂਗੇ। ਇਹਦੇ ਨਾਲ ਵਧੀਆ ਹਥਿਆਰ ਤਾਂ ਕੋਈ ਹੋਰ ਹੈ ਨਹੀਂ। ਹਾਂਜੀ ਅਤੇ ਉਹ ਫਿਰ ਉਹ ਪੇਸ਼ ਹੋ ਗਿਆ, ਮੇਰੀ ਜਾਨ ਛੁੱਟੀ। ਨਹੀਂ ਫਿਰ ਮੇਰੀ ਗੱਲ ਸੁਣੋ, ਪਰ ਉਹ ਨਹੀਂ ਕਹਿੰਦੇ ਹੁੰਦੇ ਵੀ ਤਿੰਗੜ ਦਾ ਤਾਂ ਬੰਦਾ ਕਿੱਲੇ ਦੇ ਜ਼ੋਰ 'ਤੇ ਹੁੰਦਾ ਜੇ ਕਿੱਲਾ ਤਗੜਾ ਹੋਵੇ? ਨਹੀਂ ਕਿੱਲਾ ਮੈਂ ਕਿਸੇ ਦੇ ਸਿਰ 'ਤੇ ਨਹੀਂ ਤਿੰਗੜਿਆ। ਨਹੀਂ ਨਹੀਂ ਤੁਸੀਂ ਨਹੀਂ, ਜਿਹੜੇ 'ਤੇ ਕੇਸ ਪਿਆ ਸੀ। ਨਹੀਂ ਕੇਸ ਇਹ ਤਾਂ ਫਿਰ ਕ੍ਰਿਮੀਨਲ ਸੀ, ਉਹਨੇ ਭੁਗਤ ਲਿਆ, ਮੇਰਾ ਕੀ ਕਸੂਰ ਹੈ ਉਹਦੇ 'ਚ? ਪਰ ਤੁਸੀਂ ਕਿਹਾ ਨਹੀਂ ਵੀ ਯਾਰ ਤੂੰ ਪਤੰਦਰਾ ਮੈਨੂੰ ਵੀ ਮਰਵਾ ਦਾ ਸੀ। ਹੁਣ ਮੈਂ ਉਹਨੂੰ ਜੇਲ੍ਹ 'ਚ ਜਾ ਕੇ ਕਹਾਂਗੀ ਵੀ ਪਤੰਦਰਾ ਤੂੰ ਮੇਰੇ ਨਾਲ ਜੇਲ੍ਹ 'ਚ ਹੋ, ਉਹਨੂੰ ਸਜ਼ਾ ਹੋਈ ਬੜੀ ਬੜੀ। ਹੁਣ ਪਤਾ ਨਹੀਂ ਜੇਲ੍ਹ 'ਚ ਹੈ ਕਿ ਨਹੀਂ, ਜੇ ਮੈਨੂੰ ਨਹੀਂ ਪਤਾ। ਅੱਛਾ ਹਾਂ ਠੀਕ ਹੈ, ਕਿਡਨੈਪਿੰਗ ਦੀ ਸਜ਼ਾ 8-10 ਸਾਲ ਹੁੰਦੀ ਹੈ, ਕਾਫੀ ਲੰਬਾ ਹੈ ਤਾਂ। ਹਾਂ ਇਹ ਯੋਗੀ ਨਾਲ ਕਿਵੇਂ ਆ ਤੁਹਾਡੀ ਸਾਂਝ? ਬਾਤ ਪੂਰੀ ਫੋਟੋ ਦਿਖਾਵਾਂ ਉਹਦੇ ਨਾਲ? ਦਿਖਾਓ, ਮੇਰਾ ਕੈਮਰਾ ਉਹ ਬਾਹਰ ਚੱਲ ਕੇ। ਕੋਈ ਨਹੀਂ ਬਾਅਦ 'ਚ ਕਰ ਲਵਾਂਗੇ ਸ਼ੋਟ। ਯੋਗੀ ਸਾਹਿਬ ਅਜੇ ਸੁਖਬੀਰ ਤਾਂ ਮੈਂ ਇੱਕ ਦਿਨ ਪਾਰਲੀਮੈਂਟ 'ਚ ਲੜ ਗਏ ਤਾਂ ਉਹ ਤੜਕ ਹੋ ਗਈ ਪੂਰੀ, ਅਤੇ ਜਿੱਥੋਂ ਗੁੱਸੇ ਹੋਇਆ ਸੁਖਬੀਰ ਬਾਦਲ ਮੇਰੇ ਨਾਲ। ਫਿਲਮ ਵੀ ਬੜੀ ਚੜੀ ਸੀ, ਪੁਰਾਣੇ ਬੰਦਿਆਂ ਨੂੰ ਪਤਾ ਹੋਣਾ ਅਸੀਂ ਇੱਕ ਦੂਜੇ ਨਾਲ ਲਾਗੇ ਲਾਗੇ ਹੁੰਦੇ ਤਾਂ ਗੁੱਥਮ ਗੁੱਥੀ ਹੋ ਜਾਂਦੇ ਦੂਰੋਂ ਦੂਰੋਂ। ਅਤੇ ਮੈਨੂੰ ਇੱਕ ਲਾਲੂ ਯਾਦਵ ਕਹਿੰਦਾ, ਮੇਰੀ ਕੀ ਪਛਾਣ ਸੀ ਯਾਰ, ਨਵਾਂ ਨਵਾਂ ਐਮ ਪੀ ਪਹਿਲੀ ਵਾਰ ਵਾਲਾ। ਲਾਲੂ ਕਹਿੰਦਾ ਤੁਮ ਬਹੁਤ ਦਮਦਾਰ ਹੋ ਰਾਣਾ, ਅੱਛਾ ਅੱਜ ਮਜ਼ਾ ਆ ਗਿਆ। ਹਾਂ ਸਟਾਈਲ ਪੂਰੀਆਂ ਗੱਲਾਂ ਕਰਕੇ ਪੂਰਾ ਡਰਾਮੇ ਬਾਈ ਇਸੇ ਕਰਕੇ ਅਤੇ ਚਲੋ। ਉਹਦੇ ਬਾਅਦ ਯੋਗੀ ਸਾਹਿਬ ਮਿਲੇ, ਯੋਗੀ ਸਾਹਿਬ ਮੇਰੇ ਨਾਲ ਪਹਿਲਾਂ ਵੀ ਮੁਹੱਬਤ ਕਰਦੇ ਸੀ, ਉਹਨਾਂ ਨੂੰ ਪਤਾ ਸੀ ਕਿ ਵੀ ਇਹ ਯੂਪੀ ਦਾ ਜੰਮ ਪੜਿਆ। ਅੱਛਾ ਮੈਨੂੰ ਕਹਿੰਦੇ ਰਾਣਾ ਮੈਂ ਤੁਮ ਤੋਂ ਸਟਰੋਂਗ ਆਦਮੀ ਹੋ ਯਾਰ। ਹਾਂ ਅੱਛਾ ਮੇਰਾ ਸਤਿਕਾਰ ਕਰਦਾ ਸੀ, ਮੈਂ ਫਿਰ ਮੁੱਖ ਮੰਤਰੀ ਬਣ ਗਏ ਸਾਡੇ। ਅਜੇ ਮੈਂ ਫਿਰ ਜਦੋਂ ਇਹਨਾਂ ਦਾ ਰਾਜ ਆਇਆ ਨਾ ਅਕਾਲੀਆਂ ਦਾ, ਮੇਰੀ ਇਹਨਾਂ ਨੇ ਫੈਕਟਰੀ ਦਾ ਇੱਕ ਗੇਟ ਬੰਦ ਕਰਾ ਦਿੱਤਾ, ਰਾਹ ਬੰਦ ਕਰਾ ਦਿੱਤਾ। ਠੀਕ ਹੈ ਮਜੀਠੀਆ ਸਾਹਿਬ ਨੇ, ਮੈਂ ਕਿਹਾ ਯਾਰ ਇਹ ਸਾਰੀ ਉਮਰ ਤੰਗ ਕਰਨਗੇ ਅਤੇ ਆਪਾਂ ਗਰੋ ਕਰਨਾ, ਤਾਂ ਜੇ ਪੰਜਾਬ 'ਚ ਇਹ ਲੋਕ ਇੱਦਾਂ ਦੇ ਕੰਮ ਕਰ ਰਹੇ ਆ ਅਤੇ ਆਪਾਂ ਬਾਹਰ ਲਾ ਲੈਂਦੇ, ਆਪਾਂ ਨੂੰ ਕੀ ਆ। ਯੂਪੀ 'ਚ ਫੈਕਟਰੀਆਂ, ਮਾਇਆਵਤੀ ਦਾ ਰਾਜ ਵੀ ਰਿਹਾ, ਮੁਲਾਇਮ ਸਿੰਘ ਦਾ ਰਾਜ ਵੀ ਰਿਹਾ, ਯੋਗੀ ਜੀ ਦਾ ਵੀ ਆ ਹੁਣ BJP ਦਾ। ਆਪਾਂ ਤਾਂ ਤਿੰਨਾਂ ਨੂੰ ਜਾ ਕੇ ਮਿਲੇ, ਕੋਈ ਪ੍ਰੋਬਲਮ ਨਹੀਂ, ਕੰਮ ਕਰਦੇ ਸਾਡੇ। ਯੋਗੀ ਸਾਹਿਬ ਤਾਂ ਬਹੁਤ ਵਧੀਆ ਬੰਦਾ। ਅੱਛਾ ਵਧੀਆ ਬਹੁਤ ਬਹੁਤ ਵਧੀਆ। ਉਹ ਮੱਠ ਦੇ ਇੱਕ ਮੁਖੀ ਨੇ ਹਨਾ ਉੱਥੇ? ਮੈਂ ਮੱਠ 'ਤੇ ਤਾਂ ਗਿਆ ਨਹੀਂ। ਆ ਮੈਂ ਪਤਾ ਐਵੇਂ ਨਹੀਂ, ਮੈਨੂੰ ਤਾਂ ਪਤਾ, ਮੈਂ ਸਹੀ ਵਰਡ ਵਰਤ ਰਿਹਾ ਕਿ ਨਹੀਂ ਹਨਾ ਵੀ ਉਹ, ਪਰ ਮੁਖੀ ਜ਼ਰੂਰ ਨੇ ਉਹ ਕਿਸੇ ਧਾਰਮਿਕ ਸੰਸਥਾ ਜੋ ਉਹਨਾਂ ਦੇ ਕੁਛ ਨਾ ਕੁਛ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਕੀ ਆ ਮੈਨੂੰ ਵੀ ਨਹੀਂ, ਮੈਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਬਟ ਇਨਸਾਨ ਵਧੀਆ। ਅੱਛਾ ਮੇਰਾ ਬੇਟਾ ਜਾਂਦਾ ਉਹਨਾਂ ਬਾਰੇ ਤਾਂ ਯੂਪੀ ਦੇ ਬੜੇ, ਮੇਰਾ ਬੇਟਾ ਜਾਂਦਾ, ਦੇਖੋ ਉਹ ਨਫ਼ਰਤ ਨਹੀਂ ਕਰਦਾ ਕਾਂਗਰਸੀਆਂ ਤੋਂ, ਨਹੀਂ ਕਰਦਾ, ਮੇਰੇ ਤੋਂ ਤਾਂ ਨਹੀਂ ਕਰਦਾ। ਉਹ ਕਹਿੰਦਾ ਆਇੰਦਾ ਪਿਤਾ ਜੀ ਕੋ ਸਾਥ ਨਹੀਂ ਲਾਣਾ, ਤੁਮ ਮੇਰੇ ਭਤੀਜੇ ਹੋ। ਦੇਖੋ ਭਤੀਜਾ ਕਹਿ ਦੇਣਾ ਛੋਟੀ ਬਾਤ ਹੈ। ਬਿਲਕੁਲ ਉਹ ਇੰਡਸਟਰੀਅਲਿਸਟ ਨੂੰ ਅਤੇ ਇੰਡਸਟਰੀ ਨੂੰ ਪ੍ਰਮੋਟ ਕਰਨਾ ਚਾਹੁੰਦਾ। ਅੱਛਾ ਮੈਂ ਉਹਦੀ ਕੰਪੇਨਿੰਗ ਨਹੀਂ ਕਰ ਰਿਹਾ। ਹਾਂ ਨਹੀਂ ਨਹੀਂ ਠੀਕ ਹੈ, ਮੇਰੇ ਨਾਲ ਸੰਬੰਧ ਬਹੁਤ ਵਧੀਆ। ਇਹ ਇਸ ਇਹ ਪ੍ਰੋਗਰਾਮ 'ਚ ਟੈਨਸ਼ਨ ਨਾ ਲਓ, ਇੱਥੇ ਇਹ ਤਾਂ ਹੋਰ ਨਾ UPL ਨੂੰ ਚਲਾ ਦਿਓ ਤਾਂ ਉੱਥੇ ਕਾਂਗਰਸ ਕਵੇ ਇਹ ਯੋਗੀ ਦੀ ਤਾਰੀਫ ਕਰੀ ਜਾਂਦਾ। ਚਲੋ ਚਲੋ ਜੀ ਚੱਲ ਜਾਏ ਤਾਂ ਫਿਰ ਕੀ ਹੋ ਗਿਆ ਮੇਰੇ ਸੰਬੰਧ। ਹਾਂ ਲੋਕ ਬਹੁਤ ਕਹਿੰਦੇ ਆ ਕਿ ਰਾਣਾ ਹੁਣ ਤਾਂ ਹੁਣ ਚੁੱਪ ਹੋ ਗਏ, ਇਹ ਦੁਸ਼ਟ ਜਿਹੜੇ ਮੇਰੇ ਆਲੇ ਦੁਆਲੇ ਵਾਲੇ ਨਾ
ਇਹੀ ਕਹਿੰਦੇ ਆ ਉਹ ਤੁਸੀਂ ਪਰਸਨਲ ਲੈਵਲ ਤੇ ਪਿੱਛੇ ਹੀ ਪੈ ਜਾਂਦੇ ਹੋ ਨਾ ਤਾਂ ਚੁੱਪ ਹੋ ਗਏ ਨਾ ਮੈਂ ਕਿਸੇ ਦੇ ਹੁਣ ਪਿਆ ਮੈਂ ਹਾਂ ਇਦੋਂ ਪਹਿਲਾਂ ਕਦੇ ਬੋਲਿਆ ਤੁਸੀਂ ਮੈਨੂੰ ਇਹ ਦੱਸੋ ਮੈਂ ਦੋ ਵਾਰ ਬੋਲਿਆ ਦੋ ਵਾਰ ਡਰੱਗ ਤੇ ਬੋਲਿਆ ਮੈਂ ਜਦ ਦਾ ਵਜ਼ੀਰ ਉਤਰਿਆ ਉਹ ਵਜ਼ੀਰ ਦੇ ਤੌਰ ਤੇ ਕਿਸੇ ਨੂੰ ਗਲਤ ਬੋਲਿਆ ਹੋਵੇ ਮੈਂ ਦੋ ਵਾਰ ਬੋਲਿਆ ਇੱਕ ਵਾਰ ਸਰਬਜੀਤ ਇੰਸਪੈਕਟਰ ਜਿਹੜਾ ਤੇਜੀ ਦਾ ਸੀਗਾ ਇੱਥੇ ਲਿਖਾ ਹੈ ਕਿ ਡਰੱਗ ਪਕਾਉਂਦਾ ਮੈਂ ਬੋਲਿਆ ਅਤੇ ਤਹਿਲਕਾ ਮੱਚ ਗਿਆ ਮੈਂ ਕਿਹਾ ਰੇਪ ਦੇ ਝੂਠੇ ਪਰਚੇ ਵੀ ਕਰਦਾ ਭਾਵੇਂ ਬੀਜੇਪੀ ਦਾ ਬੰਦਾ ਸੀਗਾ ਲੇਕਿਨ ਯਾਰ ਬੀਜੇਪੀ ਦਾ ਤਾਂ ਅਸੀਂ ਰੇਪ ਦੇ ਪਰਚੇ ਕਰ ਦੇਣੇ ਉਹਦੇ 'ਤੇ ਹੋਇਆ ਸੁਲਤਾਨਪੁਰ ਦੂਜੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਮੈਂ ਇੱਥੇ ਬੋਲਿਆ ਕਿ ਬਈ ਮੈਂ ਸ਼ਿਕਾਇਤ ਕੀਤੀ ਮੈਂ ਸ਼ਿਕਾਇਤ ਹੁਣ ਵੀ ਕਰਦਾ ਰਹਿੰਦਾ ਕਿ ਆਹ ਡਰੱਗ ਇੱਥੇ ਵਿਕਰੀ ਕਪੂਰਥਲੇ 'ਚ ਇੱਥੇ ਵਿਕਰੀ ਉੱਥੇ ਵਿਕਰੀ ਆ ਮੈਂ ਕਰਦਾ ਅਤੇ ਮੈਂ ਉਸ ਐਸ ਐਸ ਪੀ ਨੂੰ ਕਿਹਾ ਹੁਣ ਨੌਂ ਨਹੀਂ ਲੈਣਾ ਅਤੇ ਮੈਂ ਪ੍ਰੈਸ ਵਾਲੇ ਬੁਲਾ ਕੇ ਮੈਂ ਦੱਸ ਦਿੱਤਾ ਵੀ ਸਾਡੇ ਡਰੱਗ ਵਿਕਰੀ ਆ ਅਤੇ ਪੁਲਿਸ ਇਨਐਕਟਿਵ ਆ ਅੱਛਾ ਅਤੇ ਮਹਾਰਾਜ ਸਾਹਿਬ ਨੇ ਫਿਰ ਉਸ ਐਸ ਐਸ ਪੀ ਨੂੰ ਅਗਲੇ ਦਿਨ ਬਦਲ ਦਿੱਤਾ ਮੈਂ ਨਹੀਂ ਕਿਹਾ ਬਦਲੋ ਸੋ ਮੈਂ ਦੋ ਵਾਰ ਹੀ ਬੋਲਿਆ ਔਰ ਦੋਨੇ ਵਾਰ ਐਕਸ਼ਨ ਹੋਇਆ ਉਹਦੇ ਬਾਅਦ ਮੈਂ ਕਦੇ ਕਿਸੇ 'ਤੇ ਸੁਖਪਾਲ 'ਤੇ ਬੋਲਿਆ ਵਾਂ ਉਹ ਬਹੁਤ ਬੋਲਿਆ ਮੈਂ ਚੁੱਪ ਹੁੰਦਾ ਰਿਹਾ ਉਹ ਅੰਦਰ ਚਲੇ ਗਿਆ ਮੈਂ ਨਹੀਂ ਬੋਲਿਆ ਉੱਥੇ ਲਾਂਡਰਿੰਗ ਦੀ ਕੇ ਗੱਲ ਹੋਈ ਮੈਂ ਕਿਹਾ ਯਾਰ ਚਲੋ ਕਿੱਡੀ ਗੱਲ ਆ ਅਤੇ ਡਰੱਗ ਦਾ ਆਇਆ ਤਾਂ ਮੈਂ ਨਹੀਂ ਚੁੱਪ ਰਹੂੰਗਾ ਮੈਂ ਤੁਸੀਂ ਜੇ ਡਰੱਗ ਦੇ ਇੱਦਾਂ ਖਿਲਾਫ ਹੋ ਤਾਂ ਫਿਰ ਤੁਹਾਨੂੰ ਇਹ ਕਿਉਂ ਲੱਗਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਇੱਕ ਉਹ ਕਿਉਂ ਨਹੀਂ ਹੋ ਸਕਦਾ ਜਦ ਇੱਦਾਂ ਦੇ ਬੰਦੇ ਰਾਜਨੀਤੀ 'ਚ ਰਹਿਣਗੇ ਕਿੱਦਾਂ ਦੇ ਅਤੇ ਸੁਖਪਾਲ ਵਰਗੇ ਅੱਛਾ ਇਹ ਤਾਂ ਪ੍ਰੂਵਨ ਆ ਹੱਥ ਕੰਗਣ ਕੋ ਆਰਸੀ ਕਿਹਾ ਪੜ੍ਹੇ ਲਿਖੇ ਕੋ ਫਾਰਸੀ ਕਿਹਾ ਯਾਰ ਕੋਰਟ ਦੇ ਵਿੱਚ ਅਗਲੇ ਈਡੀ ਨੇ ਪੇਸ਼ ਕੀਤਾ ਆਪਾਂ ਫਿਰ ਵੀ ਮੰਨਣ ਨੂੰ ਤਿਆਰ ਨਾ ਹੋਈਏ ਮੇਰੇ ਵੇਲੇ ਤਾਂ ਮੀਡੀਆ ਨੇ ਬਹੁਤ ਲਿਖਿਆ ਹੁਣ ਮੀਡੀਆ ਕਿਉਂ ਨਹੀਂ ਲਿਖਦਾ ਬਾਈ ਲਿਖਦਾ ਹੀ ਨਹੀਂ ਬੋਲਦਾ ਹੀ ਨਹੀਂ ਨਹੀਂ ਉਸ ਤਾਂ ਉਦੋਂ ਵੀ ਨਹੀਂ ਕੁਛ ਲਿਖਿਆ ਕਿਉਂਕਿ ਸਾਡਾ ਟੀਵੀ ਦੂਜਾ ਚਲੋ ਨਹੀਂ ਚਲੋ ਹੋ ਜਾਂਦਾ ਯਾਰ ਮੈਨੂੰ ਨਹੀਂ ਆਪਾਂ ਨੂੰ ਕੋਈ ਗੱਲਾਂ ਨਹੀਂ ਮਿਹਨਤ ਕਰਨ ਫੁਕੀ ਖਾਲੀ ਰਾਜਨੀਤੀ ਬਿਆਨ ਦੇਣੇ ਯਾਰ ਛੱਡ ਦੇਣੇ ਚਾਹੀਦੇ ਆ ਪਹਿਲਾਂ ਯਾਰ ਦੇਖੋ ਇਹ ਜਿੰਨੇ ਲੋਕ ਰਾਜਨੀਤੀ ਚ ਆਉਂਦੇ ਜੀ ਅਸੀਂ ਯੂਥ ਕਾਂਗਰਸ ਚ ਆ ਗਏ ਇਹਨੂੰ ਪੁੱਛੇ ਕੀਤਾ ਕੀ ਯਾਰ ਪਹਿਲਾਂ ਘੱਟੋ ਘੱਟ 10-15 ਸਾਲ 20 ਸਾਲ ਤਜਰਬਾ ਤੇ ਕਰੋ ਕੰਮ ਤੇ ਕਰੋ ਰਿਟਾਇਰਮੈਂਟ ਲੈ ਕੇ ਇੱਧਰ ਆ ਜਾਓ 10-15 ਦਿਨ ਬਾਹਰ ਕੀ ਕਰਦੇ ਆ ਬਾਹਰੋਂ ਜੰਮਦੇ ਹੀ ਰਾਜਨੀਤੀ 'ਚ ਨਹੀਂ ਜਾਂਦੇ ਉਹ ਕੰਮ ਕਰਦੇ ਆ ਉਹ ਫਿਰ ਆਪਣਾ ਰਿਟਾਇਰਮੈਂਟ ਪਲਾਨ ਹੁੰਦਾ ਪਰ ਵਿੱਚ ਐਂ ਵੀ ਹੁੰਦਾ ਨਾ ਬਾਹਰ ਮਤਲਬ ਮੈਂ ਚਲੋ ਹਰੇਕ ਮਿੱਟੀ ਦੀ ਆਪਦੀ ਹੈ ਨਾ ਉਹ ਉਹਦੀ ਉਹਦਾ ਸੁਭਾਅ ਇੱਥੇ ਤਾਂ ਆਪਣੇ ਇੱਕ ਹੋਰ ਹਿਸਾਬ ਵੀ ਹੈ ਨਾ ਵੀ ਜਿਹੜਾ ਜੰਮ ਗਿਆ ਹੁਣ ਤੁਸੀਂ ਆਪਦਾ ਹੀ ਲਾਓ ਕਿਸੇ ਨੂੰ ਆਉਣ ਤਾਂ ਨਹੀਂ ਦਿੰਦੇ ਨੇੜੇ ਆਏ ਦੇਖੋ ਕਿਸੇ ਦੀ ਕੋਈ ਤਾਕਤ ਨਹੀਂ ਕਿ ਜੰਮ ਜਾਏ ਇਹ ਤੁਹਾਡਾ ਵਿਵਹਾਰ ਆ ਇਹ ਤੁਸੀਂ ਲੋਕਾਂ ਨੂੰ ਮਿਲਦੇ ਕਿੰਨੇ ਹੋ ਲੋਕਾਂ ਨਾਲ ਪਿਆਰ ਕਿੰਨਾ ਕਰਦੇ ਹੋ ਤੁਸੀਂ ਮੇਰੇ ਨਾਲ ਜਾ ਕੇ ਵੇਖਿਓ ਜਿੰਨੀਆਂ ਜੱਫੀਆਂ ਮੈਨੂੰ ਪਾਉਂਦੇ ਨਾਲ ਆਏ ਹਾਏ ਡਰੋਨ ਨਾਲ ਕੀਤਾ ਸ਼ੋਟ ਅਸੀਂ ਦੇਖੀਆਂ ਜੱਫੀਆਂ ਇੱਥੋਂ ਫੜ ਕੇ ਜਿਵੇਂ 22 ਦੀ ਵੇ ਜਲਦੀ 'ਚ ਨਿਕਲ ਰਿਹਾ ਵਾਂ ਇੱਥੋਂ ਪਾ ਕੇ ਵਾਪਸ ਖਿੱਚ ਲੈਂਦੇ ਆ ਅਤੇ ਫਿਰ ਕੀ ਹੋਇਆ ਉਹਨਾਂ ਦਾ ਰਾਈਟ ਆ ਯਾਰ ਕਹਿੰਦੇ ਜੱਫੀ ਪਾ ਕੇ ਜਾ ਕਿੱਧਰ ਜਾਏਗਾ ਔਰ ਜਦੋਂ ਟਾਈਮ ਹੁੰਦਾ ਉਦੋਂ ਆਨੰਦ ਵੀ ਬੜਾ ਹੁੰਦਾ ਬਹੁਤ ਬਿਜ਼ਨਸ ਜਾਂ ਸਿਆਸਤ ਜਦੋਂ ਖੇਤੀ ਕੀਤੀ ਟਿਕਾ ਕੇ 14 ਸਾਲ ਖੇਤੀ ਕੀਤੀ ਔਰ 90 ਤੋਂ ਲੈ ਕੇ 89 ਤੋਂ ਲੈ ਕੇ 99 ਤਾਈਂ 10 ਸਾਲ ਕੇਵਲ ਬਿਜ਼ਨਸ ਕੀਤਾ ਜਿੱਦਣ ਸਿਆਸਤ 'ਚ ਆ ਗਿਆ ਛੋਟੇ ਭਰਾ ਨੂੰ ਕਿਹਾ ਤੂੰ ਕਰ ਲਾ ਜਿੰਨਾ ਕਰ ਸਕਦਾ ਔਰ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਾਂ ਤੁਹਾਡੇ ਕੋਲ ਕਿੱਸੇ ਬਹੁਤ ਨਾ ਲਾਈਵ ਪ੍ਰੈਕਟੀਕਲ ਮੈਂ ਕਾਲਜ ਗਿਆ ਪੜ੍ਹਿਆ ਤਾਂ ਹੈ ਨਹੀਂ ਮੈਂ ਨਹੀਂ ਪੜ੍ਹਿਆ ਉਹਦੇ ਕੋਸ਼ਿਸ਼ ਕੀਤੀ ਕੋਸ਼ਿਸ਼ ਤਾਂ ਕਰਦਾ ਬੰਦਾ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਮੈਂ ਫਲਾਇੰਗ ਵੀ ਕੀਤੀ ਆ ਪੀ ਪੀ ਐਲ ਹੋਲਡਰ ਹਾਂ ਫਿਰ ਸੀ ਪੀ ਐਲ ਨਹੀਂ ਕਰ ਟਾਈਮ ਮੇਰਾ ਮਨ ਹੀ ਨਹੀਂ ਮੰਨਿਆ ਅੱਛਾ ਫਿਰ ਮੈਂ ਖੇਤੀ ਕਰਨ ਲੱਗ ਪਿਆ ਖੇਤੀ ਕੀਤੀ ਟੋਪ ਦੀ ਟੈਕਨੀਕਲ
ਪਰ ਅੱਜ ਵੀ ਖੇਤੀ ਤੇ ਮੈਂ ਬੋਲ ਤੁਸੀਂ ਮੈਨੂੰ ਕਿਸੇ PAU ਦੇ ਸਾਇੰਟਿਸਟ ਨਾ ਕਿਸੇ ਮਾਰ ਨਾ ਬਿਠਾ ਦਿਓ ਪਰ ਤੁਸੀਂ ਮਹਿਕਮਾ ਖੇਤੀਬਾੜੀ ਲੈਣਾ ਸੀ ਗਲਤ ਮਿਲਿਆ ਗੱਲ ਇਸ ਤਰ੍ਹਾਂ ਆ ਰਾਜਨੀਤੀ 'ਚ ਬੜਾ ਕੁਛ ਹੁੰਦਾ ਬੜੇ ਧੋਖੇ ਹੁੰਦੇ ਆ ਉੱਪਰੋਂ ਮੇਰਾ ਪੂਰਾ ਹੀ ਆਇਆ ਸੀ ਇਹਨਾਂ ਨੇ ਅੱਧਾ ਕਰਤਾ ਚਲੋ ਕੋਈ ਗੱਲ ਨਹੀਂ ਉਹਨਾਂ ਕੋਈ ਫਰਕ ਨਹੀਂ ਪੈਂਦਾ ਜਿੰਨਾ ਕੁ ਮਿਲਿਆ ਉਹਦੇ 'ਚ ਆਪਾਂ ਬੜੇ ਬੜੀ ਸੋਧਾਂ ਲੈਣੀਆਂ 1961 ਦਾ ਨਰਸਰੀ ਐਕਟ ਸੀ ਨਰਸਰੀ ਐਕਟ ਦੇ ਅੰਦਰ ਕੁਛ ਵੀ ਨਹੀਂ ਸੀ 1961 'ਚ ਸਾਨੂੰ ਪਤਾ ਹੀ ਨਹੀਂ ਸੀ ਨਰਸਰੀ ਕਿੱਦਾਂ ਦੀ ਹੋਣੀ ਚਾਹੀਦੀ ਆ ਅਤੇ 61 ਤੋਂ ਲੈ ਕੇ ਹੁਣ 22 ਆ ਗਈ ਕਰੀਬ ਕਰੀਬ 20 ਸਾਲ ਹੋ ਗਏ ਨਹੀਂ ਨਹੀਂ ਸੋਰੀ ਹਿਸਾਬ ਮੇਰਾ ਗਲਤ ਹੋ ਗਿਆ ਨਹੀਂ 60 ਹੋ ਗਏ 60 ਸਾਲ ਹੋ ਗਏ 60 ਸਾਲਾਂ 'ਚ ਪਰਿਵਰਤਨ ਬਹੁਤ ਹੋਇਆ ਅਤੇ ਇਹ ਐਕਟ ਨੂੰ ਬਦਲ ਦਿੱਤਾ ਕੇਵਲ ਐਕਟ ਇਸ 111 ਦਿਨਾਂ 'ਚ ਮੇਰਾ ਹੀ ਆਇਆ ਹੋਊ ਉਹ ਰੂਟ ਸਟੋਕ ਕਿ ਉਹਦੀ ਜੜ੍ਹ ਕੀ ਆ ਤੁਸੀਂ ਹੁਣ ਨਰਸਰੀ ਤੋਂ ਅੰਬ ਦੇ ਲੀਚੀ ਦੇ ਜਾਂ ਕਿਸੇ ਫਰੂਟ ਦੇ ਬੂਟੇ ਲੈਂਦੇ ਹੋ ਕੋਈ 5 ਸਾਲ ਬਾਅਦ ਫਰੂਟਿੰਗ ਕਰਦਾ ਕੋਈ 7 ਸਾਲ ਬਾਅਦ ਪੱਥਰਨਾਕ 8 ਸਾਲ ਬਾਅਦ 8 ਸਾਲਾਂ ਬਾਅਦ ਪਤਾ ਲੱਗੇ ਇਹ ਜਿਹੜਾ ਪੌਦਾ ਟਰੂ ਵਰਾਇਟੀ ਨਹੀਂ ਤੁਹਾਨੂੰ ਕਿੰਨਾ ਦੁੱਖ ਹੋਊਗਾ ਦੁੱਖ ਨੂੰ ਛੱਡੋ ਉਹਦੇ 8 ਸਾਲ ਦੀ ਭਰਪਾਈ ਕੌਣ ਕਰੂਗਾ ਕੋਈ ਨਹੀਂ ਹੁਣ ਉਹਨੂੰ ਪੱਟੂਗਾ ਕੌਣ ਉਹਦੀ ਯੀਲਡ ਦਾ ਜ਼ਿੰਮੇਵਾਰ ਕੌਣ ਆ ਹੈਂਜੀ ਹੁਣ ਮੈਂ ਇਹ ਐਕਟ ਲੈਂਦਾ ਕਿ ਰੂਟ ਸਟੋਕ ਸਾਰੀਆਂ ਨਰਸਰੀਆਂ ਰਜਿਸਟਰਡ ਔਰ ਸਰਟੀਫਿਕੇਸ਼ਨ ਹੋਊਗੀ ਜਿਹੜੇ ਪੌਦੇ ਤਿਆਰ ਕਰਨਗੇ ਸੀਡ ਸਰਟੀਫਿਕੇਸ਼ਨ ਨਰਸਰੀ ਸਰਟੀਫਿਕੇਸ਼ਨ ਦਾ ਹਾਰਟੀਕਲਚਰ ਦਾ ਇੱਕ ਡਿਪਾਰਟਮੈਂਟ ਹੋਊਗਾ ਔਰ ਟਰੂ ਟੂ ਵਰਾਇਟੀ ਦੀ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਠੀਕ ਆ ਮਤਲਬ ਇੱਦਾਂ ਹੀ ਨਹੀਂ ਅਸੀਂ ਫਿਰ ਆਲੂ ਓਕੇ ਦੇਖੋ ਕੁਦਰਤ ਦੀ ਕੁਦਰਤ ਜਿਹੜੀ ਆ ਨਾ ਉਹ ਆਪਣੇ ਆਪਣੇ ਰੰਗ ਆ ਉਹਦੇ ਕਿਤੇ ਕੇਸਰ ਹੁੰਦਾ ਹਾਂਜੀ ਅਤੇ ਆਲੂ ਦੁਆਬੇ 'ਚ ਹੁੰਦਾ ਦੁਆਬੇ 'ਚ ਸੀਡ ਆਲੂ ਬੜੀ ਜਗ੍ਹਾ ਹੁੰਦਾ ਜਿੱਥੇ ਵੀ ਉਹ ਕਹਿੰਦੇ ਨਾ ਆਲੂ ਤਾਂ ਸਿੱਖ ਹਰੇਕ ਜਗ੍ਹਾ ਮਿਲ ਜਾਂਦੇ ਆ ਲੇਕਿਨ ਜਿਹੜਾ ਆਲੂ ਦਾ ਬੀਜ ਆ ਉਹ ਦੁਆਬੇ ਦੀ ਧਰਤੀ 'ਤੇ ਸਾਰਿਆਂ ਨਾਲੋਂ ਵਧੀਆ ਦੁਨੀਆਂ 'ਚ ਹੁੰਦਾ ਅੱਛਾ ਉਹਦਾ ਕਾਰਨ ਹੈ ਇੱਕ ਵਾਇਰਸ ਆਉਂਦਾ ਉਹ ਵਾਇਰਸ ਆਮ ਜਗ੍ਹਾ 'ਚ ਬਹੁਤ ਆ ਸਾਡੇ ਉਹ ਜਦੋਂ ਵਾਇਰਸ ਆਉਂਦਾ ਉਹ ਆਉਂਦਾ 5 ਜਨਵਰੀ ਦੇ ਲਾਗੇ ਛਾਗੇ ਠੀਕ ਹੈ ਅਤੇ ਅਖੀਰ ਸਤੰਬਰ ਅਕਤੂਬਰ 'ਚ ਅਸੀਂ ਜਿਹੜੀ ਜਾਂ 15 ਸਤੰਬਰ ਨੂੰ ਬੀਜ ਲਿਆ ਆਲੂ 15 ਅਕਤੂਬਰ ਨੂੰ ਉਹ ਆ ਕੇ 90 ਦਿਨ ਦਾ ਹੋ ਜਾਂਦਾ ਅਤੇ ਉਹਦਾ ਸਾਈਜ਼ ਸੀਡ ਵਾਲਾ ਹੋ ਜਾਂਦਾ ਅੱਛਾ ਅਤੇ ਵੇਲਾਂ ਵੱਢ ਦਿਓ ਸੀਡ ਦੇ ਉੱਤੇ ਉਹ ਵਾਇਰਸ ਨਹੀਂ ਆਏਗਾ ਠੀਕ ਹੈ ਅਤੇ ਵਾਇਰਸ ਮੁਕਤ ਸੀਡ ਆ ਅਤੇ ਉਹਦੀ ਯੀਲਡ ਵੀ ਵੱਧ ਹੋਊਗੀ ਉਹ ਬੀਜ ਅੱਛਾ ਹੋਊਗਾ ਜਲੰਧਰ ਦਾ ਕਪੂਰਥਲੇ ਦਾ ਹੁਸ਼ਿਆਰਪੁਰ ਦਾ ਬੀਜ ਮੰਨਿਆ ਸਾਰੇ ਹਿੰਦੁਸਤਾਨ 'ਚ ਹੁਣ ਲੋਕ ਕੀ ਕਰਨ ਲੱਗ ਪਏ ਕਿ UP ਦੇ ਵਿੱਚ ਸੀਡ ਤਿਆਰ ਕੀਤਾ ਉਹ ਜਲੰਧਰ ਦੀ ਮੋਹਰ ਲਈ ਉੱਠਾ ਮਾਰਕੀਟ 'ਚ ਇਹ ਅਸੀਂ ਟਰੇਸੇਬਿਲਟੀ ਕਰਾਂਗੇ ਟਰੇਸੇਬਿਲਟੀ ਅਤੇ ਟਰੇਸੇਬਿਲਟੀ ਨਾਲ ਪਤਾ ਲੱਗੂਗਾ ਇਹ ਪੈਦਾ ਕਿੱਥੇ ਹੋਇਆ ਲੜਾਈਆਂ ਤਾਂ ਯਾਰ ਪੰਜਾਬ ਦੀਆਂ ਬੜੀਆਂ ਲੜਨ ਵਾਲੀਆਂ ਬਾਸਮਤੀ ਬਾਰੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਅੱਜ ਤਾਈਂ ਬਾਸਮਤੀ ਯਮੁਨਾ ਔਰ ਰਾਵੀ ਔਰ ਪਾਕਿਸਤਾਨ ਦੀਆਂ ਜਿਹੜੀਆਂ ਸਾਡੇ 5 ਦਰਿਆ ਇਹਨਾਂ ਦੇ ਦਰਮਿਆਨ ਦੀ ਵਰਾਇਟੀ ਆ ਖੁਸ਼ਬੂ ਆ ਉਹ ਹੁਣ ਮੱਧ ਪ੍ਰਦੇਸ਼ ਵਾਲੇ ਬੀਜੀ ਜਾਂਦੇ ਆ ਉਹ ਸਾਡੇ ਨਾਂ 'ਤੇ ਵੇਚੀ ਜਾਂਦੇ ਬਾਸਮਤੀ ਸਸਤੀ ਹੋ ਗਈ ਚਲੋ ਉਹ ਮੈਂ ਕਿੱਧਰ ਨੂੰ ਤੁਰ ਪਿਆ ਜਿਹੜਾ ਸੋਧ ਲੈਂਦਾ ਸਭ ਤੋਂ ਇੰਟਰਸਟਿੰਗ ਚੀਜ਼ਾਂ ਤਾਂ ਆਹੀ ਆ ਯਾਰ ਮੇਰੇ ਕੋਲ ਤਾਂ 100 ਚੀਜ਼ਾਂ ਇੰਟਰਸਟਿੰਗ ਆ ਤੁਸੀਂ ਪਾਣੀ ਦੀ ਗੱਲ ਕਰੋਗੇ ਮੈਂ ਉਹਦੇ 'ਤੇ ਤੁਹਾਡੇ ਨਾਲ ਗੱਲ ਕਰ ਸਕਦਾ ਡੀਪਲੀਟਿੰਗ ਵਾਟਰ ਟੇਬਲ ਤੁਸੀਂ ਗੱਲ ਕਰੋ ਕਿ ਅੱਜ ਪੰਜਾਬ ਪਾਣੀ ਅਸੀਂ 300 ਫੁੱਟ 'ਤੇ ਲੈ ਗਏ ਝੋਨਾ ਕਣਕ ਬੀਜ ਕੇ ਹਾਂਜੀ ਅਤੇ ਇੱਦਾਂ ਹੀ ਲੱਗੇ ਰਹੇਗਾ ਤਾਂ 25 ਸਾਲਾਂ 'ਚ ਪਾਣੀ ਮੁੱਕ ਜਾਊਗਾ ਹੁਣ ਜੇ ਪਾਣੀ ਮੁੱਕ ਜਾਊਗਾ ਤਾਂ ਪੰਜਾਬ ਰੇਗਿਸਤਾਨ ਹੋ ਜਾਊਗਾ ਨਹੀਂ ਹੋ ਜਾਊਗਾ ਜੇ ਐਡਾ ਡੈਂਸਲੀ ਪੋਪੂਲੇਟਡ ਸਟੇਟ ਹੈ ਸਾਡੀ ਪਾਕਿਸਤਾਨ ਨਾਲ ਬਾਰਡਰ ਲੱਗਦਾ ਸੰਬੰਧ ਸਾਡੇ ਪਾਕਿਸਤਾਨ ਨਾਲ ਵੀ ਚੰਗੇ ਚਾਹੀਦੇ ਟ੍ਰੇਡ ਹੋਣਾ ਚਾਹੀਦਾ ਮੈਂ ਐਕਚੁਅਲ ਪਿਕਚਰ ਪੇਂਟ ਕਰਨ ਲੱਗਾ ਕਿ ਜੋ ਹੋਣਾ ਜੇ ਅੱਜ ਸਾਡੀ ਸਰਕਾਰ ਦਾ ਮਤਲਬ ਪੰਜਾਬ ਸਰਕਾਰ ਨਹੀਂ ਭਾਰਤ ਸਰਕਾਰ ਵੀ ਸਾਡੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੇ ਨਾਲ ਗੱਲਬਾਤ ਕਰਕੇ ਇਸ ਵਿਸ਼ੇ ਦੇ ਉੱਤੇ ਕੰਮ ਕਰੇ ਕਿ ਸਾਡਾ ਪਾਣੀ ਜਿਹੜਾ ਡੂੰਘਾ ਜਾ ਰਿਹਾ ਜੇ ਅੱਜ 7,000 ਕਰੋੜ ਦੀ ਅਸੀਂ ਬਿਜਲੀ ਸਬਸਿਡਾਈਜ਼ ਕਰ ਰਹੇ ਹਾਂ ਬਿਜਲੀ ਬੋਰਡ ਨੂੰ ਫਰੀ ਇਲੈਕਟ੍ਰਿਸਿਟੀ
ते 300 फुट ते 7000 ये 400 हो गया तो मोटर वड्डियां करनी पैनियां आज 15 दियां 25 दी करनी पौगी हो सकदा हैं कई थां ते 25 दियां पाई बैठे हां पाई बैठे आ ओ 50 दियां हो जान गियां ते कहण दा मेरा मतलब है जिथे असि पैसे साडे वध लगणे आ उथे साडा पानी खत्म हो जाना जे पानी खत्म हो गया ता ए इना खुशहाल एरिया च किसान अग्रेसिव आ ते जे किसान दी किसानी मर गई ते उहदी अग्रेशन तां निकलनी है ना ते दूजे बने बेरोजगारी एक मिनट पूरी बेरोजगारी हाँ जी अज पंजाब दे विच बेरोजगारी बड़ी आ इंडस्ट्री आ नहीं रही हुण भारत सरकार नूं साडे जिहड़ा डीप प्लीटिंग वाटर टेबल आ उहदी गल ठीक है उहनूं ड्रिप इरीगेशन सानूं देण महाराष्ट्र दे विच तुहानूं हैरानी होगी 50% खेती उहनां दी ड्रिप दे थल्ले आ साडी 1.5% ਉਹਨਾਂ ਨੂੰ 90% ਸਬਸਿਡੀ ਦਿੱਤੀ ਵਾ ਅਤੇ ਉਹ ਸਬਸਿਡੀ ਦੇ ਕੇ ਸਾਡੇ ਪੰਜਾਬ ਨੂੰ ਬਚਾਇਆ ਜਾਵੇ ਸਾਡੇ ਪੰਜਾਬ ਨੂੰ ਬਚਾਇਆ ਜਾਵੇ ਹੁਣ ਮਹਾਰਾਸ਼ਟਰ ਦਾ ਦੇਖੋ ਖੇਤੀ ਦਾ ਏਰੀਆ ਕਿੱਡਾ ਸਾਡਾ ਥੋੜ੍ਹਾ ਪੰਜਾਬ ਛੋਟਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪਾਣੀ ਦੀ ਬਚਤ ਦੇ ਉੱਪਰ ਇਨਵੈਸਟਮੈਂਟ ਭਾਰਤ ਸਰਕਾਰ ਨੂੰ ਕਰਨੀ ਚਾਹੀਦੀ ਆ ਇੰਡਸਟਰੀਅਲ ਇਨਸੈਂਟਿਵ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਵਾਲੇ ਦੇਣੇ ਚਾਹੀਦੇ ਆ ਨੌ ਡੋਨਰ ਆ ਡਿਵੈਲਪਮੈਂਟ ਆਫ ਨੌਰਥ ਈਸਟਰਨ ਰੀਜਨ 7 ਸਟੇਟਾਂ ਦੇ ਵਿੱਚ 10% ਬਜਟ ਦੀ ਐਲੋਕੇਸ਼ਨ ਉਹਨਾਂ 'ਤੇ ਖਰਚੀ ਜਾਂਦੀ ਆ ਅਸੀਂ ਵੀ ਯਾਰ ਬਾਰਡਰ 'ਤੇ ਬੈਠੇ ਹਾਂ ਤੁਸੀਂ ਜੰਮੂ ਕਸ਼ਮੀਰ ਲੈ ਲਓ ਪੰਜਾਬ ਲੈ ਲਓ ਰਾਜਸਥਾਨ ਲੈ ਲਓ ਗੁਜਰਾਤ ਲੈ ਲਓ ਇਹਨਾਂ 64 ਸਟੇਟਾਂ ਨੂੰ ਜਿਹੜੇ ਪਾਕਿਸਤਾਨ ਨਾਲ ਲੱਗਦੇ ਆ ਉਹਨਾਂ 'ਤੇ ਵੀ ਡੋਨਰ ਵਾਲੇ 62,000 ਕਰੋੜ 10% ਆਫ ਦੀ ਬਜਟ ਐਲੋਕੇਸ਼ਨ ਉਹਦੇ 'ਚੋਂ ਯਾਰ ਸਾਡਾ ਹਿੱਸਾ ਸਾਨੂੰ ਦੇ ਦਿਓ ਨਾਲੇ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋ ਜਾਏਗੀ ਉੱਥੇ ਤੁਸੀਂ ਕਾਰਖਾਨਾ ਲਾਓ ਨੌਰਥ ਈਸਟਰਨ ਰੀਜਨ 'ਚ ਜਾਂ ਜੰਮੂ ਕਸ਼ਮੀਰ ਵਗੈਰਾ 'ਚ ਹਾਂਜੀ ਉਹਨਾਂ ਦੇ 'ਤੇ ਅੱਜ ਨਹੀਂ ਉਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਲੇਕਿਨ ਨੌਰਥ ਈਸਟਰਨ ਰੀਜਨ 'ਚ ਅੱਜ ਵੀ ਆ ਫਰੇਟ ਈਕੁਲਾਈਜੇਸ਼ਨ ਸਮੁੰਦਰ ਤੋਂ ਦੂਰ ਹੈ ਉਹਦਾ ਕਿਰਾਇਆ ਸਰਕਾਰ ਦਿੰਦੀ ਆ ਹਾਂਜੀ ਫਿਰ 10% GST 10 ਸਾਲ ਲਈ ਮਾਫ ਇਨਕਮ ਟੈਕਸ 10 ਸਾਲ ਲਈ ਮਾਫ ਸੌਫਟ ਲੋਨ ਅੱਜ ਦਿਓ ਇੱਥੇ ਕਾਰਖਾਨਾ ਹੀ ਕਾਰਖਾਨੇ ਲੱਗ ਜਾਣਗੇ ਔਰ ਕੋਈ ਬੰਦਾ ਵਿਹਲਾ ਨਹੀਂ ਲੱਭੇਗਾ ਔਰ ਦੇਖੋ ਜੇ ਸਾਡੇ ਬਾਰਡਰ 'ਤੇ ਬੈਠੇ ਲੋਕ ਖੁਸ਼ਹਾਲ ਹੋਣਗੇ ਉਹ ਇੱਕ ਤਾਂ ਗੁਆਂਢੀ ਸੜੂਗਾ ਇੱਕ ਸਾਨੂੰ ਯੂਜ਼ ਨਹੀਂ ਕਰ ਸਕਦਾ ਕਦੇ ਪੰਜਾਬੀ ਕੰਮ ਕਰਨਾ ਚਾਹੁੰਦੇ ਆ ਅਤੇ ਜੇ ਕੰਮ ਹੀ ਯਾਰ ਸਾਡੇ ਜ਼ਮੀਨਾਂ ਬਰਨ ਹੋ ਗਈਆਂ ਇੰਡਸਟਰੀ ਲੱਗੀ ਨਾ ਅਨਇੰਪਲੋਇਮੈਂਟ ਹੋ ਗਈ ਤਾਂ ਜਾਊਗਾ ਪੰਜਾਬ ਕਿੱਧਰ ਨੂੰ ਯਾਰ ਮੇਰੀ ਸੋਚ ਆ ਨਹੀਂ ਮਤਲਬ ਇਹ ਤੁਹਾਡੀ ਇਕੱਲਿਆਂ ਦੇ ਮਤਲਬ ਜਿਵੇਂ ਤੁਸੀਂ ਇਹ ਤਾਂ ਕਹਿ ਰਹੇ ਹੋ ਕਈ ਹੋਰ ਬੰਦੇ ਵੀ ਇਹ ਕਹਿੰਦੇ ਆ ਉਹ ਕਹਿੰਦੇ ਵੀ ਜੇਕਰ ਅਸੀਂ ਜਿਵੇਂ ਤੁਸੀਂ ਕਿਹਾ ਵੀ ਰੇਗਿਸਤਾਨ ਬਣ ਗਿਆ ਸਾਰਾ ਹੈ ਨਾ ਕਿਹੜੇ ਬੰਦੇ ਨੇ ਕਿਹਾ ਵੀ ਰੇਗਿਸਤਾਨ ਬਣੂਗਾ ਮੈਨੂੰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਇੰਟਰਵਿਊ ਦੇ ਵਿੱਚ ਕਦੋਂ ਦੀ ਗੱਲ ਹੈ ਇਹ ਮੈਨੂੰ ਮਹੀਨਾ ਕੁ ਪਹਿਲਾਂ ਇੰਟਰਵਿਊ ਸੀਗਾ ਵੀ ਜੇ ਅਸੀਂ ਇਹ ਪਿਛਲੇ 6 ਮਹੀਨੇ ਤੋਂ ਮੈਂ ਕਮੇਟੀ ਦਾ ਚਲੋ ਰਾਜੇਵਾਲ ਸਾਹਿਬ ਨੂੰ ਮੈਂ ਚੈਲੰਜ ਨਹੀਂ ਕਰਦਾ ਲੇਕਿਨ ਮੈਂ ਸੋਚਿਆ ਸ਼ਾਇਦ ਤੁਸੀਂ ਰਾਜਨੀਤਿਕ ਬੰਦੇ ਦਾ ਨਾਂ ਲੈਣ ਲੱਗੇ ਹੋ ਹਾਂ ਜਿਹਨੇ ਮੈਨੂੰ ਕਿਹਾ ਰਾਜਨੀਤਿਕ ਬੰਦੇ ਨੇ ਕਿਸੇ ਨੇ ਕਿਹਾ ਨਹੀਂ ਪਤਾ ਹੀ ਨਹੀਂ ਮੇਰੀ ਕਿਸੇ ਇੰਟਰਵਿਊ ਵਿੱਚ ਮੇਰੇ ਨਾਲ ਤਾਂ ਨਹੀਂ ਕਿਹਾ ਮੈਂ ਤਾਂ ਇਹ ਵੀ ਕਹਿਣਾ ਕਿ ਜਿਹੜੇ ਸਾਡੇ ਛੱਪੜਾਂ ਦੇ ਆ ਮਾਡਲ ਜਿਹੜੇ ਤਿਆਰ ਕਰ ਰਹੇ ਆ ਮੈਂ 4 ਸਾਲ ਦਾ ਰੌਲਾ ਪਾ ਰਿਹਾ ਕਿ ਚਾਹੇ ਸਾਡਾ ਮਲ ਮੂਤਰ ਵਾਲਾ ਪਾਣੀ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਇਹਨੂੰ ਰਿਜ਼ਰਵਾਇਰ ਬਣਾ ਕੇ ਭਾਰਤ ਸਰਕਾਰ ਦੀ ਸਕੀਮ ਸੀ 3800 ਕਰੋੜ ਰੁਪਈਆ ਪੰਜਾਬ 'ਚ ਆਇਆ 14-15 'ਚ ਉਹ 'ਚੋਂ ਕੇਵਲ 60 ਲੱਖ ਰੁਪਈਆ ਇਹ ਇਸਤੇਮਾਲ ਕੀਤਾ ਇਹਨਾਂ ਨੇ ਯੂਸ ਹੀ ਨਹੀਂ ਦਿੱਤੇ ਔਰ ਐਡੀ ਵੱਡੀ ਪ੍ਰੋਜੈਕਟ ਇਹਨਾਂ ਨੇ ਨਾਸ ਮਾਰਿਆ ਅੱਛਾ ਔਰ ਉਹਦੇ 'ਚ 60% ਭਾਰਤ ਸਰਕਾਰ ਨੇ ਦੇਣਾ ਸੀ 40% ਅਸੀਂ ਲਾਉਣਾ ਸੀ ਔਰ ਉਹ 40% ਨਵਾਰਡ ਨੇ ਫਾਈਨੈਂਸ ਕਰਨਾ ਸੀ ਅਤੇ ਪੰਜਾਬ ਦੇ 12,000 ਛੱਪੜ ਤੁਸੀਂ ਸ਼ੀਸ਼ੇ ਵਰਗੇ ਲਿਸ਼ਕਾ ਕੇ ਰੱਖ ਦੇਣੇ ਸੀ ਕੀਤੇ ਨਹੀਂ ਯਾਰ ਬਹੁਤ ਸਾਰੀਆਂ ਸਾਡੀਆਂ ਸਬਸਿਡੀਆਂ ਵਾਪਸ ਚਲ ਜਾਂਦੀਆਂ ਗੌਰ ਹੀ ਨਹੀਂ ਸੋਚ ਹੀ ਨਹੀਂ ਅਤੇ ਮੈਂ ਚਾਹੁੰਦਾ ਕਿ ਵੀ ਜਿਹੜੇ ਸਾਡੇ ਸ਼ਹਿਰਾਂ ਦੇ ਪਾਣੀ ਪਿੰਡਾਂ ਦਾ ਪਾਣੀ ਦਾ ਤਾਂ ਬੜਾ ਵਧੀਆ ਛੱਪੜ ਹੈਗਾ ਛੱਪੜ ਨੂੰ ਬਾਹਰ ਰਹਿ ਜਾਓ ਪਿੰਡ ਤੋਂ ਮੈਂ ਲੈ ਕੇ ਗਿਆ 40 ਪਿੰਡ ਮੇਰੇ ਛੱਪੜ ਬਾਹਰ ਆ ਔਰ ਛੱਪੜਾਂ ਨੂੰ ਫਿਰ ਉਹ ਲਗੂਨਸ ਬਣਾ ਕੇ ਉਹਨਾਂ ਨੂੰ ਟ੍ਰੀਟ ਕਰਕੇ ਸੈਮੀ ਟ੍ਰੀਟ ਕਰਕੇ ਫਿਰ ਉਹਨੂੰ ਪੰਪ ਕਰਕੇ ਪੈਪਾਂ ਰਾਹੀਂ ਉਹਦਾ ਕਮਾਂਡ ਏਰੀਆ ਬਣਾ ਕੇ ਖੇਤਾਂ ਨੂੰ ਪਾਣੀ ਲਾਓ ਉਹ ਕਰ ਰਹੇ ਹਾਂ ਥੱਲਿਓਂ ਘੱਟ ਕੱਢੋ ਇਹਨੂੰ ਲਾਓ ਲੇਕਿਨ ਸ਼ਹਿਰਾਂ ਦਾ ਬੰਦੋਬਸਤ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਏਗਾ
क्योंकि शहरों का पानी असी दरियावां च ड्रेना च पा के नास मार रहे हैं, उहदे भी वड्डे वड्डे रिजरवायर होने चाहिए। रिजरवायर मैं क्यों कह रहा, क्योंकि पानी तो असी इस्तेमाल 365 दिन करना और इस्तेमाल उन्होंने केवल 90 दिन करना, तो स्टोरेज कपैसिटी चाहिए है ना। वो स्टोरेज कपैसिटी स्टोर हो पानी तो जो लोड़ पवे पंप करके जिमें डैम तो आप छड़ी दा पानी छड़ के ते खेतों लाइए। ये पानी पूरा ना देखो साढ़े को जो 18.37 या 17 साढ़े को पानी से जो असी मुल्क आजाद होया, घटता घटता 13 मुल्क आजाद हरियाणा पंजाब की जो वंड हुई 13.17 रह गया और 4.5 MF पानी वह जो मैं थोड़ा गुणा रहा, चाहे छप्पड़ा चाहना चाहे इन दोनों क्लब करो तो साढ़े को नहरी पानी जो 27% आप ला रहे हैं वो वापस जो 13 रह गया 13.5 जोड़ दो तो करीब करीब 18 हो जाता। मेरा कहने का मतलब है पानी के उत्ते बहुत काम करने की लड़ है। ये रिपोर्ट बनाई मैं यदा चेयरमैन सी, अच्छा कमेटी का मैंने बनाया, बड़ी शानदार रिपोर्ट है, देंगे कितने पढ़े हो। नहीं मैं जरूर पढ़ूंगा, मैं अजिंह चीज़ें बहुत इंट्रस्ट हाँ। मैं ना राजस्थान गया, उत्थे सुंडा राम वर्मा जी है नैशनल अवार्ड मिले उन्होंने, उन्हों का रिकॉर्ड यह है कि उन्होंने 1 लीटर पानी के नाल पूरे का पूरा बूटा पाला और दुनिया च उन्हों की रिसर्च है जी पब्लिश हुई है, मतलब यह जे लोगों को मिलता। मेरा थोड़ा जहा सबक बहुत अच्छी बात है, तो सानू फार्मर नू एजुकेट करना पड़ेगा। यार करोना जो सी ना बड़ा स्वाद आया की स्वाद ये नहीं कि लोग बीमार होए, स्वाद है कि आप 60 दिन करफ्यू लग्या रहा ते राणा 60 दिन सारे शहर च मोटरसाइकिल और की गलिया पहुंचा नहीं जाता जो करफ्यू लग्या ते करफ्यू च की हुंदा तुसी वो मशीनां ही भी बनाईयां सी सब कुछ बनाया स्प्रे मैं वो सोडियम हाइपो क्लोराइड ओदा स्प्रे करीदा सी मैं जलंधर फिर ट्रक बनाए मैं अपने मेरे अपने ट्रक जिहड़े एथनॉल ढोंदे आ वो टैंकर आ उन्हां च पंप ला दित्ते उन्हां दे गेयरबॉक्स चों सिस्टम बना के उहनूं ड्राइव देती पंप नूं प्रैशर ना वो 70 फुट च स्प्रे करदे सी। मोहाली देखे होने तुसीं मोहाली मैं स्प्रे करवाया महाराणी साहिबा दे एक ट्रक ला के रखे 25 दिन फिर खन्ने फिर लुधियाने भी भेजा अमृतसर मैं तो यह सोचता सगा मैं बड़ा इस गल ते प्रचार भी किया लेकिन गल ना अपने बंदे सुनते नहीं। मैं ये कहना कि वो मैं विदेश वाले देखे सी अच्छा ट्रक चलते कि वो सैनिटाइज कर रहे हैं फिर मैं जो पंप स्प्रेइंग पंप बनाते इन्हों की मीटिंग ली इन्हों समझाया तो इन्होंने एक ठीक माड़ा जहा बनाया फिर इंप्रूवमेंट की फिर तो बहुत अच्छे अच्छे 8 टैंकर मैं इस काम से लाते हैं जी जो रोज़ 10,000 रुपये कमाते 80-90,000 रुपये रोज़ का मेरा अपना कमाई घट गई ट्रकों की मेरे को 250 ट्रक है अच्छा फैक्ट्री च तो मेरा मतलब कहने का स्प्रे कराए फिर हस्पतालों के रोज़ जाता हूँ मैं जिते करोना पेशेंट से मैं तो यहीं बढ़ता बढ़ जाता हूँ सी पर सानू ये डर है जिवें मैं फिर वो गल पूरी करदा तुसीं उहनूं विच ही चलो तुसीं आपदी गल ऐड कर ली सी भी राजेवाल साहब की जिवें वो गल सी ना तुसीं भी जिहड़ी वो कह रहे हो वह बहुत लोगों का शंका है जिहड़े सिहर दा कि यार जेकर असीं इहनूं रेगिस्तान बनण तों ना रोकिया जेकर असीं इत्थे इंपलॉयमेंट क्रिएट ना कीती साडा यूथ च जिहड़ी एनर्जी है साडा जिस तरह असीं जिस तरह लोगों का सुभा ये स्टेट ये ना हो कितने कोई आर्मड स्ट्रगल च दुबारे चली जाए बिल्कुल जाओ मैं तो कहना कि अग्रेसिव लोग आ अनइंपलॉयड होणगे करनगे की किसी ना किसी के हाथों खेल जाएंगे वो मौका ही क्यों देिए। मैं तो मोदी साहब न भी इस इलेक्शन तो बाद जाके मिलना अच्छा कोशिश करूँगा जे मिल पाए कि मोदी साहब आपां पंजाब का कुछ करिए मैनू हुण पिछे जे मौका मिलिया गुरजीत औजले ने मैनू बुलाया एग्रीकल्चर मिनिस्टर अच्छा नरेंद्र तोमर साहब तोमर साहब नू मैं स्टोरी समझा के आया है कि आने वाला भविख साडा आया ये बचाना पऊगा तुहानू उहनां नू है समझे वो नहीं समझ वधिया बंदा इह तां नहीं लेकिन उहनू काल बहुत सी चले गया अद्धी अद्धी गल हुई चले गए
देखो मैं तो पहली बार मिलिया अच्छा लेकिन मोदी साहब ना जो मेनू टाइम मिल गया ना हाँ वो मेरी गल जरूर समझ मोदी साहब पंजाब चाहे तो राह चो यार ये नहीं देखो वह भी गलत होया तो उन्होंने भी इन्ना बुरा नहीं मनना चाहिए जी मैं तो समझा घट्टो घट ऐलान जरूर करके जाना चाहिए सी कि यार तुम मेरे ना जिदा का मर्जी ट्रीटमेंट करो पर जान को खतरा सीगा कोई के नहीं सी यार प्रधानमंत्री हाँ। चलो मैं इन्होंने चक्कर च नहीं पैंदा नहीं पैंदे मैं कहना कि जी उन्होंने पंजाब के जेडे हुण कह रहे ना मैं आ देना सी मैं आ देना सी हो सकता सचमुच देना हो गड्डी देते अपनी देते खड़े हो जाते हाँ। जिदा भगवंत मान का तुम गाना दस ना खड़ा होके गाता दबदा कि हाँ खड़ा होके कह देंगे उ जरूरी नहीं श्रोते हो अपने अपनी अपनी रिकॉर्डिंग कर देंगे कि भी जाओ मैं अच्छ कार खड़ा होकर तुम आ कुछ दे के जा रहा मन की बात ची कह देना मन की बात च कह देना हूँ दे देना देना चाहिए मेरा मेडिकल कॉलेज तुम पता मेडिकल दुआबे ना दुआबे ना इतने हमेशा वितकरा हो मालवे दे बारे भी कुछ नहीं किया हाँ। केवल दो जिले हाँ। मुक्तसर ते बठिंडा हाँ। बस इदों अगे उन्होंने सोच नहीं गई वो जो एम्स आया सी वो इतने साढ़े कपूरथले ही आया सी बठिंडे लै गए हाँ जी और एडा वड्डा नुकसान बादल साहब ने किया हाँ। कि आ जी पी टी यू आ क्यों मैं तो मैं बड़े बड़ी जिम्मेवारी ना कह सकता हाँ। पी टी यू एक अच्छी इंस्टीट्यूट सी शुरू च हाँ। पैसे की कमाई बड़ी हुई हाँ। तो उन्होंने यदा पैसा इतों लै गए कि उत्थे जाके ले जाके महाराजा रणजीत सिंह टैक्नीकल यूनिवर्सिटी हाँ। तो ही देखो बिल्डिंग बनाई बहुत वधिया हाँ, बिल्डिंग बहुत सोहनी लेकिन एट वट कॉस्ट आ जड़ा साडा पी टी यू हाँ। इनू कमजोर कर दिता अच्छा मैनू ये नहीं सी पता देखो यार असी होर दो यूनिवर्सिटियां बनाती हैं ठीक है। मैं वक्री सोचता बंदा हाँ। एको यूनिवर्सिटी होए जे लवली 60,000 बच्चा अकोमोडेट कर सकती हाँ। ते पी टी यू साडी कपूरथला क्यों नहीं कर सकती सी एदी एक्सपेंशन इत्थे होनी चाहिए सी मैनेजमेंट भी करनी कि नहीं हुण डिफरेंट मैनेजमेंट्स उत्थे स्टाफ नहीं मिलता किते बच्चे नहीं मिलते ये सेंटर पॉइंट सी सही है हाँ जी अज हुण तुसीं कॉलेजेस नूं तुसीं यूनिवर्सिटियां बना रहे हो कादे लई बना रहे हो ये सिम तकड़ा कर दे और इस दी क्वालिटी एजुकेशन और अज पंजाब नूं सारों वड्डी लोड़ टेक्निकल यूनिवर्सिटी च रहा हायर एजुकेशन दे विच और टेक्निकल एजुकेशन दे विच दुकाना खुल गई हुण ये होना की चाहिए हाँ। कि जिथे असी पढ़ाई दे रहे हैं तो इस डिग्री का मुल होना चाहिए मुल किवें पेगा हाँ। जे कोई रेगुलेटरी अथॉरिटी होवे हाँ। जी मोनीटर करे कि इन्हां दे टीचर्स का पढ़ाउण दा स्टैंडर्ड की आ इन्हां दे बच्चियां नूं जिहड़ा सिखाउंदे आ या सारा सिस्टम उहदी ग्रेडिंग होनी चाहिए है कि यह ग्रेड नंबर वन यूनिवर्सिटी ग्रेड नंबर टू ये सोचा ही नहीं यार अज लोड़ है बिल्कुल कि मन लिया कि फीसां दी लोग गल करदे कि फीस फ्री होनी चाहिए गरीब जनता की बिल्कुल वजीफे चाहिए आ बट वजीफे दे के क्वालिटी एजुकेशन ना मिले तो उहदी जिंदगी दे 5 साल उहनू कौन वापस करूगा उहदा है कोई जवाब साढ़े को फ्री हो गया क्वालिटी है नहीं फायदा क्यों है नहीं होना सो क्वालिटी एजुकेशन होनी चाहिए है हेल्थ दे विच भी इदां दा ही कम होना चाहिए मोनिटरिंग होनी चाहिए आ रेगुलेटरी अथॉरिटी होनी चाहिए आ पर हेल्थ ते एजुकेशन नूं लैके ही इस वेले पंजाब च आम आदमी पार्टी सब तो वध अटैक करती है तुहाडी पार्टी ते देखो जी मैनू आम आदमी पार्टी नूं मैं गल दसनी चाहुंदा कि केजरीवाल साहब थोड़े जो कोविड होया ना तो सामभ्या नहीं गया
पंजाब ने कोविड नूं सांभिया, पंजाबियों ने सांभिया, तो तुहाडे दिल्ली वाले तो भज भज के इत्थे आ के साडे कोई लुधियाणे आया इलाज कराउण, वो ज्यों चले जिथे अमृतसर ताईं जगह मिली उत्थे आए। इन्हां ने शीला दीक्षित जी ने जो प्रोग्राम बना के हस्पतालां दे दे गए, उहदे बाद इन्हां ने कोई कमरा ऐड कीता नहीं कीता। गल्लां करनियां बड़ियां सौखियां, और असीं सानूं पंजाबियों नूं इन्हां ने एक बार तो बका लिया, बहकावे च आ गए, हुण नहीं आउणगे। बहकावे च तां कित्थे आए, उन्हां नूं तां मुख विरोधी ते रद्दे बंदे तुसीं लिआए उन्हां दे। ਉਹ ਯਾਰ ਜਿਹੜਾ ਲਿਆਉਣ ਵਾਲਾ ਉਹਨਾਂ ਨੂੰ ਖੇਰੂ ਖੇਰੂ ਕਰਨ ਵਾਲਾ ਉਹ ਤਾਂ ਅੰਦਰ ਹੈ, ਉਹ ਸਾਡੇ 'ਚ ਆ ਗਿਆ। ਹਾਂ ਮੈਂ ਹੁਣ ਸੋਚਿਆ, ਗਲਤ ਕਹਿ ਰਿਹਾ ਮੈਂ ਹੁਣ ਸੋਚਿਆ, ਪਹਿਲਾਂ ਸਾਡਾ ਸੀ, ਪਹਿਲਾਂ ਖਾਲਿਸਤਾਨ ਦਾ ਸੀ, ਫਿਰ ਅਕਾਲੀ ਦਲ ਦਾ ਹੋ ਗਿਆ, ਫਿਰ ਕਾਂਗਰਸ ਦਾ ਹੋ ਗਿਆ, ਫਿਰ ਆਮ ਆਦਮੀ ਪਾਰਟੀ ਚਲੇ ਗਿਆ। ਆਮ ਆਦਮੀ ਪਾਰਟੀ ਦੀਆਂ ਦੋ ਧੱਜੀਆਂ ਉਹਨੇ ਉਡਾਈਆਂ, ਖੇਰੂ ਖੇਰੂ ਕਰ ਦਿੱਤੇ, ਕੋਈ ਇੱਧਰ ਗਿਰਾ ਕੋਈ ਇੱਧਰ ਗਿਰਾ। ਪਰ ਭਗਵੰਤ ਮਾਨ ਦੇ ਉਹਨਾਂ ਫਾਇਦਾ ਹੋਊ ਉਹਨਾਂ ਨੂੰ? ਭਗਵੰਤ ਮਾਨ ਦਾ ਤਾਂ ਉਹਦਾ ਤਾਂ ਕੰਪੈਰੀਜ਼ਨ ਹੀ ਕੋਈ ਨਹੀਂ। ਕਿਵੇਂ ਮਤਲਬ? ਖੁਦ ਮੁਖਤਿਆਰੀ ਵਾਲੇ ਦਾ ਨਹੀਂ ਨਹੀਂ ਆਪ 'ਚ ਚਲੋ ਉਹ ਤਾਂ ਆਪਾਂ ਠੀਕ ਆ, ਮਤਲਬ ਉਹਨਾਂ ਦੀ ਵੀ ਗੱਲ ਕਰ ਲਈ। ਦੇਖੋ ਆਪ ਨੂੰ ਤੁਸੀਂ ਸਟੱਡੀ ਕਰੋ, ਔਰ ਕਾਂਗਰਸ ਅਕਾਲੀ ਦਲ ਬੀਜੇਪੀ ਦੀ ਗੱਲ ਕਰੋ, ਅਤੇ ਤੀਜੇ ਬਣੇ ਸੰਯੁਕਤ ਕਿਸਾਨ ਮੋਰਚਾ, ਸਮਾਜ ਮੋਰਚਾ, ਸਮਾਜ ਮੋਰਚਾ, ਹਾਂ ਠੀਕ ਹੈ ਨਾ ਜੀ। ਹਾਂ ਹੁਣ ਕਿਸਾਨਾਂ ਦੀਆਂ ਜਿਹੜੀ ਅਗਰੈਸਿਵ ਕਿਸਾਨ ਸੀਗੇ, ਉਹ ਪਿਛਲੀ ਵਾਰ ਆਪ ਨਾਲ ਸੀਗੇ, ਠੀਕ ਹੈ, ਠੀਕ ਹੈ ਨਾ ਜੀ। ਅਤੇ ਆਪ ਦਾ ਜੋ ਵੀ ਵੋਟ ਬੈਂਕ ਸੀ, ਇਹਦਾ ਮਤਲਬ ਉਹਦੇ ਨਾਲ ਉਹਨਾਂ ਦਾ ਵੋਟ ਬੈਂਕ ਘਟੇਗਾ, ਠੀਕ ਹੈ, ਕਿਸਾਨਾਂ ਨੇ ਉਹਨਾਂ ਦਾ ਵੋਟ ਬੈਂਕ ਲੈ ਜਾਣਾ। ਮੈਂ ਨਹੀਂ ਕਹਿੰਦਾ ਕਿ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਵੋਟ ਬੈਂਕ ਉਹਨਾਂ ਕਿਸਾਨਾਂ ਨਾਲ ਨਹੀਂ ਜਾਏਗਾ, ਜਾਏਗਾ ਲੇਕਿਨ ਬਹੁਤ ਥੋੜ੍ਹਾ। ਕਿਸਾਨ ਜਿਹੜਾ ਅਕਾਲੀ ਦਲ ਨਾਲ ਜੁੜਿਆ ਉਹ ਅਕਾਲੀ ਦਲ ਨਾਲ ਜੁੜਿਆ, ਪਰ ਉਹ ਕਹਿੰਦੇ ਸ਼ਹਿਰਾਂ 'ਚੋਂ ਭਰਪਾਈ ਕਰ ਲਾਂਗੇ, ਐਤਕੀ ਉਹਨਾਂ ਨੇ ਸ਼ਾਂਤੀ ਮਾਰਚ ਕੱਢਿਆ ਸ਼ਹਿਰਾਂ 'ਚੋਂ। ਚਲੋ ਲੱਗ ਜਾਏਗਾ ਪਤਾ, ਮੇਰਾ ਵੀ ਸ਼ਹਿਰ ਹੀ ਹੈ। ਤੁਹਾਡੇ ਨਹੀਂ ਨਿਕਲਿਆ ਕੋਈ ਮਾਰਚ ਇੱਥੇ? ਮੇਰੇ ਮਾਰਚ ਕੋਈ ਵੇਖਦਾ ਹੀ ਨਹੀਂ, ਸਿਰਫ ਉਹ ਮੇਰਾ ਮਾਰਚ ਦੇਖਦੇ ਜਦੋਂ ਮੈਂ ਜਾਂਦਾ। ਉਹ ਕਹਿੰਦੇ ਰਾਣਾ ਮਾਰਚ ਕਰ ਰਿਹਾ, ਮੇਰਾ ਮਾਰਚ ਜੱਫੀ ਮਾਰਚ ਆ। ਮੈਂ ਬਾਜ਼ਾਰ 'ਚ ਜਾਂਦਾ, ਇਹਨੂੰ ਜੱਫੀ ਪਾ, ਉਹਨੂੰ ਜੱਫੀ ਪਾ, ਜੱਫੀਆਂ ਪਾਉਂਦਾ, ਖੱਬੇ ਬੰਨੇ ਦੀ ਜਾਂਦਾ ਤਾਂ ਫਿਰ ਸੱਜੇ ਬੰਨੇ ਦੀ ਵਾਪਸ। ਤਿੰਨਾਂ ਦਿਨਾਂ 'ਚ ਮੈਂ ਸਾਰਾ ਬਾਜ਼ਾਰ ਘੁੰਮ ਲੈਣਾ। ਅਤੇ ਤੁਸੀਂ ਐਤਕੀ ਤਾਂ ਮੈਨੂੰ ਇਹ ਸੱਚ ਆ ਜਾਂ ਨਹੀਂ ਇਹ ਤਾਂ ਤੁਸੀਂ ਦੱਸੋਗੇ, ਕਹਿੰਦੇ ਅਖੀਰਲੇ ਦਿਨ ਹੀ ਆਉਣਾ ਇੱਥੇ ਐਤਕੀ, ਤੁਸੀਂ ਇੱਥੇ ਆਪਦੇ ਹਲਕੇ 'ਚ ਹੀ ਅਖੀਰ ਇੱਕ ਦਿਨ ਦੇਣਾ, ਸੱਚ? ਮੈਂ ਦੇਖੋ ਪ੍ਰਚਾਰ 'ਚ ਉੱਦਾਂ ਤਾਂ ਤੁਸੀਂ ਕਹੋਗੇ ਮੈਂ 5 ਸਾਲ ਦੇਖੋ, ਠੀਕ ਆ, ਲਗਾਤਾਰ ਕਰਦਾ। ਮੇਰੀ ਵਾਈਫ ਅੱਛਾ ਉਹ ਰੋਜ਼ ਜਾਂਦੀ ਹੈ, ਓਕੇ, ਉਹ ਇੱਥੇ ਰਹਿੰਦੀ ਹੈ। ਨਹੀਂ ਮੈਂ ਕਿਤੇ, ਤੇ ਮੈਨੂੰ ਵੀ ਮੈਨੂੰ ਮੈਂ ਅਖੀਰਲੇ ਦਿਨ 'ਚ ਆਇਆ ਹਾਂ, ਦੋ ਕੁ ਦਿਨ 'ਚ ਆਇਆ ਹਾਂ, ਬਟ ਤੁਹਾਨੂੰ ਕੰਫੀਡੈਂਸ ਆ ਵੀ ਜਿਵੇਂ ਇੱਕ ਦਿਨ ਵੀ ਜਾਵੇ? ਯਾਰ ਇਹਨਾਂ ਕਰਕੇ ਤੇ ਰਾਣਾ ਮੈਂ ਤਾਂ ਇਹਨਾਂ ਲੀਡਰਾਂ ਨੂੰ ਕਹਿੰਦਾ ਹੁੰਦਾ, ਇਹਨਾਂ ਨੂੰ ਗੋਸ਼ਟੀ ਚੱਲ ਰਹੀ ਸੀ ਵਿਚਾਰ, ਹਾਂ ਕਹਿੰਦਾ ਯਾਰ ਗੋਸ਼ਟੀਆਂ ਵੀ ਕਰਦੇ ਆ ਆਪਸ ਬਹਿ ਕੇ। ਅੱਛਾ ਉਹ ਕੀ ਹੁੰਦੀ ਹੈ? ਗੋਸ਼ਟੀ ਹੁੰਦੀ ਹੈ ਨਾ, ਗੱਲਬਾਤ ਨੂੰ ਗੋਸ਼ਟੀ ਕਹਿੰਦੇ ਆ। ਅਤੇ ਗੱਲਬਾਤ ਹੋ ਰਹੀ ਸੀ ਕਿ ਵੀ ਜਿੱਤਿਆ ਜਾਵੇ, ਕੋਈ ਕਹਿੰਦਾ ਇੱਦਾਂ ਜਿੱਤਿਆ ਜਾਵੇ, ਕੋਈ ਕਹਿੰਦਾ ਇੱਦਾਂ ਜਿੱਤਿਆ ਜਾਵੇ। ਅਤੇ ਮੇਰੀ ਵਾਰੀ ਆਈ, ਮੈਂ ਕਿਹਾ ਯਾਰ ਦੇਖੋ ਜੇ ਜਿੱਤਣਾ ਤਾਂ ਲੋਕਾਂ ਦੇ ਪੈਰਾਂ 'ਚ ਜੁੜ ਜਾਓ, ਕੌਨਸਟੀਚੁਐਂਸੀ 'ਚ ਜਿਹੜਾ ਬੰਦਾ ਆਉਂਦਾ ਉਹਦੀ ਸੁਣੋ ਅਤੇ ਉਹਦੇ ਪੈਰਾਂ 'ਚ ਜੁੜ ਜਾਓ। ਅਤੇ ਜ਼ਿਆਦਾਤਰ ਕੀ ਹੁੰਦਾ ਕਿ ਕੌਨਸਟੀਚੁਐਂਸੀ 'ਚ ਅਸੀਂ MLA ਸਾਹਿਬ ਹੋ ਜਾਂਦੇ ਹਾਂ, ਅਸੀਂ ਮੰਤਰੀ ਸਾਹਿਬ ਹੋ ਜਾਂਦੇ ਹਾਂ, ਅਤੇ ਜੇ ਅਸੀਂ ਚੰਡੀਗੜ੍ਹ ਜਾਂਦੇ ਹਾਂ ਤਾਂ ਹੱਥ ਜੋੜੀ ਜਾਂਦੇ ਹਾਂ, ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਉੱਪਰ ਜਾਂਦੇ ਹਾਂ, ਹੱਥੀ ਜੋੜੀ ਜਾਂਦੇ ਹਾਂ, ਅਤੇ ਜਿੱਥੇ ਆਕੜਨਾ ਉੱਥੇ ਤੁਸੀਂ ਪੈਰਾਂ 'ਚ ਪਹਿਨੇ ਹੋ, ਜਿੱਥੇ ਪੈਰਾਂ 'ਚ ਪਹਿਣਾ ਉੱਥੇ ਤੁਸੀਂ ਆਕੜਦੇ ਹੋ। ਯਾਰ ਉਹ ਰੋਲ ਬਦਲ ਲਓ ਆਪਣਾ, ਸਹੀ ਕਰ ਲਓ, ਤੁਹਾਨੂੰ ਕੋਈ ਹਰਾ ਹੀ ਨਹੀਂ ਸਕਦਾ। ਤੁਸੀਂ ਬਦਲ ਲਿਆ? ਮੇਰਾ ਰੋਲ ਮੈਂ ਨਹੀਂ ਬਦਲਿਆ, ਮੈਂ ਉਹੀ ਕਰ ਰਿਹਾ ਜੋ ਪਹਿਲੇ ਦਿਨ ਤੋਂ ਕਰ ਰਿਹਾ। ਮੈਂ ਇੱਥੇ ਪੈਰਾਂ 'ਚ ਪਹਿਨਾ ਅਤੇ ਉੱਥੇ ਮਾੜਾ ਮੋਟਾ ਲੋਕ ਕਹਿੰਦੇ ਨਾ ਐਰੋਗੈਂਟ ਹੈ ਰਾਣਾ, ਰਾਣਾ ਨਹੀਂ ਐਰੋਗੈਂਟ, ਸੱਚੀ ਗੱਲ ਕਰ ਦਿੰਦਾ। ਉੱਥੇ ਆਕੜ ਜਾ ਤਾਂ ਕਿਉਂ ਨਾ ਆਕੜਾਂ, ਮੈਂ ਇਹਨਾਂ ਦੇ ਸਿਰ 'ਤੇ ਆਕੜਦਾ, ਮੇਰੇ 'ਚ ਕੀ ਤਾਕਤ। ਅੱਛਾ ਇੱਕ ਬਿਲਕੁਲ ਆਪਾਂ ਅਖੀਰ ਜੇ 'ਚ ਹੀ ਹਾਂ, ਮੇਰੇ ਇੱਕ ਦੋ ਸਵਾਲ ਆ ਉਹ ਰਹਿਣਾ ਜਾ।
एक ये भी खबर समय समय से आदियाँ भी तुहाड़िया मिलों वगैरह भी उस काफ़ी प्रदूषण होंगे गा तुम हूँ पानी लैके जिन्या गंभीर गल्लां कीतियां गईयां समय है ना मतलब मैं मन के चलदा कि तुसी सच्ची सहर दो इस सिस्टम नू लैके जां इह चीज़ां नू लैके क्योंकि मैं इमानदारी नाल दस्सदा इन्ना लोग डीप टॉक सीरीयस है ना पूरा नहीं करते कले कले प्लैन ते कि पंजाब दे पानी नू लैके आ यार है ना जां मैनू नहीं कोई कहिंदा आगू हज तक भी यार मैं प्रधानमंत्री भी मिलना मैं मुख्यमंत्री भी मिल के इन्नी समझाई है पंजाब की स्थिति भी असं किन्ने है ना विस्फोटक स्थिति दे पर थोड़े ते जिहड़े इल्जाम लगते फिर वो की है कि देखो इल्जाम लाने बहुत सौखे होंगे इन्हां लोगों ने जिहड़े पोलीटिकल बंदे बहुत टपदे है ना इन्होंने चक्की नहीं चलाई कदे इन्हें चक्की दे दी है ना कि चक्की चला के दिखाओ ये चक्की नहीं चला सकते चक्की तो मैं तो सुना लोग जेल च चक्की चलाउंदे चक्की चलाउंदे चक्की पीसिंग एंड पीसिंग कड़ा फिल्म दा डायलॉग सी शोले फिल्म दा हां बस ठीक है चलो अगले दी किस्मत ओदी किस्मत उन्हें रोला पाया कि बुढ़ा नाला बुढ़े नाली दी इंस्पेक्शन करन गए सारे लीडर ते साडे नेता जी भी चले गए अच्छा नेता जी भलथ जी भलथ साहब राणा शुगर पोल्यूट कर दी तू गल कर बुढ़े नाले दी जिथे तू गया एनजीटी नू जाके जी ने कहता राणा शुगर पोल्यूट कर दी है देखो अच्छा ग्रीन ट्रिब्यूनल चला गया सारा वो गया उथे उथे जाके कवे मेरा मेमोरेंडम ले लो हाँ। यार ये कोई डीसी का दफ्तर है ये एनजीटी आ तू सानू ईमेल कर हाँ। तू सानू डाक राही भेज हाँ। या काउंटर ते दे दे हाँ। ते दे आया हाँ। यकीन मन्यो हाँ। एनजीटी जदों किसी दे मगर पैंदी है ना हाँ। ते फिर परछे और चीका कढ़ाउंदी है ते मिलन वाले कंब जांदे कि भी हाय आ गए हाँ मैनूं पता ये तां ठीक है ना एनजीटी आई एनजीटी ने पूरा साडा स्टडी किया कि साड़ी एयर पोल्यूशन की है उहदे नॉर्म किन्ने पीपीएम है साडा जिहड़ा पानी आ अच्छा मैं इन्हां कमलिआं नूं एक गल दसनी चाहुंदा इहदे पागल लोग बगैर मतलब दे बोलदे आ ना मैनूं मिंटरी सिख कहांगा इन्हां नूं ये नहीं पता कि शुगर मिल डजंट पोल्यूट अच्छा यस नहीं करदी नहीं करदी तुसीं चलो मेरे नाल एरिएट करके असीं यूकलिप्टस ला के ओहदे च पानी च 10-11 किलियां च छड़ दईदा और इन्हां पागलां नूं मैं गल होर दसनी चाहुंदा 250 ट्रक है मेरे कोल पहला मैं उन्हां नूं शिकायती टट्टुआं नूं कह रहा पागल जनता नूं नहीं कदे कोई गुस्से कर लो है 250 ट्रक है ते 250 ट्रक नूं रोज धोया जावे ते तुसीं पानी देखो किन्ना लगूगा काफी लगूगा पर मेरे ट्रक तुसीं देखो बड़े साफ हुंदे आ कदे राणा शुगर लिखिआ होगा ते गंदा नहीं होगा ट्रक चिट्टी पग बन के थले दी चल जाओ दूजे बने जाओगे चिट्टी रहूगी दाग नहीं लगूगा पग भी तुसी कांग्रेसियां वाली बनाई नहीं चलो मजाक है ते 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 गल आ ओदा किन्ना पानी जद एक ट्रक नू सर्विस स्टेशन ते तो ते बल्क पानी हो जांदा बिल्कुल आएगा ऑब्वियस है गड्डी ते बथेरा लग जांदा ट्रक ते तां लगणे लगदे असीं तां सिस्टम इस बदनामी तो बचण लई असी एक सर्विस स्टेशन ठेके ते लिया आ कि भाई पर ट्रक साढ़े तो तू पहले ले कर ते साडा ट्रक रोज तो दूजे दिन तो असी फिर हुण एयर ना जिन्नो असी ध्यान रखदे ना एयर ना वॉशिंग करी दी आ कि मिट्टी कट्टा एयर ना उड़ा दे एयर ना वॉशिंग भी वॉशिंग नहीं डस्टिंग डस्टिंग हां तुसी 4 दिन डस्टिंग करो 5वें दिन धो दियो धोण वाला इहनूं पैसे दे दिंदे आ जिम्मेवारी उहदी अपनी कोई नहीं ਕਰਾਈਏ ਕਿੰਨਾ ਪਾਣੀ ਵੇਸਟ ਕਰਦੇ ਹੋ
ਪਹਿਲਾਂ ਪਾਣੀ ਵੇਸਟ ਕਰਦੇ ਹੋ ਫਿਰ ਪੋਲਿਊਟ ਕਰਦੇ ਹੋ। ਅੱਛਾ ਕਿਉਂ ਯਾਰ? ਇੱਕ ਬੰਦੇ ਦੇਖੋ, ਹਿੰਦੁਸਤਾਨੀਆਂ ਚ ਇਹੀ ਤਾਂ ਪ੍ਰੋਬਲਮ ਆ। ਸਾਡੇ ਲਈ ਤਾਂ ਕੈਮਰਾ ਆਜੂਗਾ, ਤੁਹਾਡੇ ਲਈ ਆਉਣਾ ਹੀ ਨੀ। ਦੇਖੋ ਕਰ ਰਿਹਾ ਵੀ ਮੇਰੇ ਲਈ ਤਾਂ ਆਜੇ, ਮਤਲਬ ਜੇ ਮੈਨੂੰ ਦੱਸ ਦੋ ਜੇ ਇੰਨੀ ਗੱਲ ਤਾਂ ਮੈਂ ਨਹੀਂ ਕਰੂੰਗਾ, ਮੈਨੂੰ ਕੀ ਤਰ੍ਹਾਂ ਇੰਨੀ ਗੱਲ ਨਹੀਂ। ਧੋਣੀ ਨਹੀਂ ਚਾਹੀਦੀ ਕਾਰ ਰੋਜ਼ ਕੌਣ? ਮੇਰੀ ਕਾਰ 'ਤੇ 10 ਪਰਤਾਂ ਮਿੱਟੀ ਦੀਆਂ ਜੰਮੀਆਂ। ਮੈਂ ਹੁਣ ਤੁਹਾਨੂੰ ਸੱਚੀ ਦਿਖਾਊਂਗਾ, ਮਤਲਬ ਮੈਂ ਸ਼ੋਅ 'ਚ ਵੀ ਦਿਖਾਊਂਗਾ ਆਪਦੀ, ਹੁਣ ਕਾਰ ਦੀ ਮੈਂ ਫੋਟੋ ਜ਼ਰੂਰ ਦਿਖਾਉਣੀ ਚਾਹੂੰਗਾ। ਉਹ ਮੇਰੀ ਕਾਰ 'ਚ ਤਾਂ ਤੁਸੀਂ ਨਾ, ਮਤਲਬ ਸ਼ਾਇਦ ਜੇ ਤੁਹਾਨੂੰ ਦਿਸ ਵੀ ਜਾਵੇ ਤੁਸੀਂ ਕਹੋਗੇ ਵੀ ਮੈਂ ਇਹਨੂੰ ਭੁੱਲਣਾ ਚਾਹੁੰਦਾ ਇਹ ਚੀਜ਼ ਨੂੰ, ਉਹ ਇੰਨੀ ਗੰਦੀ ਕਾਰ ਆ। ਅੱਛਾ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਕਾਰੋਬਾਰ ਆ ਸਾਡੇ ਕੋਲ ਕਾਰ, ਉਹ ਕਾਰ ਵਾਸ਼ ਤੇ ਚ ਰੀਸਾਈਕਲਿੰਗ ਚਾਹੀਦੀ ਹੈ ਸਾਡੇ, ਇਹੀ ਨਹੀਂ। ਅੱਛਾ ਛੱਡੋ ਬਾਕੀਆਂ ਗੱਲਾਂ ਨੂੰ, ਆ ਮੇਰਾ ਘਰ ਬਣਿਆ ਨਾ, ਇਸ ਘਰ ਦੇ ਵਿੱਚ ਮੈਂ ਇਹਨੂੰ ਇਕੋ ਫਰੈਂਡਲੀ ਹਾਊਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਛਾ ਕਾਰਨ? ਓਕੇ ਦੇਖੋ, ਇੱਕ ਤਾਂ ਜਿਹੜਾ ਫਲੱਸ਼ ਦਾ ਪਾਣੀ ਹੈ ਉਹ ਇੱਕ ਚੈਂਬਰ 'ਚ ਜਾਂਦਾ, ਨਹਾਉਣ ਵਾਲਾ ਪਾਣੀ ਮੇਰਾ ਇੱਕ ਚੈਂਬਰ 'ਚ ਜਾਂਦਾ, ਕਿਚਨ ਦਾ ਪਾਣੀ ਇੱਕ ਚੈਂਬਰ 'ਚ ਜਾ ਕੇ ਨਿੱਤਰ ਕੇ ਨਹਾਉਣ ਵਾਲੇ ਪਾਣੀ 'ਚ ਮਿਲਾ ਦੇਈਦਾ। ਫਿਰ ਨਹਾਉਣ ਵਾਲਾ ਪਾਣੀ ਜਿਹੜਾ ਆ ਉਹਨੂੰ ਮੈਂ ਆਪਣੇ ਲਾਉਣ ਲਈ ਅਤੇ ਬੂਟੇ ਲਈ ਲਾਉਣਾ ਇਸ ਘਰ 'ਚ, ਠੀਕ ਹੈ? ਮੈਂ ਬਸ ਬਣਾਇਆ ਸਿਸਟਮ ਜਿਹੜਾ ਸੀ ਉਹ ਰੁੱਝ ਗਿਆ, ਮੈਂ ਨਹੀਂ ਕਰ ਪਾਇਆ ਪੂਰਾ। ਉਹ ਜਿਹੜੀ ਇੱਕ ਚੈਂਬਰ ਹੈ ਜਿਹਦੇ 'ਚ ਸਾਡਾ ਟੋਇਲਟ ਦਾ ਪਾਣੀ ਜਾਂਦਾ, ਉਹਦੇ ਲਗੂਨ ਜਿਵੇਂ ਸਾਡੀ ਰੇਲ ਹੁੰਦੀ ਹੈ ਨਾ, ਰੇਲ ਦੇ ਵਿੱਚ ਇਨਜ਼ਾਈਮਸ ਛੱਡਦੇ ਆ, ਉਹ ਉਹਦਾ ਉਹਨੂੰ ਸਭ ਨੂੰ ਖਾ ਜਾਂਦੇ। ਇੱਕ ਪੇਲ ਯੈਲੋ ਕਲਰ ਦਾ ਪਾਣੀ ਟਰੈਕ 'ਤੇ ਡਿੱਗਦਾ, ਪਹਿਲਾਂ ਛਿੱਟ ਡਿੱਗਦੀ ਹੁੰਦੀ ਸੀ, ਮੱਖੀਆਂ ਸੀ ਉੜ ਕੇ ਮੇਰੇ ਤੁਹਾਡੇ ਮੂੰਹ 'ਤੇ, ਹੈ ਨਾ, ਰੇਲਵੇ ਟਰੈਕ 'ਤੇ ਵੀ। ਅੱਜ ਕਦੇ ਦੇਖਿਆ? ਉਹ ਟੈਕਨੋਲੋਜੀ ਮੈਂ ਆਪਣੇ ਘਰ 'ਚ ਲਾਉਣੀ ਸੀ, ਕਈ ਕਾਰਨ ਕਰਕੇ ਦਿਮਾਗ 'ਚੋਂ ਲਾਉਣੀ ਆ, ਹੁਣ ਮੇਰੇ ਲਈ ਕੋਈ ਵੱਡਾ ਕੰਮ ਨਹੀਂ, ਸਿਸਟਮ ਬਣਾਇਆ, ਇਹ ਮੇਰੀ ਸੋਚ ਆ। ਪਰ ਮੈਂ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਾਣੀ ਸੇਵ ਕਰਨਾ ਨਾ, ਜਿੱਦਾਂ ਟੋਇਲ ਤੁਸੀਂ ਏਰੋਪਲੇਨ 'ਚ ਜਾਂਦੇ ਹੋ ਬਿਲਕੁਲ, ਅਤੇ 400 ਜਾਂ 300 ਐੱਮ ਐੱਲ ਪਾਣੀ ਨਾਲ ਫਲੱਸ਼ ਹੋ ਜਾਂਦਾ ਸਾਰਾ ਗੰਦ ਮੰਦ। ਬਿਲਕੁਲ, ਉਹ ਕੀ ਆ? ਦੈਟ ਇਜ਼ ਵੈਕਿਊਮ, ਯੂ ਹੈਵ ਟੂ ਕ੍ਰੀਏਟ ਵੈਕਿਊਮ। ਅਤੇ ਐਟਲੀਸਟ ਫਲੈਟਸ ਜਿਵੇਂ ਮਲਟੀ ਸਟੋਰੀਡ ਫਲੈਟ ਹੋ, ਕਿ ਆਉਣ ਵਾਲਾ ਸਮਾਂ ਸਾਨੂੰ ਇਹਦੇ ਬਾਰੇ ਬੜਾ ਸੋਚਣਾ ਪੈਣਾ, ਟੋਇਲਟਸ ਵੀ ਵੈਕਿਊਮ ਜਨਰੇਟ ਕਰਕੇ, ਹੈਂ, ਵੈਕਿਊਮ ਜਨਰੇਟ ਕਰਨ ਦੇ ਬੜੇ ਤਰੀਕੇ ਆ। ਉਹ ਲੂਪ ਬਣਾ ਦਈਦੇ ਆ, ਪੰਪ ਲਾ ਦਈਦੇ ਆ, ਪੰਪ ਨਾ ਵੀ ਲਾਓ ਉੱਪਰੋਂ ਜਿੱਦਾਂ ਵਾਈਜਾ 'ਚ ਹੁੰਦਾ, ਅਤੇ ਥੋੜ੍ਹਾ ਪਾਣੀ ਦੇ ਨਾਲ ਫਲੱਸ਼ ਹੋਏ। ਇਹ ਆਉਣਾ ਜ਼ਮਾਨਾ, ਉਹਰਾ ਜਿਹੜੀ ਮੈਂ ਗੱਲ ਕਰਦਾ ਨਾ, ਇਹ ਪਾਣੀ ਨੂੰ ਰੀਸਾਈਕਲ ਕਰਕੇ ਅਸੀਂ ਫਿਰ ਪੀਣਾ, ਇਹ ਆਉਣਾ ਜ਼ਮਾਨਾ। ਅਤੇ ਉਹ ਜਿਹੜੀ ਲਗੂਨ ਦੀ ਮੈਂ ਟੋਇਲਟ ਦੀ ਰੇਲਾਂ 'ਚ ਲੱਗੀ ਦੀ ਗੱਲ ਕਰਦਾ, ਉਹ ਸਾਨੂੰ ਘਰਾਂ 'ਚ ਲਾਉਣੀ ਪੈਣੀ ਆ, ਅਤੇ ਪੋਲਿਊਸ਼ਨ ਦਾ ਲੋਡ ਕਿੰਨਾ ਘਟੂਗਾ। ਬਿਲਕੁਲ। ਅੱਛਾ ਮੈਂ ਬਸ ਖਤਮ ਕਰ ਲੱਗਿਆ, ਇੱਕ ਗੱਲ ਆਖਰੀ ਸੁਣਾਉਣਾ। ਤੁਸੀਂ ਤਾਂ ਕਹਿੰਦੇ ਉਹਨੇ ਵੀ ਰੋਜ਼ ਗੱਡੀ ਧੋਣ ਦੀ ਗੱਲ ਕਰੀ ਆ, ਇੰਨੀ ਠੰਡ ਆ, ਮੈਂ ਤਾਂ ਰੋਜ਼ ਨਾਲ ਇੰਨਾ ਨਾ, ਇਹ ਵੀ ਮੈਂ ਦੁਨੀਆ 'ਤੇ ਆਸਾਨ ਕਰਦਾ ਮੈਨੂੰ ਲੱਗਦਾ। ਹੋ ਸਕਦਾ ਦੁਨੀਆ ਨਾ ਮੰਨੇ, ਦੁਨੀਆ 'ਚ ਵੈਸੇ ਵੀ ਕੋਈ ਆਸਾਨ ਕਿਸੇ ਦੇ ਕੌਣ ਯਾਦ ਰੱਖਦਾ ਮੈਨੂੰ। ਸੋ ਯੂ ਆਰ ਸੇਵਿੰਗ ਵਾਟਰ, ਗੁੱਡ। ਨਹੀਂ, ਪਾਣੀ ਬਾਰੇ ਗੰਭੀਰਤਾ ਨਾਲ ਸੋਚ। ਅੱਛਾ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਰਾਜੇਵਾਲ ਸਾਹਿਬ ਦੀ ਗੱਲ ਕੀਤੀ, ਅਤੇ ਇੱਕ ਕਮੇਟੀ ਦਾ ਨਾ, ਮੈਂ ਜਦੋਂ ਕਰੋਨਾ ਸੀ ਲੇਬਰ ਭੱਜ ਗਈ, ਤਾਂ ਮੇਰੇ ਮਨ 'ਚ ਸੀ ਕਿ ਆਈ ਸ਼ੁੱਡ ਕੰਟਰੀਬਿਊਟ, ਮੈਂ ਘਰੇ ਨਹੀਂ ਬੈਠਾ, ਮੈਂ ਯੂਨੀਵਰਸਿਟੀ ਨਾਲ ਗੱਲ ਕੀਤੀ, ਯੂਨੀਵਰਸਿਟੀ ਨੇ ਬੜਾ ਅੱਛਾ ਕੰਮ ਕੀਤਾ, ਉਹਨਾਂ ਨੇ ਕਿਹਾ ਯਾਰ DSR ਦੇ ਨਾਲ ਝੋਨਾ ਡਾਇਰੈਕਟ ਸੋਈ ਨਾਲ ਬੀਜੀਏ, ਅਤੇ ਇਟ ਸੇਵਸ 20% ਆਫ ਵਾਟਰ। ਹਾਂ, ਅਸੀਂ ਬੀਜਿਆ ਸੀ, ਬਚਦਾ ਪਾਣੀ ਕਾਫੀ ਬਚਦਾ ਨਾ, ਅਤੇ ਉਸ ਪਾਣੀ ਦੇ ਪ੍ਰਚਾਰ ਲਈ ਤੁਸੀਂ ਡਾਕਟਰ ਭੁੱਲਰ ਨਾਲ ਗੱਲ ਕਰ ਲਿਓ, ਡਾਕਟਰ ਗਿੱਲ ਦੋ ਬੰਦੇ ਜ਼ਿੰਮੇਵਾਰ ਆ। ਮੈਂ 60 ਬੰਦੇ ਆਪਣੀ ਸ਼ੂਗਰ ਮਿਲ ਦੇ, ਜਿਹੜੇ ਸਰਵੇਅਰ ਸੀ ਆਪਣੀ ਸ਼ੂਗਰ ਮਿਲ ਦੇ ਇਲਾਕੇ 'ਚ, ਪਿੰਡ ਪਿੰਡ ਪ੍ਰਚਾਰ ਕੀਤਾ, ਜਿੱਥੇ ਸਾਡੀ ਕੋਈ ਚੁਕੰਦਰ ਬੀਜਦਾ ਸੀ, ਮੈਂ ਪਟਿਆਲੇ ਗਿਆ, ਫਰੀਦਕੋਟ ਗਿਆ, ਹਾਂਜੀ, ਤਰਨ ਤਾਰਨ ਆਪਣੀ ਮਿਲ ਦੇ ਇਲਾਕੇ 'ਚ, ਕਪੂਰਥਲਾ। ਮੈਂ ਤੁਹਾਨੂੰ ਵੀਡੀਓਜ਼ ਦਿਖਾਊਂਗਾ, ਮੈਂ ਉਸ ਝੋਨੇ ਦੀ ਪ੍ਰਮੋਸ਼ਨ ਲਈ ਬਹੁਤ ਯਤਨ ਕੀਤੇ, ਅਤੇ ਮੈਂ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਅੱਛਾ,
ਤੇ ਦੇਣੀ ਤਾਂ ਸੁਰੇਸ਼ ਕੁਮਾਰ ਨੂੰ ਸੀ ਮਹਾਰਾਜ ਦੇ ਦਰਸ਼ਨ ਦੁਰਸ਼ਨ ਹਾੜੀ ਸੋਹਣੀ ਹੁੰਦੇ ਸੀਗੇ ਤੇ ਮੈਂ ਸੁਰੇਸ਼ ਜੀ ਨੂੰ ਚਿੱਠੀ ਦੇ ਆਇਆ ਤੁਸੀਂ ਯਕੀਨ ਮੰਨੋਗੇ ਉਹਨਾਂ ਨੇ 8 ਮਹੀਨੇ ਬਾਅਦ ਉਹ ਸਾਲ ਬੀਤ ਕੇ 8 ਮਹੀਨੇ ਬਾਅਦ ਕਮੇਟੀ ਦਾ ਗਠਨ ਕੀਤਾ ਉਹ ਕਮੇਟੀ 'ਚ ਅਸੀਂ ਕੰਮ ਕੀਤਾ ਅਤੇ ਇਹਨਾਂ ਅਫਸਰਾਂ ਨੇ ਉਹ ਕਮੇਟੀ ਦੀ ਰਿਪੋਰਟ ਫਾਈਨਲ ਹੀ ਨਹੀਂ ਕੀਤੀ ਕਿਉਂ ਨੋਨ ਸੀਰੀਅਸਨੈਸ ਯਾਰ ਇੱਦਾਂ ਥੋੜ੍ਹਾ ਨਾ ਕੰਮ ਚੱਲ ਸਕਦਾ ਔਰ ਡੀ ਐੱਸ ਆਰ ਪ੍ਰਮੋਟ ਕਰਨਾ ਚਾਹੀਦਾ ਪਾਣੀ ਬਚਾਉਣ ਦਾ ਇੱਕ ਬੜਾ ਅੱਛਾ ਸਾਧਨ ਆ ਇੰਨਾ ਹੀ ਨਹੀਂ ਹੁਣ ਸਾਨੂੰ IoT ਸਿਸਟਮ ਲਾਉਣਾ ਚਾਹੀਦਾ ਵਾਟ ਇਜ਼ IoT IoT ਇਜ਼ ਮੋਇਸਚਰ ਮੀਟਰ ਅੱਛਾ ਖੇਤ ਦੇ ਵਿੱਚ ਗੜਦੇ ਹੋ ਹਾਂਜੀ ਨਵੀਂ ਤੇ ਵਾਟਰ ਲੈਵਲ ਸਿਸਟਮ ਬਿਲਕੁਲ ਹਾਂਜੀ ਵਾਟਰ ਲੈਵਲ ਸਿਸਟਮ ਦੱਸੂਗਾ ਕਿ ਖੇਤ 'ਚ ਤੁਸੀਂ ਇੰਨਾ ਇੰਨਾ ਪਾਣੀ ਰੱਖਣਾ ਪਾਣੀ ਕਿਉਂ ਰੱਖੀਦਾ ਤਾਂ ਕਿ ਉਹਦੇ 'ਚ ਘਾਹ ਨਾ ਉੱਗੇ ਉਹ ਤਾਂ ਮੀਟਰ ਵੀ ਆਉਣ ਲੱਗ ਗਏ ਹੁਣ ਨਹੀਂ ਮੀਟਰ ਨਹੀਂ ਜੀ ਉਹਦਾ ਲੈਵਲਰ ਓਕੇ ਲੈਵਲ ਆ ਝੋਨੇ ਲਈ ਲੈਵਲ ਆਊਗਾ ਤੇ ਕਣਕ ਲਈ ਮੋਇਸਚਰ ਮੀਟਰ ਆਊਗਾ ਠੀਕ ਹੈ ਤੇ ਆਟੋ ਸਟਾਰਟਰ ਆਟੋ ਤੇ ਅੱਜ ਕੱਲ੍ਹ ਚੱਲਦੇ ਰਹਿੰਦੇ ਆ ਪਾਣੀ ਦੀ ਕਿੰਨੀ ਵੇਸਟੇਜ ਆ ਬਹੁਤ ਜ਼ਿਆਦਾ ਔਰ ਉਹ ਜਿਹੜਾ ਆਟੋ ਸਟਾਰਟਰ ਆ ਉਹ ਖਤਮ ਕਰਕੇ ਉਹਦਾ ਮੋਬਾਈਲ ਨਾਲ ਕਨੈਕਸ਼ਨ ਹੋਊਗਾ ਤੇ ਮੋਬਾਈਲ ਨਾਲ ਕਨੈਕਸ਼ਨ ਹੋਊਗਾ ਜਦੋਂ ਮੋਇਸਚਰ ਘੱਟ ਗਿਆ ਜਾਂ ਲੈਵਲ ਡਾਊਨ ਹੋ ਗਿਆ ਤੁਹਾਨੂੰ ਇੰਡੀਕੇਟ ਮੋਬਾਈਲ ਨੇ ਕਰ ਦੇਣਾ ਤੁਸੀਂ ਠੱਕ ਮਾਰਨਾ ਮੋਬਾਈਲ ਤੁਹਾਡੀ ਮੋਟਰ ਚੱਲ ਜਾਣੀ ਆ ਜਦੋਂ ਲੈਵਲ ਪੂਰਾ ਮੋਟਰ ਬੰਦ ਹੋ ਜਾਣੀ ਆ ਇਹੋ ਜਿਹੀਆਂ ਟੈਕਨੋਲੋਜੀਜ਼ ਸਾਨੂੰ ਲਿਆਉਣੀਆਂ ਪੈਣੀਆਂ ਕਰਨੀਆਂ ਪੈਣੀਆਂ ਅੱਛਾ ਇਹਦੇ 'ਚ ਖਰਚਾ ਕੁਛ ਵੀ ਨਹੀਂ ਅੱਛਾ ਇੱਕ ਦਿਨ ਇੱਕ ਅਫਸਰ ਆਇਆ ਮਤਲਬ ਮੈਂ ਇੱਕ ਅਫਸਰ ਆਇਆ ਕਮੇਟੀ 'ਚ ਤੇ ਉਹ ਕਮੇਟੀ 'ਚ ਆ ਕੇ ਮੈਨੂੰ ਕਹਿਣ ਲੱਗਾ ਕਹਿੰਦਾ ਕਿ ਯਾਰ ਯਾਰ ਤਾਂ ਨਹੀਂ ਕਿਹਾ ਸਰ ਹੀ ਕਹਿਣਾ ਸੀ ਉਹਨੇ ਅਤੇ ਕਹਿੰਦਾ ਜੀ ਅਸੀਂ 30,000 ਟਿਊਬਵੈੱਲ ਦਾ ਪ੍ਰੋਗਰਾਮ ਬਣਾ ਰਹੇ ਹਾਂ ਕਿ ਹਰ ਸਾਲ IoT 'ਚ ਲਿਆਵਾਂਗੇ ਹਾਂ ਮੈਂ ਕਿਹਾ ਯਾਰ 30,000 ਟਿਊਬਵੈੱਲ ਤੂੰ IAS ਅਫਸਰ ਹੈ ਮੈਨੂੰ ਇਹ ਦੱਸ ਪੰਜਾਬ 'ਚ ਕਿੰਨੇ ਲੱਖ ਟਿਊਬਵੈੱਲ ਹੈ ਮੈਂ ਕਿਹਾ ਮੈਂ ਹੀ ਤੈਨੂੰ ਦੱਸ ਦਿੰਦਾ 14 ਲੱਖ ਟਿਊਬਵੈੱਲ ਹੈ ਜੇ 30,000 ਕਰੋਗੇ ਇੱਕ ਸਾਲ 'ਚ ਤੇ ਮੰਨ ਲਓ 33,000 ਕਰੋਗੇ ਇੱਕ ਸਾਲ 'ਚ ਤਾਂ 3 ਸਾਲਾਂ 'ਚ 1 ਲੱਖ 1 ਲੱਖ ਸਹੀ ਆ ਹਾਂਜੀ ਤੇ ਉਹਨੂੰ 14 ਨਾ ਕਰ ਦਿਓ ਹਾਂ ਤੇ 52 ਸਾਲ ਲਾਏਗਾ ਇਹ ਸਾਡੇ ਅਫਸਰਾਂ ਦੀ ਸੋਚ ਆ ਪ੍ਰਪੋਜ਼ਲ ਦੇ ਰਿਹਾ ਮੈਨੂੰ ਕਿ 30,000 ਕਰਿਆ ਕਰਾਂਗੇ ਸਾਲ 'ਚ ਮੈਂ ਕਿਹਾ ਯਾਰ ਤੁਸੀਂ ਤਾਂ ਅਫਸਰਸ਼ਾਹੀ ਵੀ ਪੰਜਾਬ ਦੀ ਦਿੱਕਤ ਹੈ ਯਾਰ ਉਹ ਚਲੋ ਸਾਰੇ ਅਫਸਰ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਅਫਸਰਸ਼ਾਹੀ ਵਾਜ਼ ਏ ਪ੍ਰੋਬਲਮ ਓਕੇ ਬਿਕੋਜ਼ ਉਹ ਅਫਸਰਾਂ ਦੀ ਸੁਣਦੇ ਸੀ ਮੰਤਰੀਆਂ ਨੂੰ ਓਕੇ ਮੈਂ ਉਹਨਾਂ ਨਾਲ ਇੰਟਰਵਿਊ ਕਰੀ ਦੇਖੀ ਤੁਸੀਂ ਨਹੀਂ ਮੈਂ ਦੇਖੂੰਗਾ ਹਾਂ ਦੇਖੀ ਅੱਧੀ ਕੁ ਦੇਖੀ ਆ ਅੱਛਾ ਅੱਧੀ ਕੁ ਦੇਖੀ ਅੱਧੀ ਕੁ ਦੇਖੀ ਫਿਰ ਮੈਂ ਬਾਅਦ ਵਾਲੀ 'ਚ ਐਂ ਵੀ ਪੁੱਛਿਆ ਨਾ ਮੈਂ ਵੀ ਤੁਹਾਡੀ ਸਰਕਾਰ 'ਚ ਕੋਈ ਮੰਤਰੀ ਜਿਨ੍ਹਾਂ ਦੀ ਪਰਫੋਰਮੈਂਸ ਤੁਹਾਨੂੰ ਲੱਗਦਾ ਹੋਵੇ ਬੈਟਰ ਰਹੀ ਤੁਹਾਡਾ ਨਾਂ ਨਹੀਂ ਆਇਆ ਉਹ 'ਚ ਮੇਰਾ ਹਾਂ ਮਹਾਰਾਜ ਦਾ ਨਾਂ ਨਹੀਂ ਆਉਂਦਾ ਦੇਖੋ ਕਿਵੇਂ ਐਗਰੀਕਲਚਰ ਮਿਨਿਸਟਰ ਸੀਗੇ ਅੱਛਾ ਸੀਗੇ ਨਾ ਹਾਂ ਐਗਰੀਕਲਚਰ ਦੀ ਮੀਟਿੰਗ ਇੱਕ ਲਈ ਕਿਸਾਨਾਂ ਦਾ ਲੀਡਰ ਹੈ ਗੱਲ ਕਰੋ ਤਾਂ ਡਾਇਵਰਸੀਫਿਕੇਸ਼ਨ ਦੀ ਯਾਰ 1984 ਦੇ ਵਿੱਚ ਇਹ ਡਾਇਵਰਸੀਫਿਕੇਸ਼ਨ ਕਰਦੇ ਹੁੰਦੇ ਸੀ ਤੇ ਕੀ ਮਹਾਰਾਜ ਇਹਨੇ ਡਾਇਵਰਸੀਫਿਕੇਸ਼ਨ ਲਈ ਕੀਤਾ ਕੀ ਆ 3 ਵਾਰ ਦੋ ਵਾਰ ਮੁੱਖ ਮੰਤਰੀ ਰਹਿ ਗਏ ਦੱਸਣ ਤਾਂ ਸਹੀ ਮੈਂ 15,000 ਏਕੜ ਚੁਕੰਦਰ ਬਜਾਉਣਾ ਦੈਟ ਇਜ਼ ਡਾਇਵਰਸੀਫਿਕੇਸ਼ਨ ਖੰਡ ਬਣਾਉਣੇ ਚੁਕੰਦਰ ਤੋਂ ਅੱਛਾ ਉਹ ਤੁਸੀਂ ਫਿਰ ਮਿੱਲਾਂ 'ਚ ਆਪਣੀ ਮਿਲ 'ਚ ਐਂਡ ਓਨਲੀ ਮੈਨ ਇਨ ਦੀ ਕੰਟਰੀ ਸ਼ਰਦ ਪਵਾਰ ਵੀ ਮੰਨਦੇ ਇਸ ਗੱਲ ਨੂੰ ਅੱਛਾ ਕਹਿੰਦੇ ਕਿਆ ਬਾਤ ਹੈ ਮੈਂ 10 ਸਾਲ ਲਗਾ ਰਹਾ ਮੈਂ ਬੜੇ ਪੈਸੇ ਖਰਚੇ ਕਾਮਯਾਬ ਨਹੀਂ ਹੋ ਪਾਇਆ ਅਤੇ 2014 ਨਹੀਂ 19 16 ਮਈ 2019 ਨੂੰ ਉਸ 10-12 ਬੰਦਿਆਂ ਦਾ ਡੈਲੀਗੇਟ ਲੈ ਕੇ ਆਏ ਰਾਤ ਮੈਂ ਉਹਨਾਂ ਨੂੰ ਅੰਮ੍ਰਿਤਸਰ ਮੈਂ ਰਖਾਇਆ ਠੀਕ ਹੈ ਯੂ ਵਿਲ ਬੀ ਮਾਈ ਗੈਸਟ ਓਕੇ ਅਤੇ ਉਹਨਾਂ ਨੂੰ 2 ਦਿਨ ਮੈਂ ਖੇਤਾਂ 'ਚ ਘੁਮਾਇਆ ਫੈਕਟਰੀ ਦੇਖ ਕੇ ਉਹ ਕਹਿਣ ਲੱਗੇ ਕਿ ਵੀ ਕਿਹਦਾ ਕੰਮ ਹੈ ਮੈਂ ਕਿਹਾ ਰਾਣਾ ਇੰਦਰ ਪ੍ਰਤਾਪ ਦਾ ਕਹਿੰਦਾ ਹੀ ਡਿਜ਼ਰਵਸ ਪਦਮ ਸ਼੍ਰੀ ਅੱਛਾ ਕਿ ਇਹ ਕੰਮ ਇੱਦਾਂ ਦਾ ਕੀਤਾ ਕਿ ਇਹਨੂੰ ਪਦਮ ਸ਼੍ਰੀ ਮਿਲਣਾ ਚਾਹੀਦਾ ਮੈਂ ਕਿਹਾ ਸਾਡੇ ਵਾਲੇ ਤਾਂ ਜੇ ਕੁਛ ਹੋ ਸਾਡੇ ਕੋਲ ਹੋਏ ਤਾਂ ਉਹ ਵੀ ਖੋਣ ਨੂੰ ਫਿਰਦੇ ਆ ਤੁਸੀਂ ਕਿੱਥੇ ਪਦਮ ਸ਼੍ਰੀ ਦੀਆਂ ਗੱਲਾਂ ਕਰਦੇ ਬਹੁਤ ਸਾਰੀਆਂ ਗੱਲਾਂ ਪਰ ਬਹੁਤ ਬਹੁਤ ਥੈਂਕ ਯੂ
एक प्रोजेक्ट हो रहा मेरा दसो आप बाद च एंड कर देंगे कोई चक्कर गल आ मेरे मन च 2011-12 च आई कि 12 सरकार आ जानी है मैं क्या भी आप कैप्टन अमरिंदर सिंह नूं कहा मैं प्रोजेक्ट आ कहिंदा की है मैं तुहानूं दसणा तुसीं रौला पा देना उन्हां दी आदत है सुभाअ और दस दिंदे हरेक नूं सरल सुभाअ आ नॉट इन इन गुड फेथ ही विल टेल यू एवरीथिंग मैं क्या मैं नहीं दसणा 12 सरकार नहीं आई 14 च मोदी साहब आ गए मोदी साहब सोलर करन लग पए ही कहिंदे इनवाइट करो मल्टीनेशनल्स फिर बिग ग्रुप्स मैं क्या यार तू अपने सीने चो जो तेरे सीने च कट दे गल तू ही कला सियाणा नहीं है सोलर तो होने लग पई आ फिर मैं चिट्ठी लिखी उन्होंने कि तुसी मल्टीनेशनल की गल करते हो बिग ग्रुप्स की गल करते हो बट यू हैव फॉरगॉटन द सन ऑफ द सॉयल द फार्मर वी हैव टू मेक हिम एंटरप्रेन्योर वो अपने ट्यूबवैल के उत्ते जिनी वो कपैसिटी का ट्यूबवैल है ओडा वड्डा पैनल लावे और बिजली जनरेट करे 90 दिन असी पानी लाई दा 275 दिन वो ग्रिड च बिजली सिटे और 5 साल पैसे पूरे हो जाते हैं ठीक है जी और ही बिकम्स एंटरप्रेन्योर 25 साल पैनल की लाइफ है मतलब किसान सरकार नू बिजली देवे सरकार नू बिजली देवे खुद अपने लिए इस्तेमाल करे ओदे बाद सरकार नू बिजली देवे 5 साल पैसे पूरे जाणगे सारी उम्र की कमाई चलो आप ये गल सोचते हैं मान लो थोड़ी सरकार आ जाती है असी तो मान लो ही कहांगे तुसी कहोगे आऊगी ओ साडी सरकार आई सी ये चरोला पाया मैनू पैसे नहीं दिते मैं कुल 10 करोड़ मंगता सी नहीं दिते छड्डो यार इन्हें भी साडी सरकार ने होने वाली ने अगे चलो फिर मैं हुण की कहां जे सानू ऐतकी पैसे नहीं मिलने अगले 5 साल सिर्फ मैं एक डेमो प्लांट लाना चाहता सी खजाना खाली है ना नहीं खजाना नहीं खाली नीयत खाली है चलो अच्छा अगे चलो ਹੁਣ ਮੈਨੂੰ ਇਹ ਨਹੀਂ ਸਭ ਇੱਕ ਮਿੰਟ ਗੱਦੀ ਸਾਂਭ ਲਈਏ ਮੈਂ ਇਹ ਸੋਚ ਰਿਹਾ ਅੱਛਾ ਇੱਕ ਹੋ ਰਿਹਾ ਯਾਰ ਮੇਰਾ ਪ੍ਰੋਜੈਕਟ ਆਉਣ ਦਿਓ ਮੈਂ ਸਾਰੀ ਇੱਥੇ ਰੱਖ ਕੋਈ ਚੱਕਰ ਨਹੀਂ ਮੈਂ ਪੋਲਿਟਿਕਸ 'ਚ ਬਿਲਕੁਲ ਅਨਫਿਟ ਬੰਦਾ ਹਾਂ ਬਟ ਮੈਂ ਦਿਮਾਗ ਚਲਾਉਂਦਾ ਆਪਣਾ ਅਨਫਿਟ ਬੰਦਾ 7 ਸੀਟਾਂ ਦੇ ਪ੍ਰਭਾਵ ਥੋੜ੍ਹੀ ਰੱਖਦਾ ਹੁੰਦਾ ਬਸ ਮੈਂ ਘੱਟ ਗਏ ਤੀਆਂ ਤਾਂ ਵਧਾ ਲਿਓ ਦੇਖੋ ਗੱਲ ਇਹ ਆ ਹਾਂ ਡਾਕਟਰ ਅਗਨੀ ਉਤਰੀ ਖਡੂਰ ਸਾਹਿਬ ਬੈਠਾ ਹੁਣ ਫੋਨ ਮਾਰੋ ਕੱਲ ਮੇਰੇ ਕੋਲ ਆਇਆ ਕਿ ਤੇਰੇ ਆਹ ਬੰਦੇ ਮੈਨੂੰ ਕਹਿ ਮੇਰੇ ਨਾਲ ਚਲਾ ਮੇਰੇ ਨਾਲ ਦਿਹਾੜੀ ਲਾਉਣੀ ਹੈ ਪੁੱਛ ਲਓ ਮੈਨੂੰ ਪਤਾ ਮੈਂ ਕਿਉਂ ਪੁੱਛਾਂ ਮੈਂ ਉਹਨਾਂ 'ਚੋਂ 2 ਸੱਦ ਲਏ ਤੀਜੇ ਨੂੰ ਵੀ ਸੱਦ ਲਊਂਗਾ ਉਹਦੇ ਨਾਲ ਤੋਂ ਇੱਕ ਹੋਰ ਪਾਰਟੀ ਦਾ ਉਮੀਦਵਾਰ ਵੀ ਟਿਕਟ ਲੈਣ ਤੋਂ ਬਾਅਦ ਤੁਹਾਨੂੰ ਮਿਲਣਾ ਸਭ ਤੋਂ ਪਹਿਲਾ ਜਿਹੜੇ ਬੰਦੇ ਨੂੰ ਉਹ ਮਿਲਿਆ ਅੱਛਾ ਰਹਿ ਗਿਆ ਪ੍ਰੋਜੈਕਟ ਯਾਰ ਛੱਡੋ ਇਹ ਤਾਂ ਕੀ ਗੱਲਾਂ ਕਿਸੇ ਦੀ ਮਦਦ ਹੈ ਕਿ ਪ੍ਰੋਜੈਕਟ ਆ ਜਿਹੜੀ ਬਿਸਤ ਦੁਆਬ ਨਾ ਹਾਂ ਮੈਂ ਐਮ ਪੀ ਹਰ ਗਿਆ ਹਾਂ ਕੁਝ ਦਿਨ ਝਟਕਾ ਜਿਹਾ ਲੱਗਾ ਹੁੰਦਾ ਹੀ ਹੈ ਯਾਰ ਅਤੇ ਫਿਰ ਮੈਂ ਕਿਹਾ ਯਾਰ ਕੰਮ ਕਰੋ ਕੋਈ ਨਾ ਕੋਈ ਮੈਂ 12 'ਚ ਐਮ ਐਲ ਏ ਬਣ ਗਿਆ ਹਾਂ ਮੈਂ ਕਿਹਾ ਯਾਰ ਬਿਸ ਦੁਆਬ 'ਤੇ ਸਟੱਡੀ ਕਰੋ ਅਤੇ ਬਿਸ ਦੁਆਬ 1954-56 'ਚ ਬਣੀ ਹੈ ਹਾਂ ਅਤੇ ਜਦੋਂ ਬਣੀ ਸਾਨੂੰ 1450 ਕਿਊਸਿਕ ਪਾਣੀ ਮਿਲਿਆ ਹਾਂ ਉਹ ਵੀ ਦੁਆਬੇ ਨਾਲ ਧੱਕੇ ਵਾਲੀ ਗੱਲ 'ਤੇ ਆ ਰਿਹਾ ਮੈਂ ਹੁਣ ਹਾਂ ਅਤੇ ਉਹ ਜਿਹੜਾ ਸੀਗਾ ਪਾਣੀ ਉਹ ਸੀਜ਼ਨਲ ਆ ਮਾਲਵੇ ਨੂੰ ਸਾਰਾ ਪਰੀਨੀਅਲ ਹੈ ਠੀਕ 12 ਮਹੀਨੇ ਹਾਂ 365 ਦਿਨ ਹਾਂ ਸਾਨੂੰ ਸੀਜ਼ਨ ਹਾਂ ਦੁਆਬੇ ਨੂੰ ਸੀਜ਼ਨ ਹਾਂ ਸਾਡੀ ਧਰਤੀ ਜਿਹੜੀ ਦੁਆਬੇ ਦੀ ਹੈ 17% ਆ ਹਾਂ ਪੰਜਾਬ ਦਾ ਹਾਂ ਮੈਂ ਇਹ ਕਹਿੰਦਾ ਕਿ 17% ਪਾਣੀ ਹਾਂ ਜੇ ਅਸੀਂ ਹਰਿਆਣੇ ਨਾਲ ਵੰਡ ਰਹੇ ਹਾਂ ਤਾਂ ਪੰਜਾਬ ਦਾ ਪੰਜਾਬ 'ਚ ਨਹੀਂ ਵੰਡਣਾ ਚਾਹੀਦਾ ਨਹੀਂ ਵੰਡਿਆ ਜਾਂਦਾ ਨਹੀਂ ਵੰਡਿਆ ਕਿਸੇ ਨੇ ਰੇਜ਼ ਹੀ ਨਹੀਂ ਕੀਤਾ ਯਾਰ ਕਿਸੇ ਦੁਆਬੇ ਦੇ ਲੀਡਰ ਨੇ ਨਹੀਂ ਰੇਜ਼ ਕੀਤਾ ਮੈਂ ਰੇਜ਼ ਕੀਤਾ ਕਰੂੰਗਾ ਕਿ 17% ਪਾਣੀ ਜੇ ਧਰਤੀ ਜਿੰਨੀ ਹੈ ਉਹਨਾਂ ਸਾਡਾ ਪਾਣੀ ਦੇ ਦਿਓ ਚਲੋ ਉਹ ਬਾਅਦ 'ਚ ਬਾਅਦ ਦੀਆਂ ਗੱਲਾਂ ਮੈਂ ਨੈਸ਼ਨਲ ਇੰਸਟੀਟਿਊਟ ਆਫ ਹਾਈਡਰੋਲੋਜੀ ਨੂੰ ਲਿਖਿਆ ਕਿ ਸਾਡੇ ਕੋਲ ਨਾ ਬੰਦੋਬਸਤ ਹੋ ਚੁੱਕਿਆ ਕੱਸੀਆਂ ਦਾ ਸਿਸਟਮ ਸਾਡਾ ਬਣ ਨਹੀਂ ਪਾਇਆ ਅਤੇ ਤੁਸੀਂ ਸਾਨੂੰ ਇਹ ਪੀਣ ਲਈ ਉਪਲਬਧ ਕਰਾਓ ਤਾਂ ਮੈਂ ਕਿਤਾਬ ਪੜ੍ਹੀ ਸੀ ਦੀ ਰਿਟਰਨ ਆਫ ਦੀ ਕਿੰਗ ਉਹਦੇ 'ਚੋਂ ਲਿਖਦਾ ਅਫਗਾਨ ਕਹਿੰਦੇ ਵੀ ਅਸੀਂ ਦਰਿਆਵਾਂ ਦਾ ਪਾਣੀ ਪੀਂਦੇ ਹਾਂ ਸਨੋ ਮਿਲਟਡ ਹੋਰ ਮੇਵੇ ਖਾਂਦੇ ਹਾਂ ਮੈਂ ਕਿਹਾ ਚਲੋ ਮੇਵੇ ਮੂਵੇ ਤਾਂ ਹੈ ਨਹੀਂ ਪਾਣੀ ਦੀ ਗੱਲ ਕਰ ਲਓ ਇਹ ਪਾਣੀ ਜਿਹੜਾ ਆ ਇਹ ਵਾਸਤਵ ਦੇ ਵਿੱਚ ਅਸੀਂ ਥੱਲੇ ਟਿਊਬਵੈਲਾਂ ਦਾ ਪਾਣੀ ਪੀਂਦੇ ਹਾਂ ਗਲਤ ਪੀਂਦੇ ਹਾਂ
ਸਾਨੂੰ ਦਰਿਆਵਾਂ ਦਾ ਨਾਯਾਬ ਬਖਸ਼ਿਸ਼ ਆ ਇਸ ਅਸੀਂ ਕਰੀਏ ਬਿਲਕੁਲ ਤੇ ਨੈਸ਼ਨਲ ਇੰਸਟੀਚਿਊਟ ਆਫ ਹਾਈਡਰੋਲੋਜੀ ਵਾਲੇ ਨਾਲ ਗੱਲ ਕੀਤੀ ਡਾਕਟਰ ਪੰਤ ਨਾਲ ਉਹ ਕਹਿੰਦਾ ਹੂ ਆਰ ਯੂ ਮੈਂ ਉਹਨੂੰ ਕੀ ਦੱਸਾਂ ਮੈਂ ਤੇਰਾ ਮੈਂ ਕੌਣ ਆ ਫਿਰ ਮੈਂ ਡਾਕਟਰ ਦੋ ਤਿੰਨ ਬੰਦਿਆਂ ਨਾਲ ਹੋਰ ਗੱਲ ਕੀਤੀ ਫਿਰ ਮੈਂ ਵਾਟਰ ਰਿਸੋਰਸ ਮਿਨਿਸਟਰੀ ਪਵਨ ਬੰਸਲ ਕੋਲ ਚਿੱਠੀ ਦੇ ਉੱਤੇ ਮਾਰਕ ਕਰਾਇਆ ਕਿ ਸਟੱਡੀ ਕਰੋ ਉਹਨਾਂ ਨੇ ਵਰਲਡ ਬੈਂਕ ਨੇ ਪ੍ਰੋਜੈਕਟ ਨਹਿਰ ਦੀ ਬਣਾਉਣ ਲਈ ਕਰਨਾ ਸੀ ਉਹਨਾਂ ਨੇ ਸਟੱਡੀ ਕਰਕੇ ਕਿਹਾ ਕਿ ਵੀ ਇਹ ਆਈਡੀਆ ਬਹੁਤ ਅੱਛਾ ਅਤੇ ਬਾਦਲ ਸਰਕਾਰ ਸੀ ਫਿਰ ਬਾਦਲ ਸਰਕਾਰ ਨੇ ਉਸ ਆਈਡੀਆ ਨੂੰ ਇੰਪਲੀਮੈਂਟ ਕੀਤਾ ਅੰਮ੍ਰਿਤਸਰ ਦੇ ਵਿੱਚ ਹੁਣ ਲੁਧਿਆਣੇ 'ਚ ਵੀ ਹੋ ਰਿਹਾ ਜਲੰਧਰ 'ਚ ਵੀ ਹੋ ਰਿਹਾ ਮੈਂ ਕਪੂਰਥਲੇ 'ਚ ਵੀ ਕਰਾ ਰਿਹਾ ਸੋ ਮੇਰਾ ਮਤਲਬ ਕਹਿਣ ਦਾ ਕਿ ਇਹ ਜਿਹੜਾ ਨਾਯਾਬ ਪਾਣੀ ਆ ਇਹ ਅਸੀਂ ਪੀਣਾ ਚਾਹੀਦਾ ਉਹ ਟਿਊਬਵੈੱਲਾਂ ਦਾ ਪਾਣੀ ਨਾ ਖਿੱਚ ਕੇ ਇਹ ਪਾਣੀ ਪੀਣ ਦਾ ਪ੍ਰਬੰਧ ਸਾਰੇ ਪੰਜਾਬ 'ਚ ਹੋਣਾ ਚਾਹੀਦਾ ਨਹੀਂ ਹੋਇਆ ਵੀ ਕਾਫੀ ਹੋ ਰਿਹਾ ਨਾ ਸੋਚ ਸੋਚ ਮੈਂ ਕਦੋਂ ਸੀ ਮੇਰੀ ਨੌ 'ਚ ਅੱਜ ਕਿਹੜੇ ਅੱਜ ਕਿਹੜੀ ਯਾਰ 21 ਆ 22 ਆ ਗਈ 22 ਆ ਗਿਆ 9 ਤੋਂ 22 ਕਿੰਨਾ ਫਰਕ ਪੈ ਗਿਆ ਤੇ ਸੋਲਰ ਦੀ ਸੋਚ ਮੇਰੀ ਕਦੋਂ ਸੀ 2011 ਦੀ ਜਾਗਰੂਕ ਮੈਂ ਕੀਤਾ 15 'ਚ ਜੇ ਤੁਸੀਂ ਉਦੋਂ ਕੈਪਟਨ ਸਾਹਿਬ ਨੂੰ ਮਾੜਾ ਦੱਸ ਦਿੰਦੇ ਤੁਸੀਂ ਕਿਹਾ ਵੀ ਉਹਨਾਂ ਨੇ ਗੱਲ ਕਰ ਦੇਣੀ ਸੀ ਉਹਦੇ ਬਾਅਦ ਨਹੀਂ ਮੈਂ ਦੱਸਿਆ ਮੁੱਖ ਮੰਤਰੀ ਸੀਗੇ ਚਲੋ ਕੋਈ ਗੱਲ ਇਹ ਤੋਂ ਪਹਿਲਾਂ ਮੈਂ ਠੰਡ ਨਾਲ ਜੰਮ ਜਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਓਕੇ ਧੰਨਵਾਦ ਤੁਹਾਡਾ ਮੈਂ ਕਰੋਨਾ 'ਚ ਕੋਈ ਆਏ ਤਾਂ ਨਹੀਂ ਮੈਂ ਤਾਂ ਜੱਫੀਆਂ ਵਾਲਾ ਬੰਦਾ ਮੈਂ ਦੱਸ ਬੈਠਾ ਯਾਰ ਕੀ ਦੱਸ ਲੋਕ ਦੱਸਦੇ ਨਹੀਂ ਕਿ ਖੰਘ ਜ਼ੁਕਾਮ ਹੋ ਜਾਂਦਾ ਤੁਸੀਂ ਇਹ ਆਰਡਨਰੀ ਫਲੂ ਆ ਵੈਸੇ ਅੱਛਾ ਚੈਲੰਜ ਨਹੀਂ ਕਰ ਰਿਹਾ ਕਿਸੇ ਨੂੰ ਮੈਂ ਤੇ ਹੁਣ ਲੋਕ ਦੱਸਦੇ ਨਹੀਂ ਉਹਦੀ ਖਾਂਦੇ ਬਸ ਠੀਕ ਹੈ ਨਾਲੇ ਆਪਣਾ ਇਮਿਊਨ ਸਿਸਟਮ ਬੜਾ ਤਕੜਾ ਇਹ ਸਾਡਾ ਤਾਂ ਫਰਜ਼ ਪੁੱਛਣਾ ਨਾ ਕਈ ਕਈ ਲੋਕ ਡਰਦੇ ਆ ਲੋਕ ਵੀ ਹਾਂ ਲੋਕ ਹੀ ਕਹਿ ਲਓ ਨੇਤਾ ਤਾਂ ਨਾ ਕਹੋ ਪਰ ਅੱਜ ਕੱਲ੍ਹ ਸਾਡਾ ਵਾ ਨੇਤਾ ਵਾਣਾ ਵੱਧ ਪੈਂਦਾ ਉਹ ਡਰਦੇ ਆ ਮਤਲਬ ਵੀ ਸਾਨੂੰ ਨਾ ਹੋ ਜਾਵੇ ਠੀਕ ਵੀ ਆ ਅਗਲੇ ਦੀ ਹੁਣ ਮਤਲਬ ਜਿਹਨੂੰ ਕੱਲ੍ਹ ਇੱਕ ਮੈਨੂੰ ਮਿਲਿਆ ਸੀ ਨੇਤਾ ਵਿਆਹ 'ਚ ਹਾਂ ਤੇ ਉਹਨੇ ਮਾਸਕ ਲਾਇਆ ਸੀ ਅੱਛਾ ਮੈਂ ਕਿਹਾ ਪਤੰਦਰਾ ਜਦੋਂ ਇਹ ਹੋਣਾ ਹੋ ਹੀ ਜਾਣਾ ਹਾਂ ਚਲੋ ਇਹ ਤਾਂ ਲੋਕਾਂ 'ਚ ਤੁਰੇ ਫਿਰਦੇ ਰਹੇ 2 ਮਹੀਨੇ ਕਰੋਨਾ 'ਚ ਤੁਹਾਨੂੰ ਤੁਸੀਂ ਸਟੋਰੀਆਂ ਸੁਣੀ ਹੋਣੀ ਇੱਕ ਹਜ਼ੂਰ ਸਾਹਿਬ ਵਾਲੇ ਆਏ ਸੀ ਉਹਨਾਂ ਨੂੰ ਤਾੜ ਦਿੱਤਾ ਇੱਥੇ ਸਕੂਲ 'ਚ ਚੰਗੀ ਭਲੀ PTU ਉਹਦੀ ਬਿਲਡਿੰਗ ਖੜੀ ਮੈਂ ਕਿਹਾ ਇਹ ਕਿਹਦੇ ਲਈ ਆ ਕਹਿੰਦੇ ਇਹ 'ਚ ਅਫਸਰ ਜੇ ਕੋਈ ਸਾਡਾ ਮੁਲਾਜ਼ਮ ਆਏਗਾ ਉਹ ਮੈਂ ਕਿਹਾ ਮੈਂ ਤਾਲਾ ਤੋੜ ਕੇ ਉੱਥੇ ਉਹਨਾਂ ਨੂੰ ਪਹਿਲਾਂ ਬੱਸ 'ਚ ਬਿਠਾਇਆ ਫਿਰ ਉੱਥੇ ਲੈ ਕੇ ਗਿਆ ਫਿਰ ਉਹ ਵਿਚਾਰੇ ਠੀਕ ਹੋ ਗਏ ਠੀਕ ਆ ਰਾਣਾ ਸਾਹਿਬ ਉਦੋਂ ਹੋਇਆ ਨਹੀਂ ਸ਼ੋ ਐਂਡ ਕਰ ਲੈਣ ਦੋ ਮੈਨੂੰ ਚਲੋ ਫਿਰ ਬਹੁਤ ਹੋ ਗਿਆ ਬਹੁਤ ਬਹੁਤ ਥੈਂਕ ਯੂ ਇੱਕ ਮਿੰਟ ਸਾਡਾ ਮਾਈਕਾ ਇਹਨੂੰ ਕੋਈ ਨਹੀਂ ਜੇ 'ਚ ਪਾਲੋ ਕੋਈ ਪਤਾ ਨਹੀਂ ਤੁਹਾਨੂੰ ਤੁਸੀਂ ਫਿਰ ਕੋਈ ਤੁਹਾਨੂੰ ਮਨ 'ਚ ਆ ਜਾਈ ਨਾ ਗੱਲ ਕਰਨੀ ਸਾਨੂੰ ਠੰਡ ਲੱਗਣ ਲੱਗ ਪਈ ਸੀ ਮੈਂ ਲੈ ਕੇ ਮੈਂ ਸਿਰ 'ਤੇ ਪੱਗ ਪੁੱਗ ਨਹੀਂ ਨਾ ਉਹ ਮੈਂ ਆਹ ਸਾਈਡਾਂ ਹੀ ਆ ਕਟਾ ਤੀਆਂ ਮੇਰੇ ਵੱਧ ਮੈਨੂੰ ਠੰਡ ਲੱਗਦੀ ਹੁਣ ਮੈਨੂੰ ਨਾ ਜਿਹੜੇ ਬੰਦੇ ਗੰਜੇ ਹੁੰਦੇ ਆ ਅੱਜ ਉਹਨਾਂ 'ਤੇ ਮੈਨੂੰ ਦਿਲੋਂ ਫੀਲ ਹੋ ਰਿਹਾ ਤਰਸ ਆਉਂਦਾ ਹਾਂ ਵੀ ਕਿੰਨੀ ਠੰਡ ਲੱਗਦੀ ਹੋਊਗੀ ਗਰਮੀਆਂ ਦੇ ਵਿੱਚ ਹਾਂ ਪਸੀਨਾ ਬੜਾਉਂਦਾ ਉਹਨਾਂ ਨੂੰ ਬਹੁਤ ਔਖਾ ਮੇਰਾ ਤਾਂ ਠੰਡ ਨੇ ਬੁਰਾ ਹਾਲ ਕਰਤਾ ਓਕੇ ਸ਼ੋਅ ਦਾ ਫਾਰਮੈਟ ਆਖਰੀ ਅਸੀਂ ਐਂ ਹੀ ਮਿਲਦੇ ਹਾਂ ਹਰ ਇੱਕ ਨੂੰ ਮਿਲਦੇ ਹਾਂ ਕੋਈ ਗੱਲ ਨਹੀਂ ਮੈਂ ਤਾਂ ਜੱਫੀ ਪਾ ਕੇ ਮਿਲਦਾ ਜਿਹਨੂੰ ਮਿਲਦਾ ਅੱਛਾ ਠੀਕ ਹੈ ਜੀ ਥੈਂਕ ਯੂ ਓਕੇ